बिलावल की वार महला चौथा एक ओंकार सतगुर प्रसाद। श्लोक महला चौथा हर उत्तम हर प्रभ गाव्या। महाराज साहब बिलावल राग दी वार शुरू कर रहे हैं, सारिया चौथे पातशाह दी पौड़ियां होणगियां। जिस वार नाल महला वे उस पातशाह दी पौड़ियां होंदियां हैं। बाकी जिथे भी महाराज साहब ने पौड़ी होर नवी रचनी होवे उत्थे पौड़ी नवी महला पंजवां जां पौड़ी महला पंजवां जां पौड़ी दे नाल पांजा अंग लाउंदे है, इह निजम हुंदा। नहीं तां बाकी वार दियां जिहड़े महला आया हुंदा उस पातशाह दियां सारियां पौड़ियां हुंदियां ने, चौथे पातशाह दियां ही सारियां पौड़ियां होणगियां। वार नाम जसदा है, वार नाम तो सूरमिया के मुकाबले का नाम है। इहदे च विवेक की जित आवेगी, मोह की हार आवेगी, गुरमुखां की जित आवेगी, मनमुखां की हार आवेगी। ऐसे सूरमिया के वार चलने है, ऐसी बिलावल की वार महाराज साहब उचारदे हन। हर उत्तम हर प्रभ गावे रूप परमेश्वर ओंकार सारिया का प्रकाशक सतगुरां की कृपा करके प्राप्त हुंदा है। सतगुरु चौथे पातशाह के हजूर श्री अमृतसर साहब विच बिलावल राग गवैये ने करे आ के गाया। संगतां बड़ियां प्रसन्न हुईयां बिलावल राग सुन के। राग तान सुर सारे बस गए, सारे देश काल भुल गए, ऐसे आनंद दे विच होए। उस वक्त सिखां ने कहा महाराज ताने बिलावल राग नूं गायण वाला गवैया है। तां हजूर ने उस वेले ए बचन कीते, हर उत्तम हर प्रभ गाव्या। हे भाई हर हर जो हरि प्रभु उत्तम है, जिन्हां ने गाउणा कीता उस नूं बिलावल नाद बाजे दे नाल बजा करके बिलावल राग दा उचारण कीता है। उपदेश गुरु सुन मन्ने, उन्हां दा बिलावल राग नाद शब्दां विच गाया होया सफला है। जिन्हां ने उपदेश गुरु सुन मन्ने, गुरां दे उपदेश नूं सरवण करके मनन कीता है, उन्हां दा गाया होया सफला है। तुर मस्तक पूरा भाग, उन्हां तुरों मत्थे दे शिरोमणि भाग हन, कर्म हन, जिन्हां ने गुरु साहिब दे उपदेश नूं कमाया है। फिर पढ़ो, हर उत्तम हर प्रभ गाव्या। हरि जो जिसका जस हरेक तो उत्तम है, ते हरि जो प्रभु सारयां दी रक्षा करन वाला है। जिन्हां ने गावे गुरां द्वारा उचारना कीता है, कर नाद बिलावल राग, उन्हां नूं नाद उपदेश गुरु साहिब ने कीता है, ते राग प्रेम पैदा होया है, फिर उन्हां बिलावल आनंद प्राप्त होया है। ਉਹ ਪ੍ਰੇਮ ਕਰ ਕਰਕੇ ਪਰਮੇਸ਼ੁਰ ਦਾ ਆਨੰਦ ਪ੍ਰਾਪਤ ਹੋਇਆ ਉਹਨਾਂ ਦੇ ਤਾਈ। ਇਸ ਪ੍ਰਕਾਰ ਬਿਲਾਵਲ ਆਨੰਦ ਉਹਨਾਂ ਨੂੰ ਪ੍ਰਾਪਤ ਹੋਇਆ, ਬਿਲਾਵਲ ਰਾਗ ਬਣ ਗਿਆ ਹੈ ਉਹਨਾਂ ਵਾਸਤੇ। ਕਰ ਨਾਦ ਕੀਤਾ ਹੈ, ਨਾਦ ਬ੍ਰਹਮ ਦਾ ਉਪਦੇਸ਼ ਸਤਿਗੁਰਾਂ ਨੇ, ਤੇ ਬਿਲਾਵਲ ਆਨੰਦ ਕਰਕੇ ਰਾਗ ਪ੍ਰੇਮ ਪੈਦਾ ਹੋਇਆ ਉਹਨਾਂ ਨੂੰ। ਉਪਦੇਸ਼ ਗੁਰੂ ਸੁਣ ਮੰਨੇ, ਜਿਨ੍ਹਾਂ ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਦੇ ਉਪਦੇਸ਼ ਨੂੰ ਸਰਵਣ ਕਰਕੇ ਮੰਨਣ ਕੀਤਾ ਹੈ, ਧੁਰ ਮਸਤਕ ਪੂਰਾ ਭਾਗ, ਉਹਨਾਂ ਦੇ ਧੁਰੋਂ ਆਦ ਤੋਂ ਲਾ ਕੇ ਜਨਮ ਤੋਂ ਲਾ ਕੇ ਮੱਥੇ ਦੇ ਸਿਰੋਮਣੀ ਭਾਗ ਹੈ, ਨਿਸ਼ਕਾਮ ਕਰਮ ਜਿਨ੍ਹਾਂ ਨੇ ਕੀਤੇ ਹਨ। ਸਭ ਦਿਨ ਸਰੈਣ ਗੁਣ ਉਚਰੈ, ਉਹਨਾਂ ਮਹਾਂਪੁਰਖਾਂ ਦਾ ਐਸਾ ਜੀਵਨ ਹੈ, ਸਾਰੀਆਂ ਦਿਨਾਂ ਚ ਜ਼ਿੰਦਗੀ ਦੇ ਜਿੰਨੇ ਦਿਨ ਹੈ, ਜਿੰਨੀਆਂ ਸਾਰੀਆਂ ਰਾਤਾਂ ਹੈ, ਸਾਰੇ ਚ ਮਹਾਰਾਜ ਦੇ ਗੁਣਾਂ ਨੂੰ ਉਚਾਰਦੇ ਰਹਿੰਦੇ ਹਨ। ਹਰ 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 ਓਰ ਲਿਵ ਲਾ, ਉਹਨਾਂ ਦੇ ਹਿਰਦੇ ਚ ਵੀ ਬਾਣੀ ਕਰਕੇ ਵੀ ਗੁਣ ਉਚਾਰਦੇ ਹੈ। ਹਰੀ ਜੋ ਸਾਰਿਆਂ ਦੇ ਪਾਪਾਂ ਨੂੰ ਹਰਨ ਵਾਲਾ ਹੈ, ਹਰ ਵਕਤ ਹਿਰਦੇ ਚ ਉਹਨਾਂ ਦੇ ਲਿਵ ਲੱਗ ਗਈ ਹੈ, ਮਹਾਰਾਜ ਦੇ ਨਾਲ ਬਿਰਤੀ ਜੁੜ ਗਈ ਹੈ। ਸਭ ਤਨ ਮਨ ਹਰਿਆ ਹੋਇਆ, ਉਹਨਾਂ ਗੁਰਮੁਖਾਂ ਦਾ ਤਨ ਵੀ ਪ੍ਰਫੁੱਲਤ ਹੋ ਗਿਆ ਔਗੁਣਾਂ ਤੋਂ ਰਹਿਤ ਹੋ ਕੇ, ਮਨ ਵੀ ਵਾਸ਼ਨਾ ਛੱਡ ਕੇ ਹਰਾ ਭਰਾ ਹੋ ਗਿਆ ਆਨੰਦ ਵਿਚ। ਮਨ ਖਿੜਿਆ ਹਰਿਆ ਬਾਗ, ਸਾਧ ਸੰਗਤ ਜੀ ਮਨ ਮਾਨੋ ਬਾਗ ਦੀ ਧਰਤੀ ਹੈ, ਮਨ ਨਾ ਮਾਨੋ ਖਿੜਿਆ ਹੋਇਆ ਹਰਿਆ ਬਾਗ ਹੈ, ਨਵੇਂ ਨੂੰ ਔਂਕੜ ਹੈ ਮਨ ਵਾਲੇ ਨੂੰ, ਮੰਨਣਾ ਕਰੋ ਕਿ ਖਿੜਿਆ ਹੋਇਆ ਜਿਵੇਂ ਹਰਿਆ ਬਾਗ ਹੁੰਦਾ ਹੈ, ਇਸ ਪ੍ਰਕਾਰ ਦਾ ਉਹਨਾਂ ਦੇ ਅੰਦਰ ਸ਼ੁਭ ਗੁਣਾਂ ਦਾ ਬਾਗ ਖਿੜ ਗਿਆ ਦੇਖੋ ਮਨ ਦੇ ਨਾਲ। ਇਹ ਕਿਉਂ ਸਭ ਤਨ ਮਨ, ਉਹ ਤੇ ਤਨ ਤੇ ਮਨ ਤਾਂ ਇੱਕ ਇੱਕ ਵਾਕ ਬਣਾਏ ਨਾ, ਉਹਨਾਂ ਸਾਰਾ ਤਨ ਇੱਕ ਹੋ ਗਿਆ ਨਾ, ਤੇ ਮਨ ਉਹਨਾਂ ਦਾ ਸਰੀਰ ਦਾ ਜਿਹੜਾ ਅੰਦਰ ਸੂਖਮ ਰਹਿਣ ਵਾਲਾ ਹੈ, ਇਹ ਅਗਲਾ ਮਨ ਸ਼ਬਦ ਮਨ ਨੂੰ ਬਣ ਗਿਆ ਅਰਥ। ਮੰਨਣਾ ਕਰੋ ਕਿ ਖਿੜਿਆ ਹੋਇਆ ਜਾਨੋ ਬਾਗ ਹੀ ਹੈ, ਸਾਰਾ ਤਨ ਤੇ ਮਨ ਉਹਨਾਂ ਦਾ ਹਰਾ ਭਰਾ ਹੋ ਗਿਆ ਸ਼ੁਭ ਗੁਣਾਂ ਦੇ ਸਹਿਤ, ਤੇ ਮੰਨਣਾ ਕਰੋ ਜੋ ਸਿਰੋਮਣੀ ਪਰਮੇਸ਼ਵਰ ਹੈ
ਉਹਦਾ ਆਨੰਦ ਦਾ ਮਨ ਬਾਗ ਹੀ ਖਿੜ ਗਿਆ ਸਭ ਗੁਣਾਂ ਦਾ ਉਹਨਾਂ ਦੇ ਹਿਰਦਾ ਅਗਿਆਨ ਅੰਧੇਰਾ ਮਿਟ ਗਿਆ ਉਹਨਾਂ ਦੇ ਅੰਦਰੋਂ ਅਗਿਆਨ ਦਾ ਜਿਹੜਾ ਹਨੇਰਾ ਹੈ ਉਹ ਸਾਰਾ ਮਿਟ ਗਿਆ ਹੈ ਗੁਰ ਚਾਨਣ ਗਿਆਨ ਚਿਰਾ ਗੁਰੂ ਸਾਹਿਬ ਜੀ ਦਾ ਗਿਆਨ ਹੈ ਨਾ ਜਿਹੜਾ ਇਸ ਨੇ ਚਿਰਾਗ ਦੀਵਾ ਸ਼ਮਾਦਾਨ ਜਾਣੀ ਮਚ ਗਿਆ ਹੈ ਇਸ ਕਰਕੇ ਚਾਨਣ ਹੋ ਗਿਆ ਹੈ ਪ੍ਰਕਾਸ਼ ਹੋ ਗਿਆ ਹੈ ਨਿਰਾਵਰਨ ਪ੍ਰਕਾਸ਼ ਹੋ ਗਿਆ ਹੈ ਅਵਰਨ ਤੋਂ ਰਹਿਤ ਜਨ ਨਾਨਕ ਜੀਵੈ ਦੇਖ ਹਰ ਸਤਿਗੁਰੂ ਸਾਹਿਬ ਜੀ ਕਹਿੰਦੇ ਹਰੀ ਦੇ ਪ੍ਰਤੱਖ ਦਰਸ਼ਨ ਵੇਖ ਕੇ ਅਸੀਂ ਜਿਉਂਦੇ ਹਾਂ ਇੱਕ ਨਿਮਖ ਘੜੀ ਮੁਖ ਲਾ ਇੱਕ ਘੜੀ ਵਿੱਚੋਂ ਨਿਮਖ ਮਾਤਰ ਵੀ ਸਨਮੁਖ ਮਾਰੇ ਲੱਗ ਜੇ ਨਾ ਚਿੱਤ ਮਨ ਫਿਰ ਉਹ ਆਨੰਦ ਕਿਹਾ ਨਹੀਂ ਜਾ ਸਕਦਾ ਜਿਉਂਦੇ ਹੋ ਜਾਈਦਾ ਸਾਹਿਬ ਕਹਿੰਦੇ ਹਨ ਮਹੱਲਾ ਤੀਜਾ ਇੱਕ ਨਿਮਖ ਨਿਮਖ ਕਾਲ ਚ ਘੜੀ ਘੜੀ ਚ ਮਾਰੇ ਸਨਮੁਖੀ ਲੱਗੇ ਰਹੀਏ ਹਰ ਵਕਤ ਜੁੜੇ ਹੀ ਰਹੀਏ ਮਹੱਲਾ ਤੀਜਾ ਬਿਲਾਵਲ ਤਬ ਹੀ ਕੀਜੀ ਫਿਰ ਬਿਲਾਵਲ ਰਾਗ ਦੀ ਬਾਬਤ ਸਿੱਖਾਂ ਨੂੰ ਪੁੱਛਿਆ ਮਹਾਰਾਜ ਕਹਿੰਦੇ ਭਾਈ ਬਿਲਾਵਲ ਤਾਂ ਹੀ ਗਾਇਆ ਕਰਨ ਕਰੀਦਾ ਹੈ ਜਬ ਮੁਖ ਹੋਵੇ ਨਾਮ ਤਾਂ ਹੀ ਭਾਈ ਬਿਲਾਵਲ ਰਾਗ ਦਾ ਗਾਉਣਾ ਆਨੰਦ ਹੁੰਦਾ ਹੈ ਜਦੋਂ ਮੁਖ ਵਿੱਚ ਪਰਮੇਸ਼ੁਰ ਦਾ ਨਾਮ ਹੋਵੇ ਮੁਖੰਤਾ ਕਰਨ ਦੇ ਅੰਦਰ ਨਾਮ ਹੋਵੇ ਇਸੇ ਪ੍ਰਕਾਰ ਬਿਲਾਵਲ ਆਨੰਦ ਦਾ ਨਾਮ ਹੈ ਆਨੰਦ ਤਦੋਂ ਹੀ ਪ੍ਰਾਪਤ ਕਰੀਦਾ ਜਦੋਂ ਮੁਖ ਵਿੱਚ ਪਰਮੇਸ਼ੁਰ ਦਾ ਨਾਮ ਹੋਵੇ ਹਿਰਦੇ ਚ ਨਾਮ ਹੋਵੇ ਰਾਗ ਨਾਦ ਸ਼ਬਦ ਸੋਹਣੇ ਜੇ ਤੁਸੀਂ ਰਾਗ ਦੀ ਗੱਲ ਕਰਦੇ ਹੋ ਰਾਗ ਬਿਲਾਵਲ ਆਦਿਕ ਤੇ ਨਾਦ ਬਾਜੇ ਵਜਾਏ ਹੋਏ ਇਹ ਸ਼ਬਦ ਸ਼ਬਦ ਕੀਰਤਨ ਨਾਲ ਹੀ ਸੋਹਣੇ ਹੈ ਸਭ ਤੋਂ ਬਗੈਰ ਐਵੇਂ ਗਵਾਈਏ ਲੋਕ ਬਥੇਰੇ ਗਾਉਂਦੇ ਫਿਰਦੇ ਹੈ ਉਹ ਸੋਭਨੀਕ ਨਹੀਂ ਹੁੰਦੇ ਐਵੇਂ ਰਾਜਿਆਂ ਦੇ ਬੂਹੇ ਅੱਗੇ ਕੁਸ਼ਾਮਤੀ ਹੋ ਕੇ ਗਵਾਈਏ ਬਣ ਕੇ ਗਾਉਂਦੇ ਹੈ ਮਾਇਆ ਮੰਗਦੇ ਹੈ ਰਾਗ ਨਾਦ ਰਾਗ ਗਾਏ ਹੋਏ ਨਾਦ ਬਾਜੇ ਵਜਾਏ ਹੋਏ ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਸੁਣਦੇ ਹਨ ਰਾਗ ਪ੍ਰੇਮੀ ਤੇ ਨਾਦ ਸ਼ਬਦ ਦੀ ਕਮਾਈ ਕਰਨ ਵਾਲੇ ਨਾਦ ਬ੍ਰਹਮ ਦੀ ਗਿਆਨ ਕਥਨ ਵਾਲੇ ਰਾਗ ਪ੍ਰੇਮ ਕਰਨ ਵਾਲੇ ਗੁਰਾਂ ਦੇ ਉਪਦੇਸ਼ ਕਰਕੇ ਸੋਹਣੇ ਹੁੰਦੇ ਹਨ ਜਾਂ ਲਾਗੈ ਸਹਿਜ ਧਿਆਨ ਜਦੋਂ ਸਹਿਜ ਸਰੂਪ ਚ ਸੁਤੇ ਉਹਨਾਂ ਦਾ ਧਿਆਨ ਜੁੜ ਜਾਂਦਾ ਲੱਗ ਜਾਂਦਾ ਹੈ ਰਾਗ ਨਾਦ ਛੂਟ ਹਰ ਸੇਵੀ ਇਹ ਭਾਈ ਰਾਗਾਂ ਦਾ ਹਿਸਾਬ ਤੇ ਨਾਦ ਬਾਜਿਆਂ ਦਾ ਹਿਸਾਬ ਛੱਡ ਕੇ ਵਾਹਿਗੁਰੂ ਦਾ ਭਜਨ ਕਰਨਾ ਚਾਹੀਦਾ ਹੈ ਤਾਂ ਦਰਗਹਿ ਪਾਈਐ ਮਾਨ ਤਾਂ ਭਾਈ ਦਰਗਾਹ ਵਿੱਚ ਮਾਣ ਸਤਿਕਾਰ ਪਾਈਦਾ ਹੈ ਆਦਰ ਪਾਈਦਾ ਹੈ ਨਾਨਕ ਗੁਰਮੁਖ ਰਾਗ ਨਾਦ ਛੂਟ ਹਰ ਸੇਵੀਐ ਰਾਗ ਦੁਨੀਆਂ ਦੇ ਜਿਹੜੇ ਮੋਹ ਹੈ ਤੇ ਨਾਦ ਜਿਹੜੇ ਦੁਨੀਆਂ ਦੇ ਸ਼ਬਦ ਹਨ ਉਸ ਤੋਂ ਨਿੰਦਿਆ ਦੇ ਨੂੰ ਛੱਡ ਕੇ ਹਰੀ ਦਾ ਸੇਵਨ ਕਰੀਏ ਤਾਂ ਦਰਗਹਿ ਪਾਈਐ ਮਾਨ ਸੱਚੀ ਦਰਗਾਹ ਚ ਭਾਈ ਸਤਿਕਾਰ ਪਾਈਦਾ ਹੈ ਨਾਨਕ ਗੁਰਮੁਖ ਬ੍ਰਹਮ ਵਿਚਾਰੀਐ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਗੁਰਮੁਖਾਂ ਦੀ ਸੰਗਤ ਕਰਕੇ ਬ੍ਰਹਮਾਤਮਾ ਦੀ ਭਾਈ ਵਿਚਾਰ ਕਰੀਏ ਚੁੱਕੈ ਮਨ ਅਭਿਮਾਨ ਮਨ ਦੇ ਅੰਦਰ ਜਿਹੜਾ ਹੰਕਾਰ ਹੈ ਨਾ ਦੇਹ ਦਾ ਇਹ ਚੱਕਿਆ ਜਾਂਦਾ ਹੈ ਪੌੜੀ ਤੂੰ ਹਰ ਪ੍ਰਭ ਆਪ ਅਗੰਮ ਹੈ ਹਰੀ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਤੂੰ ਆਪ ਅਗੰਮ ਗਮਤਾ ਤੋਂ ਰਹਿਤ ਹੈ ਤੇਰਾ ਅੰਤ ਨਹੀਂ ਪਾਈਦਾ ਸਭ ਤੁਧ ਉਪਾਇ ਸਾਰਾ ਸੰਸਾਰ ਆਪ ਜੀ ਨੇ ਪੈਦਾ ਕੀਤਾ ਹੈ ਤੂੰ ਆਪੇ ਆਪ ਵਰਤਦਾ ਆਪਣਾ ਆਪ ਰੂਪ ਹੈ ਪਰਮੇਸ਼ੁਰ ਸਾਰਿਆਂ ਚ ਵਰਤ ਰਿਹਾ ਹੈ ਸਭ ਜਗਤ ਸਵਾਇਆ ਸਾਰਾ ਜਿੰਨਾ ਜਗਤ ਆਇਆ ਹੋਇਆ ਸਭ ਦੇ ਅੰਦਰ ਆਪ ਹੀ ਹੈ ਮਹਾਰਾਜ ਜੀ ਜੋਤੀ ਸਰੂਪ ਹੈ ਤੂੰ ਆਪੇ ਤਾੜੀ ਲਾਈ ਹੈ ਆਪ ਹੀ ਸਮਾਧੀ ਲਾ ਲਈ ਜਦੋਂ ਬ੍ਰਹਮਾ ਨੂੰ ਨਾਲ ਵਿੱਚ ਸਿੱਟ ਲਿਆ ਸੀ 36 ਯੁਗ ਵਰਤੇ ਉਹ ਗੁਵਾਰੇ ਤਾੜੀ ਲਾਈ ਸਿਰਜਣ ਹਾਰੇ ਆਪੇ ਗੁਣ ਗਾਇਆ ਆਪ ਹੀ ਬ੍ਰਹਮਾ ਨੇ 18 ਯੁਗ ਥੱਲੇ ਨੂੰ ਗਿਆ 18 ਯੁਗ ਤਾਹਾਂ ਨੂੰ ਆਇਆ ਘੁਕਦਾ ਹੋਇਆ ਤੇ ਵੇਦ ਦੀਆਂ ਰਿਚਾਂ ਉਚਾਰਦਾ ਰਹੇ ਤੇਰੇ ਗੁਣਾਂ ਨੂੰ ਵੀ ਆਪ ਹੀ ਗਾਇਆ ਹੈ ਹਰ ਧਿਆਵ ਹੋ ਭਗਤ ਹੋ ਦਿਨ ਸਰਾਤ ਤੁਧ ਆਪੇ ਤਾੜੀ ਲਾਈ ਹੈ ਆਪ ਹੀ ਨਿਰਗੁਣ ਸਰੂਪ ਹੋ ਕੇ ਤਾੜੀ ਆਪਦੇ ਸਰੂਪ ਚ ਲੀਨਤਾ ਰੂਪ ਤਾੜੀ ਲਾਉਣਾ ਕੀਤੀ ਹੈ ਆਪੇ ਗੁਣ ਗਾਇਆ ਆਪ ਹੀ ਸਰਗੁਣ ਸਰੂਪ ਗੁਰੂ ਨਾਨਕ ਰੂਪ ਧਾਰ ਕੇ ਆਪਦੇ ਗੁਣਾਂ ਨੂੰ ਗਾ ਕੇ ਸਿੱਖਾਂ ਅਧਿਕਾਰੀਆਂ ਨੂੰ ਮੇਲ ਲਿਆ ਹੈ ਹਰ ਧਿਆਵ ਹੋ ਭਗਤ ਹੋ ਦਿਨ ਸਰਾਤ ਭਗਤ ਜਨੋ ਹਰੀ ਅਕਾਲ ਪੁਰਖ ਨੂੰ ਰਾਤ ਦਿਨੇ ਧਿਆਇਆ ਕਰੋ ਤੁਹਾਨੂੰ ਫਿਰ ਰਾਤ ਵਿਦਿਆ ਤੋਂ ਦਿਨ ਗਿਆਨ ਦਾ ਹੋ ਜਾਏਗਾ ਅੰਤ ਲਈ ਛਡਾਇਆ ਅੰਤ ਨੂੰ ਵਾਹਿਗੁਰੂ ਛੁਡਾ ਲਵੇਗਾ ਜਿਨ੍ਹਾਂ ਜਿਨ੍ਹਾਂ ਜਪਿਆ ਉਹਨਾਂ ਨੂੰ ਛੁਡਾ ਲਿਆ ਹੈ ਜਿਨ ਸੇਵਿਆ ਤਿੰਨ ਸੁਖ ਪਾਇਆ ਜਿਨ੍ਹਾਂ ਜਿਨ੍ਹਾਂ ਨੇ ਮਹਾਰਾਜ ਦਾ ਸੇਵਨ ਭਜਨ ਕੀਤਾ
ਉਹਨਾਂ ਨੇ ਸੁਖ ਸਰੂਪ ਨੂੰ ਪਾ ਲਿਆ ਹੈ। ਹਰ ਨਾਮ ਸਮਾਇਆ, ਹਰੀ ਨਾਮੀ ਵਿੱਚ ਉਹਨਾਂ ਦਾ ਮਨ ਭਾਈ ਸਮਾ ਗਿਆ, ਲੀਨ ਹੋ ਗਿਆ ਹੈ। ਸਲੋਕ ਮਹੱਲਾ ਤੀਜਾ, ਦੂਜੇ ਭਾਏ ਬਿਲਾਵਲ ਨਾ ਹੋਵੇ। ਤੀਜੇ ਪਾਤਸ਼ਾਹ ਦੇ ਪਾਸ ਬਿਲਾਵਲ ਰਾਗ ਦੀ ਬਾਬਤ ਪੁੱਛਿਆ ਤੇ ਮਹਾਰਾਜ ਉੱਤਰ ਦਿੰਦੇ ਨੇ, ਹੇ ਗੁਰਸਿੱਖੋ, ਦੂਜੇ ਭਾਏ ਬਿਲਾਵਲ ਨਾ ਹੋ, ਜਿੰਨਾ ਚਿਰ ਦੁਆਇਤ ਭਾਵ ਆ ਚਿਤ ਚ ਉਹਨਾਂ ਚਿਰ ਬਿਲਾਵਲ ਆਨੰਦ ਨਹੀਂ ਪ੍ਰਾਪਤ ਹੋ ਸਕਦਾ ਕਿਸੇ ਨੂੰ ਵੀ। ਮਨਮੁਖ ਥਾਏ ਨਾ ਪਾ, ਮਨਮੁਖਾਂ ਨੂੰ ਤੁਰਿਆ ਪਦ ਰੂਪੀ ਥਾਂ, ਸੱਚਖੰਡ ਰੂਪੀ ਥਾਂ ਨਹੀਂ ਪ੍ਰਾਪਤ ਹੁੰਦਾ, ਜੂਨਾ ਚ ਹੀ ਭਰਮਦੇ ਰਹਿੰਦੇ ਹਨ। ਇਕਾਗਰਤਾ ਰੂਪੀ ਥਾਂ ਨੀ ਅੰਤਾਕਰਨ ਚ ਪ੍ਰਾਪਤ ਹੁੰਦਾ। ਪਾਖੰਡ ਭਗਤ ਨਾ ਹੋਵੇ, ਉੱਤੋਂ ਅੱਖਾਂ ਮੀਚ ਕੇ ਪਾਣੀ ਤੇਲ ਪਾ ਕੇ ਅੱਖਾਂ ਚੋਂ ਕੱਢ ਲੈਣਾ, ਇਹੋ ਜੇ ਪਖੰਡ ਕਰਨ ਨਾਲ ਉੱਤੋਂ ਭਗਤੀ ਨਹੀਂ ਹੋ ਸਕਦੀ ਹੈ। ਪਾਰ ਬ੍ਰਹਮ ਨਾ ਪਾਇਆ, ਇਸ ਪ੍ਰਕਾਰ ਪਾਈ ਪਾਰ ਬ੍ਰਹਮ ਪਰਮੇਸ਼ਵਰ ਪ੍ਰਾਪਤ ਨਹੀਂ ਕੀਤਾ ਜਾਂਦਾ ਹੈ। ਮਨ ਹੱਠ ਕਰਮ ਕਮਾਵਣ, ਜਿਹੜੇ ਮਨ ਦੇ ਹੱਠ ਨਾਲ ਜੀਵ ਕਰਮਾਂ ਨੂੰ ਕਮਾਉਣਾ ਕਰਦੇ ਹੈ, ਪਾਏ ਨਾ ਕੋਈ ਪਾ, ਕੋਈ ਵੀ ਥਾਂ ਪਰਲੋਕ ਚ ਨਹੀਂ ਪਾਵੇਗਾ, ਜੂਨਾ ਚ ਹੀ ਭੜਕਦੇ ਫਿਰਦੇ ਰਹਿਣਗੇ, ਥਾਂ ਸਰੂਪ ਰੂਪੀ ਕੋਈ ਨਹੀਂ ਪਾ ਸਕੇਗਾ। ਨਾਨਕ ਗੁਰਮੁਖ ਆਪ ਵਿਚਾਰੀ ਹੈ, ਸਤਿਗੁਰੂ ਜੀ ਕਹਿੰਦੇ ਨੇ ਗੁਰਮੁਖਾਂ ਦੀ ਸੰਗਤ ਕਰਕੇ ਆਪਣੇ ਸਰੂਪ ਦੀ ਵਿਚਾਰ ਕਰੀਏ। ਹੇ ਭਾਈ, ਵਿੱਚੋਂ ਆਪ ਗਵਾਏ, ਸਰੂਪ ਦੀ ਵਿਚਾਰ ਤਾਂ ਹੁੰਦੀ ਜੇ ਆਪ ਹੰਕਾਰ ਦੇਹ ਦਾ ਮਨ ਜਿਹੜਾ ਮੈਂ ਦੇਹ ਹਾਂ ਇਹ ਫੁਰਨੋਂ ਹਟ ਜੇ, ਆਪਾਂ ਭਾਵ ਗਵਾ ਦਈਏ। ਆਪੇ ਆਪ ਪਾਰ ਬ੍ਰਹਮ ਹੈ, ਜਦੋਂ ਆਪ ਗਿਆ ਤਾਂ ਆਪਾਂ ਪਏ, ਜਦੋਂ ਹੰਕਾਰ ਚਲਿਆ ਗਿਆ ਫਿਰ ਆਪੇ ਆਪ ਜੀਵ ਇਸ ਰੂਪ ਆਪ ਹੀ ਪਾਰ ਬ੍ਰਹਮ ਪਰਮੇਸ਼ਵਰ ਹੈ। ਪਾਰ ਬ੍ਰਹਮ ਵਸਿਆ ਮਨ ਆਏ, ਜਦੋਂ ਪਾਰ ਬ੍ਰਹਮ ਮਨ ਚ ਵਸ ਗਿਆ ਉਦੋਂ ਆਪਣਾ ਆਪ ਰੂਪ ਹੀ ਸਾਰਿਆਂ ਚ ਪਾਰ ਬ੍ਰਹਮ ਦਿਸਿਆ ਹੈ। ਜੰਮਣ ਮਰਨਾ ਕੱਟਿਆ, ਉਹਨਾਂ ਦਾ ਜੰਮਣਾ ਤੇ ਮਰਨਾ ਮਾਰਨ ਮੇਟ ਦਿੱਤਾ ਹੈ। ਜੋਤ ਮਿਲਾ, ਜੋਤੀ ਸਰੂਪ ਪਰਮੇਸ਼ਰ ਨੇ ਆਪਦੇ ਚ ਜੋਤ ਮੇਲੀ, ਉਹਨਾਂ ਦੀ ਪਰਤਕ ਜੋਤ ਸੀ ਜਿਹੜੀ। ਮਹੱਲਾ ਤੀਜਾ, ਬਿਲਾਵਲ ਕਰੇ ਹੋ ਤੁਮ ਪਿਆਰੇ ਹੋ। ਸਾਹਿਬ ਤੀਜੇ ਪਾਤਸ਼ਾਹ ਕਹਿੰਦੇ, ਹੇ ਪਿਆਰੇ ਹੋ, ਬਿਲਾਵਲ ਰਾਗ ਦਾ ਗਾਉਣੇ ਕਰਕੇ ਬਿਲਾਵਲ ਆਨੰਦ ਨੂੰ ਇਸ ਪ੍ਰਕਾਰ ਕਰਨਾ ਕਰੋ। ਏਕ ਸਿਉ ਲਿਵ ਲਾ, ਇੱਕ ਵਾਹਿਗੁਰੂ ਚਿੱਤ ਦੀ ਬਿਰਤੀ ਨੂੰ ਲਿਵ ਨੂੰ ਲਾਉਣਾ ਕਰੋ, ਫਿਰ ਆਨੰਦ ਪ੍ਰਾਪਤ ਕਰੋਗੇ। ਜਨਮ ਮਰਨ ਦੁੱਖ ਕੱਟੀ ਹੈ, ਇਸ ਪ੍ਰਕਾਰ ਭਾਈ ਜੰਮਣ ਮਰਨ ਦਾ ਦੁੱਖ ਜਦੋਂ ਕੱਟਿਆ ਜਾਏਗਾ, ਸੱਚੇ ਰਹਿ ਸਮਾ, ਸੱਚੇ ਰਹਿ ਸਮਾ, ਫਿਰ ਸੱਚੇ ਅਕਾਲ ਪੁਰਖ ਸਮਾ ਰਹੋਗੇ, ਭੇਦ ਹੋ ਰਹੋਗੇ। ਸਦਾ ਬਿਲਾਵਲ ਆਨੰਦ ਹੈ, ਉਹਨਾਂ ਨੂੰ ਸਦਾ ਬਿਲਾਵਲ ਰਾਗ ਦਾ ਗਾਉਣੇ ਕਰਕੇ ਆਨੰਦ ਪ੍ਰਾਪਤ ਹੁੰਦਾ। ਜਿਹੜਾ ਸਦਾ ਇਸ ਲੋਕ ਚ ਵੀ ਆਨੰਦ ਹੈ, ਪਰਲੋਕ ਚ ਵੀ ਉਹਨਾਂ ਨੂੰ ਆਨੰਦ ਹੈ। ਸਦਾ ਆਨੰਦ ਰੂਪ ਜੋ ਬ੍ਰਹਮ ਹੈ ਨਾ, ਬਿਲਾਵਲ ਰੂਪ, ਉਹਦਾ ਸਦਾ ਆਨੰਦ ਹੈ ਉਹਨਾਂ ਨੂੰ। ਇਹ ਚੱਲ ਹੈ ਸਤਿਗੁਰ ਭਾਏ, ਜਿਹੜੇ ਸਤਿਗੁਰਾਂ ਦੇ ਭਾਏ ਅਨੁਸਾਰ ਹੋ ਕੇ ਚੱਲਦੇ ਹਨ, ਆਪਣੀ ਮਤ ਛੱਡ ਦਿੰਦੇ ਹਨ। ਸਤ ਸੰਗਤੀ ਬਹਿ ਭਾਵ ਕਰ, ਸਤਸੰਗ ਚ ਬੈਠਦੇ ਆ ਪ੍ਰੇਮ ਕਰਕੇ, ਸਦਾ ਹਰ ਕੇ ਗੁਣ ਗਾ, ਸਦਾ ਅਕਾਲ ਪੁਰਖ ਦੇ ਮਿਲ ਕੇ ਗੁਣਾਂ ਨੂੰ ਗਾਉਂਦੇ ਹਨ। ਜੋ ਨਾਨਕ ਸੇ ਜਨ ਸੋ ਹੋਣੇ, ਸਤਿਗੁਰੂ ਜੀ ਕਹਿੰਦੇ ਨੇ ਉਹ ਭਾਈ ਸੋਭਨੀਕ ਹਨ, ਸੋਹਣੇ ਹਨ ਗੁਰਮੁਖ। ਇਹ ਗੁਰਮੁਖ ਮੇਲ ਮਿਲਾ, ਜਿਹੜੇ ਗੁਰਮੁਖਾਂ ਦੇ ਮੇਲ ਚ ਆਪਣੇ ਆਪ ਨੂੰ ਮਿਲਾਉਂਦੇ ਹਨਗੇ, ਜਿਹੜੇ ਗੁਰਮੁਖ ਵਾਹਿਗੁਰੂ ਦੇ ਨਾਮ ਚ ਆਪ ਮਿਲੇ ਹੋਏ ਹੈ, ਹੋਰ ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦੇ ਮੇਲ ਚ ਮਿਲਾ ਦਿੰਦੇ ਹਨ। ਪੌੜੀ ਸਭਨਾ ਜੀਆਂ ਵਿੱਚ ਹਰ ਆਪ, ਸਾਰਿਆਂ ਜੀਆਂ ਜਨਤਾ ਦੇ ਅੰਦਰ ਪਰਮੇਸ਼ਰ ਵਿੱਚ ਆਪ ਹੀ ਹੈ। ਸੋ ਭਗਤਾਂ ਕਾ ਮਿਤ ਹਰ, ਇਹ ਭਾਈ ਉਹ ਹਰੀ ਅਕਾਲ ਪੁਰਖ ਆਪਦੇ ਪਿਆਰਿਆਂ ਭਗਤਾਂ ਦਾ ਸੱਜਣ ਹੈ, ਪਿਆਰਾ ਹੈ। ਸਭ ਕੋਈ ਹਰ ਕੈ ਵਸ, ਸਭ ਕੋਈ ਵਾਹਿਗੁਰੂ ਦੇ ਵਸ ਹੀ ਹੈ ਰੱਖਿਆ ਹੋਇਆ। ਭਗਤਾਂ ਕੈ ਆਨੰਦ ਘਰ, ਇਸ ਕਰਕੇ ਭਗਤਾਂ ਦੇ ਘਰ ਹਿਰਦੇ ਚ ਆਨੰਦ ਬਣਿਆ ਰਹਿੰਦਾ ਉਹਨਾਂ ਦੀ ਸੰਗਤ ਚ, ਕਿਉਂਕਿ ਵਾਹਿਗੁਰੂ ਦੇ ਵਸ ਹੈ, ਭਗਤ ਉਹਦੇ ਪਿਆਰੇ ਹਨ। ਹਰ ਭਗਤਾਂ ਕਾ ਮੇਲੀ ਸਰਬੱਤ ਸੋ, ਉਹ ਪਰਮੇਸ਼ਰ ਸਾਧ ਸੰਗਤ ਜੀ ਹਰੀ ਭਗਤਾਂ ਦਾ ਮਿਲਾਪੀ ਹੈ, ਜਿਹੜਾ ਸਰਬੱਤ ਦੇ ਅੰਦਰ ਹੈ, ਸੌ ਉਹ ਹੀ ਸੌ ਰੱਖਿਆ ਕਰਨ ਵਾਲਾ, ਉਹ ਭਗਤਾਂ ਦਾ ਵੀ ਮਿਲਾਪੀ ਹੈ। ਨਿਸਲ ਜਨ ਟੰਗ ਧਾਰ, ਇਸ ਕਰਕੇ ਜਿਹੜੇ ਭਗਤ ਹਨ ਟੰਗ ਬਿਰਤੀ ਨੂੰ ਰੱਖ ਕੇ ਨਿਸਲ ਬੇਫਿਕਰ ਹੋ ਕੇ ਨਿਰਵਿਕਲ ਸਮਾਧੀ ਚ ਸੁੱਤੇ ਰਹਿੰਦੇ ਹੈ, ਉਹ ਕਲਪਨਾ ਨਹੀਂ ਕੋਈ ਕਰਦੇ, ਵਾਹਿਗੁਰੂ ਜੋ ਕਰਦਾ ਭਲਾ ਹੀ ਕਰਦਾ ਹੈ, ਇਉਂ ਜਾਣ ਕੇ ਨਿਸਲ ਬੇਫਿਕਰ ਹੋ ਕੇ ਬਿਰਤੀ ਰੂਪੀ ਟੰਗ ਲੱਤ ਨੂੰ ਰੱਖ ਕੇ, ਲੱਤੇ ਰੱਥ ਰੱਖ ਕੇ ਜਿਵੇਂ ਬੇਫਿਕਰ ਹੋ ਕੇ ਪੈ ਰਹੀਦਾ ਹੈ, ਐਂ ਬਿਰਤੀ ਨੂੰ ਬ੍ਰਹਮ ਵਿੱਚ ਰੱਖ ਕਰਕੇ ਨਿਸਲ ਹੋ ਕੇ ਨਿਰਵਿਕਲ ਸਮਾਧੀ ਚ ਵਿਰਾਜੇ ਰਹਿੰਦੇ ਹਨ। ਅਤੇ ਨਿਸਲ ਜਨ ਟੰਗ ਧਰ,
ਨਿਸਲ ਨਾ ਸੂਲ ਦਾ ਹੁੰਦਾ ਦੁੱਖ ਦਾ, ਦੁੱਖਾਂ ਤੋਂ ਰਹਿਤ ਹੋ ਜਾਓਗੇ, ਕੋਈ ਸੂਲ ਨੀ ਹੋਵੇਗਾ ਉਹਨਾਂ ਨੂੰ ਜਿਹੜੇ ਜਨ ਬਿਰਤੀ ਨੂੰ ਆਪਦੀ ਨੂੰ ਵਾਹਿਗੁਰੂ ਚ ਰੱਖਦੇ ਹਨ ਬੇਫਿਕਰ ਹੋ ਕੇ। ਹਰ ਸਭ ਨਾ ਕਾ ਹੈ, ਹਰ ਸਭ ਨਾ ਕਾ ਹੈ ਖਸਮ, ਹਰੀ ਅਕਾਲ ਪੁਰਖ ਸਾਰਿਆਂ ਦਾ ਹੀ ਮਾਲਕ ਹੈ। ਸੋ ਭਗਤ ਜਨ ਚਿੱਤ ਕਰ, ਉਹ ਭਗਤ ਜਨ ਉਸ ਵਾਹਿਗੁਰੂ ਨੂੰ ਚੇਤੇ ਕਰਦੇ, ਤੁਸੀਂ ਭਗਤ ਜੇ ਕਹਾਉਂਦੇ ਹੋ ਜਨੋਂ ਚੇਤੇ ਕਰੋ। ਤੁਧ ਅੱਪੜ ਕੋਈ ਨਾ ਸਕੈ, ਹੇ ਭਾਈ ਤੇਰੀ ਬੰਦਗੀ ਦੇ ਬਰਾਬਰ, ਤੇਰੀ ਸੋਭਾ ਦੇ ਬਰਾਬਰ, ਤੇਰੇ ਜਸ ਦੇ ਬਰਾਬਰ, ਤੇਰੇ ਪ੍ਰਤਾਪ ਦੇ ਬਰਾਬਰ, ਤੇਰੀ ਕਰਨੀ ਦੇ ਬਰਾਬਰ ਕੋਈ ਪਹੁੰਚ ਨਹੀਂ ਫਿਰ ਸਕੇਗਾ। ਸਭ ਚੱਖ ਚੱਖ ਪਵੇ ਝੜ, ਜਿਹੜੇ ਨਿੰਦਕ ਲੋਕ ਹੈ ਉਹ ਚੱਖ ਵਿਅਰਥ ਬੋਲ ਬੋਲ ਕੇ ਚੱਖਾ ਮਾਰ ਮਾਰ ਕੇ ਝੜ ਪੈਣਗੇ, ਡਿੱਗ ਪੈਣਗੇ, ਤੇਰਾ ਕੋਈ ਬਾਲ ਨਹੀਂ ਬਿੰਗਾ ਕਰ ਸਕੇਗਾ। ਜਿਨ੍ਹਾਂ ਦੇ ਸਿਰ ਦੇ ਤੇ ਵਾਹਿਗੁਰੂ ਰੱਖ ਹੈ ਉਹਨਾਂ ਦਾ ਕੋਈ ਰੋਮ ਕੀ ਬਿੰਗਾ ਕਰ ਸਕਦਾ, ਵਿੱਚ ਕਰਤਾ ਪੁਰਖ ਖਲੋਆ ਬਾਲ ਨਾ ਬਿੰਗਾ ਹੋਆ। ਸਲੋਕ ਮਹੱਲਾ ਤੀਜਾ, ਬ੍ਰਹਮ ਬਿੰਦ ਹੈ ਤੇ ਬ੍ਰਾਹਮਣਾ। ਇੱਕ ਬ੍ਰਾਹਮਣ ਆ ਗਿਆ ਮਹਾਰਾਜ ਨੂੰ ਕਹਿਣ ਲੱਗਾ ਜੀ ਅਸੀਂ ਬ੍ਰਾਹਮਣ ਹੁੰਦੇ ਹਾਂ ਤਾਂ ਸਤਿਗੁਰੂ ਜੀ ਕਹਿੰਦੇ ਹਨ। ਬ੍ਰਹਮ ਬਿੰਦ ਹੈ ਤੇ ਬ੍ਰਾਹਮਣਾ, ਮਹਾਰਾਜ ਸਾਹਿਬ ਕਹਿੰਦੇ ਬੇਣੀ ਆਦਿਕ ਬ੍ਰਾਹਮਣ ਜਿਹੜੇ ਮਹਾਰਾਜ ਦੇ ਪਾਸ ਆ ਕੇ ਸਿੱਖ ਹੋ ਗਏ ਸੀ, ਮਹਾਰਾਜ ਕਹਿੰਦੇ ਹਨ ਜਿਹੜਾ ਭਾਈ ਬ੍ਰਹਮ ਅਕਾਲ ਪੁਰਖ ਨੂੰ ਬਿੰਦੇ ਜਾਣ ਲਵੇ ਤੇ ਬ੍ਰਾਹਮਣ, ਉਹ ਬ੍ਰਾਹਮਣ ਹੁੰਦਾ ਹੈ। ਜਿਹੜਾ ਬ੍ਰਹਮ ਨੂੰ ਜਾਣੇ ਨਾ ਐਵੇਂ ਜਾਤੀ ਮਾਨ ਚ ਪਿਆ ਰਹੇ, ਕੌਰੇ ਬ੍ਰਾਹਮਣ ਪੰਡਿਤ ਪੰਡਿਤ ਬ੍ਰਾਹਮਣ ਕਬਕੇ ਹੋਏ, ਬ੍ਰਾਹਮਣ ਕਹਿ ਕਹਿ ਜਨਮ ਮਤ ਖੋਏ। ਜੋ ਬ੍ਰਹਮ ਨੂੰ ਜਾਣੇ ਇਵੇਂ ਇਹਨਾਂ ਦੇ ਸੂਤਰਾਂ ਵਿੱਚ ਲਿਖਿਆ ਹੋਇਆ, ਜਨਮ ਜਾਤ ਤੇ ਸੂਦਰਾ ਸੰਸਕਾਰੇ ਦਜੋਤਮਾ ਵੇਦ ਪਾਠੀ ਭਵੇਦ ਵਿਪਰਾ ਬ੍ਰਹਮ ਜਨੰਤੀ ਤੀ ਬ੍ਰਾਹਮਣਾ। ਇਸ ਪ੍ਰਕਾਰ ਦੇ ਲੇਖ ਲਿਖੇ ਹੋਏ ਹਨ ਸਿਮਰਤੀਆਂ ਚ ਵੀ। ਸੋ ਹਜ਼ੂਰ ਕਹਿੰਦੇ ਹਨ ਜੋ ਬ੍ਰਹਮ ਨੂੰ ਜਾਣੇ, ਜਾਣਨਾ ਕੀ ਹੈ ਜਿਹੜਾ ਉਸਦੇ ਧਿਆਨ ਵਿੱਚ ਹਰ ਵਕਤ ਜੁੜਿਆ ਰਹੇ, ਲਿਵ ਲਾ ਕੇ ਉਸਦੇ ਰੂਪ ਵਿੱਚ ਲੀਨ ਹੋ ਜੇ, ਉਹ ਬ੍ਰਾਹਮਣ ਹੁੰਦਾ ਹੈ। ਜੇ ਚੱਲੇ ਸਤਿਗੁਰ ਭਾ, ਬ੍ਰਹਮ ਨੂੰ ਮਾਰਾ ਕੌਣ ਜਾਣਦੇ ਹੈ, ਕਹਿੰਦੇ ਆਪੋ ਨਹੀਂ ਜਾਣਿਆ ਜਾਂਦਾ, ਘਾਟਨਾ ਕਿਨੀ ਕਹਾਇਆ ਸਭ ਕਹਿਤੇ ਹੈ ਪਾਇਆ। ਜਿਹੜੇ ਚੱਲਦੇ ਹੈ ਗੁਰੂ ਸਾਹਿਬ ਦੇ ਅਨੁਸਾਰ ਹੋ ਕੇ, ਆਪਣੀ ਮਤ ਛੱਡ ਦਿੱਤੀ ਹੈ ਜਿਨ੍ਹਾਂ ਨੇ, ਜਿਵੇਂ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਪੰਜ ਕਕਾਰ ਦੀ ਆਗਿਆ ਦਿੱਤੀ ਹੈ, ਸਿੱਖੀ ਨਿਸ਼ਾਨੇ ਅਸਤ ਪੰਜ ਕਾਫ, ਹਰ ਗਿਜਨਾ ਵਾਸਤ ਅਜੀ ਪੰਜ ਮੁਆਫ, ਸਿੱਖੀ ਦੇ ਨਿਸ਼ਾਨ ਪੰਜ ਕਕਾਰ ਹੈ। ਜੇ ਕੋਈ ਸਾਥੋਂ ਮੁਆਫ ਕਰਾਉਣਾ ਚਾਹੇ ਕਿ ਮਾਰਾ ਕੱਛ ਨਹੀਂ ਮੈਂ ਰੱਖ ਸਕਣੀ ਹੁਣ, ਤੇ ਮੈਂ ਕੇਸ ਨਹੀਂ ਰੱਖ ਸਕੂੰ, ਕੜਾ ਨਹੀਂ ਰੱਖ ਸਕੂੰਗਾ, ਕਿਰਪਾਨ ਨਹੀਂ ਰੱਖ ਸਕੂੰਗਾ, ਕੰਘਾ ਨਹੀਂ ਰੱਖ ਸਕੂੰ, ਮਾਰਾ ਕਹਿੰਦੇ ਹਰ ਗਿਜਨਾ ਵਾਸਤ ਅਜੀ ਪੰਜ ਮੁਆਫ, ਅਜੀ ਇਹਨਾਂ ਤੋਂ ਕਦੇ ਵੀ ਅਸੀਂ ਮੁਆਫ਼ੀ ਨਹੀਂ ਦੇ ਸਕਦੇ ਪੰਜਾਂ ਕਕਾਰਾਂ ਤੋਂ। ਕੋਈ ਆਦਮੀ ਮੁਆਫ਼ ਕਰਾ ਕੇ ਸਿੱਖ ਨਹੀਂ ਕਹਾ ਸਕਦਾ, ਇਹ ਨਿਯਮ ਬਣਾਇਆ ਮਹਾਰਾਜ ਸਾਹਿਬ ਨੇ। ਜਿਸ ਨੇ ਸਿੱਖ ਰਹਿਣਾ ਹੈ ਗੁਰੂ ਸਾਹਿਬ ਦਾ, ਉਹ ਪੰਜਾਂ ਕਕਾਰਾਂ ਦੀ ਰਹਿਤ ਰੱਖੇ, ਜੇ ਜੋ ਸਤਿਗੁਰਾਂ ਦੇ ਅਨੁਸਾਰ ਹੋ ਕੇ ਚੱਲਣਾ ਹੈ। ਜਿਨ ਕਾ ਹਿਰਦੈ ਹਰ ਵਸੈ, ਜਿਨ੍ਹਾਂ ਦੇ ਹਿਰਦੇ ਚ ਹਰੀ ਅਕਾਲ ਪੁਰਖ ਵਸਦਾ ਹੈ, ਹਉਮੈ ਰੂਗ ਗਵਾਏ, ਉਹਨਾਂ ਦੇ ਅੰਦਰ ਜਿਹੜੀ ਹਉਮੈ ਵੀ ਮੇਰਾ ਮੈਨੂੰ ਕੀ ਲੱਗ ਚੱਲਿਆ, ਆਪਦੀ ਮੌਤ ਚ ਸੁਤੰਤਰ ਹੋ ਜਾਣਾ, ਚਾਰ ਆਦਮੀ ਆਖੇ ਲੱਗਣ ਲੱਗ ਜਾਣੇ ਖਾਨੀ ਕੀ ਬਣ ਬੈਠ ਪਏ, ਇਸ ਤਰ੍ਹਾਂ ਨੀ ਭਾਈ ਮਾਰੇ। ਹਉਮੈ ਨੂੰ ਸੱਚੇ ਪਾਤਸ਼ਾਹ ਕਹਿੰਦੇ ਹੈ, ਜਿਨ੍ਹਾਂ ਦੇ ਹਿਰਦੇ ਚ ਵਾਹਿਗੁਰੂ ਦਾ ਨਾਮ ਵਸਦਾ ਹੈ ਉਹਨਾਂ ਦਾ ਹਉਮੈ ਦਾ ਰੋਗ ਮਹਾਰਾਜ ਸਾਹਿਬ ਗਵਾ ਦਿੰਦੇ ਹਨ, ਉਹ ਭਾਣੇ ਚੱਲਣ ਵਾਲੇ ਹੋ ਜਾਂਦੇ ਹਨ। ਗੁਣ ਰਵੈ ਗੁਣ ਸੰਗ੍ਰਹਿ, ਉਹ ਪਰਮੇਸ਼ੁਰ ਦੇ ਗੁਣਾਂ ਨੂੰ ਉਚਾਰਨ ਕਰਦੇ ਹਰ ਵਕਤ ਰਸਨਾ ਕਰਕੇ ਵੀ, ਹਿਰਦੇ ਚ ਵੀ ਗੁਣਾਂ ਨੂੰ ਸੰਗ੍ਰਹਿ ਇਕੱਤਰ ਕਰਦੇ ਹਨ, ਧਾਰਨ ਕਰਦੇ ਹਨ। ਜੋਤੀ ਜੋਤ ਮਿਲਾ, ਉਹਨਾਂ ਦੀ ਜੋਤੀ ਜਿਹੜੀ ਹੈ ਪਰਤਕ ਜੋਤ ਬੁੱਧੀ, ਉਹ ਜੋਤੀ ਸਰੂਪ ਆਪਦੇ ਚ ਮੇਲ ਲੈਂਦਾ ਹੈ। ਇਸ ਯੁਗ ਮਹਿ ਬਿਰਲੇ ਬ੍ਰਾਹਮਣ, ਇਸ ਜਗ ਦੇ ਵਿੱਚ ਕਲਯੁਗ ਦੇ ਵਿੱਚ ਕੋਈ ਕੋਈ ਬਿਰਲੇ ਹੀ ਹੈ ਭਾਈ ਬ੍ਰਾਹਮਣ ਜਿਹੜੇ ਹਨ। ਬ੍ਰਹਮ ਬਿੰਦ ਹੈ ਚਿਤ ਲਾ, ਜਿਹੜੇ ਚਿਤ ਨੂੰ ਲਾ ਕੇ ਬ੍ਰਹਮ ਨੂੰ ਜਾਣਦੇ ਹਨ, ਨਹੀਂ ਤਾਂ ਭੇਖੀ ਮਨੂ ਸਿਮਰਤੀ ਚ ਬਿੱਲਾ ਬ੍ਰਾਹਮਣ, ਇਸੇ ਪ੍ਰਕਾਰ ਗਿੱਦੜ ਬ੍ਰਾਹਮਣ, ਅੱਠ ਤਰ੍ਹਾਂ ਦੇ ਬ੍ਰਾਹਮਣ ਹੀ ਬ੍ਰਾਹਮਣ ਦੱਸੇ ਮਨੂ ਸਿਮਰਤੀ ਵਾਲੇ ਨੇ। ਮਹਾਰਾਜ ਕਹਿੰਦੇ ਕੋਈ ਬਿਰਲਾ ਹੀ ਬ੍ਰਾਹਮਣ ਹੈ। ਬ੍ਰਹਮ ਬਿੰਦ ਹੈ ਚਿਤ ਲਾ, ਜਿਹੜਾ ਚਿਤ ਦੀ ਬਿਰਤੀ ਨੂੰ ਲਾ ਕੇ ਬ੍ਰਹਮ ਨੂੰ ਬਿੰਦਾ ਜਾਣ ਲਵੇ। ਨਾਨਕ ਜਿਨ ਕੋ ਨਜ਼ਰ ਕਰੇ ਹਰ ਸੱਚਾ, ਜਿਨ੍ਹਾਂ ਦੇ ਤਾਂ ਹੀ ਹਰੀ ਸੱਚਾ ਅਕਾਲ ਪੁਰਖ ਕਿਰਪਾ ਦ੍ਰਿਸ਼ਟੀ ਕਰ ਦਿੰਦਾ, ਸਹਿਬ ਫਰਮਾਉਂਦੇ ਹਨ ਤੇ ਨਾਮ ਰਹੇ ਲਿਵ ਲਾ, ਉਹ ਭਾਈ ਪਰਮੇਸ਼ੁਰ ਦੇ ਨਾਮ ਦੀ ਬਿਰਤੀ ਨੂੰ ਲਾ ਕੇ ਰਹਿੰਦੇ, ਧੰਤਾ ਦੇ ਯੋਗ ਹੈ ਉਹ ਪੁਰਖ। ਮਹੱਲਾ ਤੀਜਾ,
ਸਤਿਗੁਰ ਕੀ ਸੇਵ ਨਾ ਕੀਤੀ ਜਿਨ੍ਹਾਂ ਨੂੰ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਦੀ ਟਹਿਲ ਨਹੀਂ ਕੀਤੀ, ਆਗਿਆ ਨਹੀਂ ਮੰਨੀ, ਸ਼ਬਦ ਨਾ ਲੱਗੋ ਭਾਵ ਉਹਨਾਂ ਦਾ ਸ਼ਬਦ ਚ ਪ੍ਰੇਮ ਨਹੀਂ ਲੱਗਾ, ਭਾਵੇਂ ਕਿੰਨੇ ਯਤਨ ਕਰਦੇ ਮਿਹਨਤ ਕਰਦੇ ਹੈ, ਜਿਨ੍ਹਾਂ ਨੇ ਸਤਿਗੁਰੂ ਦੇ ਘਰ ਦੀ ਸੇਵਾ ਕੀਤੀ ਉਹਨਾਂ ਨੂੰ ਸ਼ਬਦ ਦੀ ਕਮਾਈ ਦਾ ਪ੍ਰੇਮ ਲੱਗਾ ਹੈ। ਹਉ ਮੈਂ ਰੋਗ ਕਮਾਵਣਾ, ਇਹ ਭਾਈ ਜੇ ਸ਼ਬਦ ਦਾ ਪ੍ਰੇਮ ਨਾ ਲੱਗੇ ਜਿੰਨਾ ਕੰਮ ਕਰਨਾ ਉਹ ਸਾਰਾ ਹਉਮੈ ਦਾ ਰੋਗ ਹੀ ਚਿੰਬੜਦਾ ਹੈ। ਇਹ ਹਉਮੈ ਦੇ ਰੋਗ ਚ ਕਮਾਈ ਨੂੰ ਕਮਾਉਣਾ ਕਰਦੇ ਹਨ ਜੀਵ। ਅਤ ਦੀਰਘ ਬਹੁ ਸਵਾਵ, ਬੜਾ ਦੀਰਘ ਲੰਮਾ ਸਵਾਵ ਪ੍ਰਯੋਜਨ ਬਣਿਆ ਹੋਇਆ, ਕੁਛ ਕਦੇ ਕਿਸੇ ਪ੍ਰਯੋਜਨ ਚ ਕਿਸੇ ਮਤਲਬ ਚ ਲੱਭਾ ਰਹਿੰਦਾ, ਕਦੇ ਕਿਸੇ ਮਤਲਬ ਚ ਲੱਗਾ ਰਹਿੰਦਾ ਹੈ। ਮਨ ਹੱਠ ਕਰਮ ਕਮਾਵਣੇ, ਜਿਹੜੇ ਕਰਮ ਕਮਾਉਂਦਾ ਮਨ ਦੇ ਹੱਠ ਨਾਲ ਕਰਮਾਂ ਨੂੰ ਕਮਾਉਂਦੇ ਹਨ ਜੀਵ। ਫਿਰ ਫਿਰ ਜੋਨੀ ਪਾ, ਉਹਨਾਂ ਕਰਮ ਹੱਠਾਂ ਦੇ ਨਾਲ ਕੀਤਿਆਂ ਦਾ ਫਲ ਭੋਗਣਾ ਪੈਂਦਾ ਹੈ, ਮੁੜ ਮੁੜ ਕੇ ਜੂਨਾਂ ਚ ਪਾਏ ਜਾਂਦੇ ਹਨ। ਗੁਰਮੁਖ ਜਨਮ ਸਫਲ ਹੈ, ਜਿਹੜੇ ਗੁਰਮੁਖ ਬਣੇ ਆ ਗੁਰਾਂ ਦੁਆਰਾ ਉਹਨਾਂ ਦਾ ਜਨਮ ਪਈ ਸਫਲ ਹੈ। ਜਿਸ ਨੂੰ ਆਪੇ ਲਏ ਮਿਲਾ, ਜਿਨ੍ਹਾਂ ਨੂੰ ਮੇਰਾ ਵਾਹਿਗੁਰੂ ਆਪ ਆਪਦੇ ਨਾਮ ਵਿੱਚ ਨਾਮ ਦੁਆਰਾ ਸਰੂਪ ਵਿੱਚ ਮੇਲ ਲੈਂਦਾ ਹੈ। ਨਾਨਕ ਨਜ਼ਰੀ ਨਜ਼ਰ ਕਰੇ, ਜਿਨ੍ਹਾਂ ਤੇ ਨਜ਼ਰੀ ਸਤਿਗੁਰੂ ਗਿਆਨ ਦ੍ਰਿਸ਼ਟੀ ਵਾਲੇ ਕਿਰਪਾ ਦ੍ਰਿਸ਼ਟੀ ਕਰ ਦਿੰਦੇ ਹੈ, ਨਜ਼ਰੀ ਗਿਆਨੀ ਸਤਿਗੁਰੂ ਗਿਆਨ ਦੀ ਨਜ਼ਰ ਕਰ ਦਿੰਦੇ ਹਨ। ਤਾਂ ਨਾਮ ਧਨ ਪੱਲੇ ਪਾ, ਜਿਨ੍ਹਾਂ ਦੇ ਨਜ਼ਰੀ ਅਕਾਲ ਪੁਰਖ ਕਿਰਪਾ ਦ੍ਰਿਸ਼ਟੀ ਕਰੇ ਉਹਨਾਂ ਨੂੰ ਸਤਿਗੁਰੂ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਕਰਦੇ ਹੈ ਤਾਂ ਨਾਮ ਰੂਪੀ ਧਨ ਉਹਨਾਂ ਦੇ ਹਿਰਦੇ ਰੂਪੀ ਪੱਲੇ ਚ ਪ੍ਰਾਪਤ ਹੁੰਦਾ ਹੈ। ਪੌੜੀ ਸਭ ਵਡਿਆਈਆਂ ਹਰ ਨਾਮ, ਫਿਰ ਗੁਰਸਿੱਖੋ ਸਾਰੀਆਂ ਵਡਿਆਈਆਂ ਮਹਾਰਾਜ ਦੇ ਨਾਮ ਜਪਣ ਵਿੱਚ ਹੀ ਹਨ। ਹਰ ਗੁਰਮੁਖ ਧਿਆਈ, ਹਰੀ ਦਾ ਨਾਮ ਗੁਰਮੁਖ ਬਣ ਕੇ ਧਿਆਉਣਾ ਕਰੀਏ, ਮਨਮੁਖ ਹਰ 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 ਕਰ ਸਕੇ ਮੈਲ ਨਾ ਸਕੀ ਧੋਏ, ਮਨਮੁਖ ਹਰ ਹਰ ਕਰਨ ਵਾਲਿਆਂ ਦੀ ਮੈਲ ਨਹੀਂ ਧੋਤੀ ਜਾਂਦੀ। ਗੁਰਮੁਖ ਬਣ ਕੇ ਜਿਹਨੇ ਗੁਰਮੁਖ ਨਾਮ ਤੇ ਆਇਆ ਤੈਨ ਫਿਰ ਵਿਘਨ ਨਾ ਹੋਈ ਰਾਮ ਰਾਜੇ, ਗੁਰੂ ਸਾਹਿਬ ਦੇ ਅਨੁਸਾਰ ਬਣ ਕੇ ਜੀਵਨ ਬਣਾ ਕੇ ਤੇ ਪਰਮੇਸ਼ੁਰ ਦੇ ਨਾਮ ਨੂੰ, ਹਰ ਗੁਰਮੁਖ ਧਿਆਈ ਹੈ, ਹਰੀ ਦੇ ਨਾਮ ਨੂੰ ਗੁਰਮੁਖ ਬਣ ਕੇ ਧਿਆਉਣਾ ਕਰੀਏ, ਮਨਮੁਖਤਾਈ ਆਪਦੀ ਛੱਡੀਏ। ਜੇ ਵਸਤ ਮੰਗੀ ਹੈ ਸਾਈ ਪਾਈ, ਜਿਹੜੀ ਵਸਤੂ ਧਰਮ ਅਰਥ ਕਾਮ ਮੋਹ ਜੋ ਵੀ ਮੰਗੀਏ ਉਹੀ ਦਾਤ ਸਤਿਗੁਰਾਂ ਦੇ ਪਾਸੋਂ ਪਾ ਲਈ ਦੀ ਹੈ। ਜੇ ਨਾਮ ਚਿੱਤ ਲਾਈ ਹੈ, ਪਰ ਕੀ ਨਾਮ ਭੁਲਾ ਕੇ ਨਹੀਂ, ਜੇ ਮਹਾਰਾਜ ਦੇ ਨਾਮ ਚਿੱਤ ਨੂੰ ਲਾ ਰੱਖੀਏ ਹਰ ਵਕਤ, ਫਿਰ ਜੋ ਜੋ ਪਦਾਰਥ ਦੀ ਲੋੜ ਹੈ ਉਹ ਪਾ ਲਈਦੀ ਹੈ। ਗੋਜ ਗੱਲ ਜੀ ਕੀ ਕੀਚੈ ਸਤਿਗੁਰੂ ਪਾ, ਗੁਪਤ ਗੱਲਾਂ ਨਾਲ ਕਾਮ ਨਹੀਂ ਮਿਟਦਾ, ਗੁਪਤ ਗੱਲਾਂ ਨਾਲ ਕ੍ਰੋਧ ਨਹੀਂ ਮਿਟਦਾ, ਗੁਪਤ ਗੱਲਾਂ ਨਾਲ ਅਗਿਆਨ ਨਹੀਂ ਮਿਟਦਾ, ਗੁਪਤ ਗੱਲਾਂ ਨਾਲ ਮੋਹ ਨਹੀਂ ਟੁੱਟਦਾ, ਗੁਪਤ ਗੱਲ ਹੈ ਕਿ ਹੰਕਾਰ ਨਹੀਂ ਟੁੱਟਦਾ, ਇਹ ਗੁਪਤ ਗੱਲ ਹੈ, ਗੁਜ ਗੱਲ ਹੈ, ਦੱਸੀ ਨਹੀਂ ਜਾਂਦੀ ਆਪਦੀ ਕਿਸੇ ਨੂੰ, ਇਹ ਸਤਿਗੁਰਾਂ ਦੇ ਪਾਸ ਬੇਨਤੀ ਕਰੀਏ ਤਾਂ ਸਰਬ ਸੁਖ ਪਾਈ, ਤਾਂ ਸਾਰੇ ਦੁੱਖ ਮਿਟ ਜਾਂਦੇ ਵਿਕਾਰਾਂ ਦੇ, ਸਾਰੇ ਸੁਖ ਪਾ ਲਈਦੇ ਹਨ। ਗੁਰ ਪੂਰਾ ਹਰ ਉਪਦੇਸ਼ ਦੇ, ਪੂਰਨ ਸਤਿਗੁਰੂ ਅਕਾਲ ਪੁਰਖ ਦਾ ਉਪਦੇਸ਼ ਬਖਸ਼ ਦਿੰਦੇ ਹਨ। ਸਭ ਭੁੱਖ ਲਹਿ ਜਾਈ, ਸਾਰੀਆਂ ਅਸਾ ਰੂਪੀ ਭੁੱਖਾਂ ਮਹਾਰਾਜ ਦੀ ਕਿਰਪਾ ਕਰਕੇ ਲਹਿ ਜਾਂਦੀਆਂ ਹਨ। ਜਿਸ ਪੂਰਵ ਹੋਵੇ ਲਿਖਿਆ, ਜਿਹਦੇ ਪੂਰਵ ਜਨਮਾਂ ਚ ਪੁੰਨ ਕੀਤੇ ਹੋਏ ਆ, ਈਸ਼ਵਰ ਨੇ ਪ੍ਰੇਰੇ ਹੋਏ ਨੇ ਨਿਸਕਾਮ ਕਰਮ ਕਰਕੇ ਲਿਖ ਦਿੱਤਾ ਹੈ, ਉਹ ਹਰ ਗੁਣ ਗਾਈ, ਉਹ ਭਾਈ ਇਹ ਜਨਮ ਚ ਮਹਾਰਾਜ ਦੇ ਗੁਣਾਂ ਨੂੰ ਗਾਉਂਦੇ ਆ, ਤਾਂ ਹੀ ਨਹੀਂ ਸਾਰੇ ਪ੍ਰਵਿਰਤੀ ਚ ਪਏ ਹੋਏ ਆ, ਲੱਗਦੇ ਨਹੀਂ ਇਸ ਸਿਮਰਨ ਚ, ਕਿਉਂ ਇਹ ਮਹਾਰਾਜ ਸਾਹਿਬ ਦੇ ਪੂਰਵਲੇ ਲਿਖਤ ਅਨੁਸਾਰ ਹੀ ਇਹ ਫਲ ਪ੍ਰਾਪਤ ਹੁੰਦਾ ਹੈ, ਜਿਨ੍ਹਾਂ ਨੂੰ ਪੂਰਵ ਜਨਮ ਕਾਲ ਤੋਂ ਲਾ ਕੇ ਬਾਲਕ ਅਵਸਥਾ ਤੋਂ ਲਾ ਕੇ ਕਰਮ ਆਪਦੇ ਅੰਦਰ ਜੀਵਨ ਦੇ ਬਣਾਉਣ ਦੇ ਕਰ ਲਿਆ ਸਤਿਗੁਰ ਦੀ ਸੰਗਤ ਕਰਕੇ, ਸੋ ਹਰ ਗੁਣ ਗਾਈ, ਉਹ ਹਰੀ ਦੇ ਗੁਣਾਂ ਨੂੰ ਸਾਰੀ ਜ਼ਿੰਦਗੀ ਭਰ ਗਾਉਂਦੇ ਤੇ ਨਿਹਾਲ ਹੁੰਦੇ ਹਨ। ਸ਼ਲੋਕ ਮਹੱਲਾ ਤੀਜਾ, ਸਤਿਗੁਰ ਤੇ ਖਾਲੀ ਕੋ ਨਹੀਂ, ਭਾਈ ਗੁਰੂ ਸਾਹਿਬ ਦੀ ਜਿਹੜਾ ਸ਼ਰਨ ਆ ਜੇ ਖਾਲੀ ਨਹੀਂ ਕੋਈ ਰਹਿ ਸਕਦਾ, ਸਭ ਨਿਹਾਲ ਹੋ ਜਾਂਦੇ ਹਨ ਗੁਰੂ ਸਾਹਿਬ ਦੀ ਸ਼ਰਨ ਆ ਕੇ। ਤਾਂ ਮੇਰਾ ਪ੍ਰਭ ਮੇਲ ਮਿਲਾ, ਮੇਰੇ ਪ੍ਰਭੂ ਦੇ ਮੇਲ ਚ ਵੀ ਸਤਿਗੁਰ ਤਾਂ ਮਿਲਾ ਦਿੰਦੇ ਆ, ਤੇ ਖਾਲੀ ਇਸ ਨੂੰ ਕੀ ਰਹਿਣਾ ਸੀ ਮਹਾਰਾਜ ਦੇ ਕੋਲੋਂ, ਸਤਿਗੁਰ ਕਾ ਦਰਸ਼ਨ, ਹੋਰ ਤਾਂ ਪਦਾਰਥਾਂ ਵੱਲੋਂ ਕੀ ਖਾਲੀ ਰਹਿਣਾ ਸੀ ਕਿਸੇ ਨੇ, ਸਤਿਗੁਰ ਕਾ ਦਰਸ਼ਨ ਸਫਲ ਹੈ, ਗੁਰੂ ਸਾਹਿਬ ਦਾ ਜਿਹੜਾ ਦਰਸ਼ਨ ਪੰਥ ਹੈ ਨਾ ਇਹ ਵੀ ਸਹਿਤ ਗਿਆਨ ਫਲ ਦੇ ਹੈ, ਗੁਰੂ ਸਾਹਿਬ ਦਾ ਦਰਸ਼ਨ ਕਰਨਾ ਵੀ ਸਫਲ ਹੈ। ਜਿਹਾ ਕੋ ਇੱਛੇ ਤਿਹਾ ਫਲ ਪਾਏ, ਇਹ ਜੀ ਕੋਈ ਇੱਛਾ ਕਰਕੇ ਆਵੇ ਉਹ ਹਜੇ ਫਲ ਪ੍ਰਾਪਤ ਹੁੰਦਾ, ਕਈ ਚੋਰ ਚੋਰੀ ਵਾਸਤੇ ਸੁਖਦੇ ਰਹਿੰਦੇ ਹੈ ਅਤੇ ਕੋਈ ਠੱਗ ਠੱਗੀ ਵਾਸਤੇ ਸੁਖਦੇ ਹੈ, ਪਰ ਉਹਨਾਂ ਠੱਗੀ ਪੂਰੀ ਕਰਕੇ ਫੜ ਵੀ ਮਾਰਾ ਲੈਂਦੇ ਹੈ, ਫਿਰ ਉਹਨਾਂ ਨੂੰ ਸੁਧਾਰ ਵੀ ਦਿੰਦੇ ਹੈ,
ਇਹ ਵੀ ਮਾਤਾ ਸਾਹਿਬ ਦਾ ਸੁਭਾਅ ਹੈ ਆਪਣਾ, ਜਿੱਥੇ ਉਹ ਪੜਦੇ ਢਕਣੋ ਵਾਲਾ ਹੈ ਉੱਥੇ ਸਤਸੰਗ ਜੀ ਬੇਪੜਦਿਆਂ ਦੇ ਬੇਪੜਦੇ ਵੀ ਕਰ ਦਿੰਦਾ। ਉਹ ਐਡਾ ਵੱਡਾ ਸੱਚੇ ਪਾਤਸ਼ਾਹ ਦਿਨਾ ਹੈ, ਜਿਹਾ ਕੋ ਇੱਛੇ ਤਿਹਾ ਫਲ ਪਾਏ, ਜਿਹੋ ਜੀ ਕੋਈ ਇੱਛਾ ਕਰੇ ਉਹੋ ਜਿਹਾ ਫਲ ਪਾ ਲੈਂਦਾ ਹੈ। ਗੁਰ ਕਾ ਸ਼ਬਦ ਅੰਮ੍ਰਿਤ ਹੈ, ਭਾਈ ਸਤਿਗੁਰਾਂ ਦਾ ਸ਼ਬਦ ਅੰਮ੍ਰਿਤ ਹੈ ਜੋ ਮੌਤ ਤੋਂ ਰਹਿਤ ਕਰਨ ਵਾਲਾ, ਸਭ ਤ੍ਰਿਸ਼ਨਾ ਭੁੱਖ ਗਵਾਏ। ਇਸ ਕਰਕੇ ਸਾਰੀਆਂ ਤ੍ਰਿਸ਼ਨਾ ਰਹਿ ਜਾਂਦੀਆਂ ਰਸਾਂ ਕਸਾਂ ਦੀਆਂ, ਆਸਾ ਦੀ ਭੁੱਖ ਸਾਰੀ ਗਵਾ ਦਿੰਦਾ ਹੈ। ਹਰ ਰਸ ਪੀ ਸੰਤੋਖ ਹੋਆ, ਜਿਨ੍ਹਾਂ ਨੇ ਹਰੀ ਦੇ ਰਸ ਨੂੰ ਪੀਤਾ ਹੈ, ਧਾਰਨ ਕੀਤਾ, ਉਹਨਾਂ ਨੂੰ ਸੰਤੋਖ ਹੋ ਗਿਆ ਹੈ। ਸੱਚ ਵਸਿਆ ਮਨ ਆਏ, ਸੱਚਾ ਪਰਮੇਸ਼ਰ ਉਹਨਾਂ ਦੇ ਮਨ ਚ ਆ ਕੇ ਵਸ ਗਿਆ ਹੈ। ਸੱਚ ਧਿਆਏ ਅਮਰਾ ਪਦ ਪਾਇਆ, ਜਿਨ੍ਹਾਂ ਨੂੰ ਸੱਚੇ ਨੂੰ ਧਿਆਇਆ ਮਰਨ ਤੋਂ ਰਹਿਤ ਪਦ ਵੀ ਮੋਖ ਨੂੰ ਪਾ ਲਿਆ ਹੈ। ਅਨਹਦ ਸ਼ਬਦ ਵਜਾਏ, ਇੱਕ ਰਸ ਉਹਨਾਂ ਦੇ ਸ਼ਬਦ ਵਾਹਿਗੁਰੂ ਮੰਤਰ ਸਤਨਾਮ ਸ੍ਰੀ ਵਾਹਿਗੁਰੂ ਦੇ ਚੁਣਕਾਰ ਅੰਦਰ ਵੱਜਿਆ ਏ, ਪ੍ਰਗਟ ਹੋਇਆ ਏ ਹਨ। ਸੱਚੂ ਦਹਿਦਸ ਪਸਰਿਆ, ਜਦੋਂ ਸ਼ਬਦ ਦਾ ਅਭਿਆਸ ਜਪਾ ਜਾਪ ਹੋਣ ਲੱਗ ਗਿਆ, ਫਿਰ ਸੱਚੇ ਦੀ ਲਸ਼ਕ ਪਈ ਅੰਦਰੋਂ, ਚਾਰ ਸਵੇਰੇ ਪਸਰਿਆ ਫੈਲਿਆ ਹੋਇਆ ਦਿਸਿਆ। ਗੁਰ ਕੈ ਸਹਿਜ ਸੁਭਾਏ, ਇਹ ਗੁਰਾਂ ਦੁਆਰਾ ਸੁਤੇ ਸਿੱਧ ਸਾਰੀਆਂ ਚੀਜ਼ਾਂ ਪ੍ਰਗਟ ਹੋ ਜਾਂਦੀਆਂ, ਬਾਕੀ ਯਤਨ ਕਰਕੇ ਵੀ ਨਹੀਂ ਹੁੰਦੀਆਂ। ਨਾਨਕ ਜਿਨ ਅੰਦਰ ਸੱਚ ਹੈ, ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਹਿਰਦੇ ਚ ਸੱਚਾ ਵਸਿਆ ਹੋਇਆ ਹੈ, ਇਹ ਜਨ ਛਪ ਹੈ ਨਾ ਕਿਸੇ ਦੀ ਛਪਾਈ, ਉਹ ਕਿਸੇ ਲੁਕੋਏ ਹੋਏ ਲੁਕਦੇ ਨਹੀਂ, ਸੂਰਜ ਵਾਂਗੂ ਚਮਕਦੇ ਉਹਨਾਂ ਦੇ ਜੀਵਨ। ਮਹੱਲਾ ਤੀਜਾ, ਕੱਢ ਕੁਨਾਲੀ ਜੋਤ ਛਪਾਈ, ਭਾਈ ਸਾਹਿਬ ਲਿਖਿਆ ਹੈ ਕਿ ਕੁਨਾਲੀ ਲੈ ਕੇ ਜੋਤ ਚੰਦਰਮਾ ਦੀ ਛਪਾਵੇ, ਉਹ ਆਪਦੀਆਂ ਅੱਖਾਂ ਲੁਕੋ ਸਕਦਾ ਹੈ, ਉਹ ਚੰਦਰਮਾ ਨੂੰ ਨਹੀਂ ਲੁਕੋ ਸਕਦਾ। ਕਿਉਂ ਭਾਈ, ਜੇ ਕੋਈ ਛੁਪਾਉਣਾ ਚਾਹੇ ਉਹਨਾਂ ਗੁਰਮੁਖਾਂ ਨੂੰ, ਉਹ ਛਪਦੇ ਨਹੀਂ ਹਨ। ਮਹੱਲਾ ਤੀਜਾ, ਗੁਰ ਸੇਵਾ ਤੇ ਹਰ ਪਾਈ ਹੈ, ਭਾਈ ਸਤਿਗੁਰਾਂ ਦੀ ਸੇਵਾ ਕਰਕੇ ਹੀ ਪਰਮੇਸ਼ੁਰ ਦੀ ਪ੍ਰਾਪਤੀ ਹੁੰਦੀ। ਧੰਨ ਗੁਰੂ ਅਮਰਦਾਸ ਸਾਹਿਬ ਜਿਨ੍ਹਾਂ ਨੂੰ 12 ਸਾਲ ਜਲ ਧੋਇਆ ਬਿਆਸਾ ਤੋਂ ਲਿਆ ਕੇ, ਸਤਿਗੁਰਾਂ ਦਾ ਇਸ਼ਨਾਨ ਕਰਾਉਂਦੇ, ਫਿਰ ਲੰਗਰ ਦੀ ਸੇਵਾ ਸਦਾ ਕਰਦੇ, 84 ਪਾਠ ਜਪ ਸਾਹਿਬ ਦੇ ਕਰਦੇ, ਉਹ ਸਤਿਗੁਰਾਂ ਨੇ ਸੇਵਾ ਦੀ ਕਦਰ ਦੱਸੀ ਹੈ ਗੁਰੂ ਅਮਰਦਾਸ ਜੀ ਨੇ ਆਪ ਕਰਕੇ। ਕਿਉਂ ਭਾਈ, ਗੁਰਾਂ ਦੀ ਸੇ 21 ਵਾਰ ਪਹਿਲਾਂ ਮਹਾਰਾ, 20 ਵਾਰ ਗੰਗਾ ਤੇ ਗਏ, ਫਿਰ ਗੁਰੂ ਅੰਗਦ ਸਾਹਿਬ ਦੀ ਸੇਵਾ ਚ ਹਾਜ਼ਰ ਹੋਏ, ਤਾਂ ਮੈਂ ਗੁਰਾਂ ਦੀ ਸੇਵਾ ਕਰਕੇ ਹਰੀ ਅਕਾਲ ਪੁਰਖ ਨੂੰ ਪਾਈਦਾ ਹੈ। ਕਿਆ ਕਹੋ ਨਦਰ ਕਰੇ, ਜਿਨ੍ਹਾਂ ਤੇ ਮਹਾਰਾ ਸਾਹਿਬ ਕਿਰਪਾ ਦ੍ਰਿਸ਼ਟੀ ਕਰਦਾ, ਉਹ ਸਤਿਗੁਰਾਂ ਦੀ ਸੇਵਾ ਚ ਲੱਗਦੇ ਹੈ। ਮਾਨਸ ਤੇ ਦੇਵ ਤੇ ਭੈ, ਉਹਨਾਂ ਨੂੰ ਮਾਣ ਦੇ ਸਾਹਿਬ ਜਿਹੜੇ ਪੁਰਖ ਸੀ, ਦੁਆਪਰ ਤ੍ਰੇਤੇ ਮਾਨਸ ਵਰਤੇ ਬਿਰਲੇ ਹੋਮੇ ਮਾਰੀ, ਉਹਨਾਂ ਨੂੰ ਮਾਣ ਦੇ ਸਾਹਿਬ ਨੂੰ ਦੇਵ ਦਿਵ ਧਾਤੂ ਪ੍ਰਕਾਸ਼ ਅਰਥੇ ਪ੍ਰਕਾਸ਼ ਨੂੰ ਬ੍ਰਹਮ ਗਿਆਨੀ ਬਣਾ ਤੇ, ਉਹ ਮਨੁੱਖਾਂ ਤੋਂ ਪ੍ਰੇਤਾਂ ਦੀ ਜੂਨ ਚ ਨਹੀਂ ਪਾਏ, ਉਹਨਾਂ ਨੂੰ ਸੱਚੇ ਪਾਤਸ਼ਾਹ ਦੇਵਤੇ ਉਹ ਦੇਵਤੇ ਨਹੀਂ ਬਣਾਏ ਜਿਹੜੇ ਜੇ ਮਨੁੱਖਾਂ ਦੇ ਨੂੰ ਤਰਸਦੇ ਹੈ, ਉਹ ਦੇਵ ਨਾਂ ਦਿਵ ਨਾਂ ਧਾਤੂ ਪ੍ਰਕਾਸ਼ ਅਰਥ ਦਾ ਨਾਂ ਹੈ, ਪ੍ਰਕਾਸ਼ ਨੂੰ ਬ੍ਰਹਮ ਹੀ ਬਣਾ ਤੇ, ਬ੍ਰਹਮ ਗਿਆਨੀ ਜਿਹੜੇ ਹਨ ਇਹੋ ਜਿਹੇ ਦੇਵਤੇ ਬਣਾ ਤੇ। ਸੱਚੀ ਭਗਤ ਜਿਸ ਦੇ, ਜਿਹਨਾਂ ਨੂੰ ਸੱਚੀ ਆਪਦੀ ਭਾਵ ਭਗਤੀ ਮਾਰਾ ਨੂੰ ਬਖਸ਼ ਦਿੱਤੀ ਹੈ, ਹੋ ਮੈਂ ਮਾਰ ਮਿਲਾ ਨੂੰ, ਦੇਹ ਦੀ ਹੰਗਤਾ ਨੂੰ ਮਾਰ ਕੇ ਆਪਦੇ ਸਰੂਪ ਚ ਮੇਲ ਲਿਆ ਹੈ ਉਹਨਾਂ ਨੂੰ। ਗੁਰ ਕੈ ਸ਼ਬਦ ਸੁੱਚੇ, ਗੁਰਾਂ ਦੇ ਸ਼ਬਦ ਕਰਕੇ ਉਹਨਾਂ ਦੇ ਸੁੱਚੇ ਹੋ ਗਏ, ਅੰਤਾ ਕਰਨ ਨਿਰਵਕਾਰ ਹੋ ਗਏ ਉਹਨਾਂ ਦੇ ਜੀਵਨ। ਨਾਨਕ ਸਹਿਜੇ ਮਿਲ ਰਹੇ, ਸਤਿਗੁਰੂ ਜੀ ਕਹਿੰਦੇ ਨੇ ਸੁਤੇ ਹੀ ਉਹ ਮਹਾਰਾਜ ਦੇ ਸਰੂਪ ਚ ਮਿਲੇ ਹੀ ਰਹਿੰਦੇ ਹਨ। ਨਾਮ ਵਡਿਆਈ, ਜਿਨ੍ਹਾਂ ਨੂੰ ਮਹਾਰਾਜ ਅੰਮ੍ਰਿਤ ਨਾਮ ਦੀ ਵਡਿਆਈ ਬਖਸ਼ ਦਿੱਤੀ ਹੈ। ਪੌੜੀ ਗੁਰ ਸਤਿਗੁਰ ਵਿੱਚ ਨਾਵੈ ਕੀ ਵੱਡੀ ਵਡਿਆਈ, ਭਾਈ ਸਤਿਗੁਰੂ ਪੂਜਨੀ ਗੁਰੂ ਨਾਨਕ ਸਾਹਿਬ ਵਿੱਚ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ ਵਿੱਚ, ਗੁਰੂ ਚੇਤਨ ਸਰੂਪ ਜੋ ਸਤਿਗੁਰੂ ਹੈ ਉਹਨਾਂ ਚ ਨਾਮ ਦੀ ਬਹੁਤ ਵੱਡੀ ਵਡਿਆਈ ਹੈ। ਹਰ ਕਰਤਾ ਆਪ ਵਧਾਈ, ਇਹ ਕਰਤਾ ਪੁਰਖ ਨੇ ਆਪ ਹੀ ਆਪਦਾ ਸਰੂਪ ਧਾਰ ਕੇ ਗੁਰੂ ਸਰੂਪ ਹੋ ਕੇ ਵਧਾਉਣਾ ਕੀਤੀ ਹੈ। ਸੇਵਕ ਸਿੱਖ ਸਭ ਵੇਖ ਵੇਖ ਜੀਵਨ, ਸੇਵਕ ਸੇਵਾ ਕਰਨ ਵਾਲੇ, ਸਿੱਖ ਸਿੱਖੀ ਕਮਾਉਣ ਵਾਲੇ ਸਾਰੇ ਵੇਖ ਵੇਖ ਕੇ ਜਿਉਂਦੇ ਹਨ। ਉਹਨਾਂ ਅੰਦਰ ਹਿਰਦੈ ਭਾਈ, ਉਹਨਾਂ ਦੇ ਹਿਰਦੇ ਦੇ ਅੰਦਰ ਮਹਾਰਾਜ ਦੀ ਵਡਿਆਈ ਜਿਹੜੀ ਚੰਗੀ ਲੱਗੀ ਹੈ, ਗੁਰਸਿੱਖਾਂ ਦੇ ਭਾ ਗਈ ਹੈ। ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ, ਜਿਹੜੇ ਨਿੰਦਿਆ ਕਰਨ ਵਾਲਾ ਸੁਭਾਅ ਹੈ, ਦੁਸ਼ਟ ਜਿਹਨਾਂ ਨੂੰ ਦੁਆਇਤ ਹੀ ਪਿਆਰੀ ਹੈ, ਉਹ ਮਹਾਰਾਜ ਦੀ ਸਤਿਗੁਰਾਂ ਦੀ ਵਡਿਆਈ ਵੀ ਵੇਖ ਕੇ ਸਹਾਰ ਨਹੀਂ ਸਕਦੇ। ਉਹਨਾਂ ਪਰਾਇਆ ਭਲਾ ਨਾ ਸੁਖਾਈ, ਉਹਨਾਂ ਨੂੰ ਪਰਾਇਆ ਭਲਾ ਚੰਗਾ ਨਹੀਂ ਲੱਗਦਾ ਹੈ। ਸਤਿਗੁਰੂ ਚੌਥੇ ਪਾਤਸ਼ਾਹ ਫਿਰੋ ਤੀਜੇ ਪਾਤਸ਼ਾਹ ਤੇ ਜਿਸ ਪ੍ਰਕਾਰ ਸਾਧ ਸੰਗਤ ਜੀ
ਗੁਰੂ ਮਹਾਰਾਜ ਸਾਹਿਬ ਦੇ ਨਾਲ ਤਪੇ ਆਦਿਕਾਂ ਨੇ ਈਰਖਾ ਕੀਤੀ ਸੀ, ਗੁਰੂ ਅੰਗਦ ਸਾਹਿਬ ਨੂੰ ਕਢਾਤਾ ਸੀ ਖਡੂਰ ਸਾਹਿਬ ਤੋਂ, ਫਿਰ ਗੁਰੂ ਅਮਰਦਾਸ ਸਾਹਿਬ ਦੇ ਨਾਲ ਇੱਥੇ ਇੱਕ ਤਪਾ ਜਿਹੜਾ ਸੀ ਮਹਾਰਾਜ ਜੋ ਬੌਲੀ ਸਾਹਿਬ ਦਾ ਜੱਗ ਕੀਤਾ ਹੈ, ਉਸ ਵੇਲੇ ਈਰਖਾ ਨਾਲ ਆਇਆ ਨਹੀਂ ਸੀ। ਇਉਂ ਗੁਰੂ ਸਾਹਿਬ ਦੀ ਵਡਿਆਈ ਪਾਉਂਦੀ ਨਹੀਂ ਹੈ ਜਿਨ੍ਹਾਂ ਨੂੰ। ਸਿੱਖ ਸੇਵਕ ਸਿੱਖ ਸਭ ਵੇਖ ਵੇਖ, ਸੇਵਾ ਕਰਨ ਵਾਲੇ ਸੇਵਕ ਸਿੱਖ ਮਹਾਰਾਜ ਦੀ ਵਡਿਆਈ ਵੇਖ ਵੇਖ ਕੇ ਜਿਉਂਦੇ ਹਨ। ਉਹਨਾਂ ਅੰਦਰ ਹਿਰਦੈ ਭਾਈ, ਉਹਨਾਂ ਦੇ ਹਿਰਦੇ ਅੰਦਰ ਗੁਰੂ ਸਾਹਿਬ ਦੀ ਵਡਿਆਈ ਚੰਗੀ ਲੱਗੀ ਹੈ। ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਦੇ, ਜਿਸ ਪ੍ਰਕਾਰ ਨਿੰਦਿਆ ਕਰਨ ਵਾਲੇ ਦੁਸ਼ਟ ਸੁਭਾਅ ਵਾਲੇ ਮਹਾਰਾਜ ਦੀ ਵਡਿਆਈ ਵੇਖ ਨਹੀਂ ਸਕਦੇ। ਉਹਨਾਂ ਪਰਾਇਆ ਭਲਾ ਨਾ ਸੁਖਾਇਆ, ਉਹਨਾਂ ਦਾ ਸੁਭਾਅ ਹੀ ਹੈ ਪਰਾਇਆ ਭਲਾ ਵੇਖ ਕੇ ਸੁਖਾਉਂਦਾ ਨਹੀਂ, ਸੁਖਾਉਂਦਾ ਨਹੀਂ ਉਹਨਾਂ ਦੇ ਤਾਂ ਹੀ ਚੰਗਾ ਨਹੀਂ ਲੱਗਦਾ ਕਿ ਕਿਸੇ ਦਾ ਭਲਾ ਨਹੀਂ ਉਹ ਚਾਹੁੰਦੇ। ਕਿਆ ਹੋਵੇ ਕਿਸੇ ਹੀ ਕੀ ਝੱਖ ਮਾਰੀ, ਕੀ ਹੋ ਗਿਆ ਬਈ ਕਿਸੇ ਦੀ ਝੱਖ ਮਾਰੀ ਤੋਂ ਕੀ ਵਿਗੜਦਾ ਹੈ ਸਤਿਗੁਰਾਂ ਦਾ ਸਿੱਖਾਂ ਦਾ। ਜਾਂ ਸੱਚੇ ਸਿਉਂ ਬਣ ਆਈ, ਜਦੋਂ ਸੱਚੇ ਨਾਲ ਸਤਿਗੁਰਾਂ ਦੀ ਸਿੱਖਾਂ ਦੀ ਬਣ ਆਈ ਹੈ। ਇਹ ਗੱਲ ਕਰਤੇ ਭਾਵ ਹੈ, ਜਿਹੜੀ ਕਰਤਾ ਪੁਰਖ ਨੂੰ ਗੱਲ ਹੋਣੀ ਪਾਉਂਦੀ ਹੈ। ਸਾ ਨਿਤ ਨਿਤ ਚੜ੍ਹੈ ਸਵਾਈ, ਉਹ ਸਤਿਗੁਰਾਂ ਦੀ ਵਡਿਆਈ ਦਿਨ ਵਧਾਉਣੀ ਚੌਗਣੀ ਚੜ੍ਹਦੀ ਹੈ, ਤੁਰਿਆ ਪੱਚ ਸਿੱਖਾਂ ਦੀ ਬਿਰਤੀ ਨੂੰ ਚੜਾ ਦਿੰਦੇ ਹਨ। ਸਭ ਝੱਖ ਝੱਖ ਮਰੈ ਲੁਕਾਈ, ਸਾਰੀ ਝੱਖਾਂ ਮਾਰ ਮਾਰ ਕੇ ਵਿਅਰਥ ਬੋਲ ਬੋਲ ਕੇ ਲੁਕਾਈ, ਜਿਹੜੇ ਨਿੰਦਕ ਦੁਸ਼ਟ ਪੁਰਖ ਹੈ ਉਹ ਅੰਤ ਨੂੰ ਮਰ ਕੇ ਖਪ ਜਾਂਦੇ ਹੈ। ਉਹਨਾਂ ਦੀ ਵਡਿਆਈ ਮਹਾਰਾਜ ਦੀ ਵਡਿਆਈ ਘਟਾਈ ਘਟਦੀ ਨਹੀਂ ਹੈ, ਸਦਾ ਦੂਣੀ ਚੌਗਣੀ ਵੱਧਦੀ ਹੈ। ਸਮਾਂ ਹੋ ਗਿਆ, ਉਧਰ ਪਾਠ ਆ ਗਏ ਹੈ ਨੇੜੇ, ਇਸ ਕਰਕੇ ਤੇ ਸਮਾਪਤੀ ਕਰੀਏ। ਕਿਆ ਹੋਵੇ ਕਿਸੇ ਹੀ ਕੀ ਝੱਖ ਮਾਰੀ, ਜਾਂ ਸੱਚੇ ਸਿਉਂ ਬਣ ਆਈ, ਜੇ ਗੱਲ ਕਰਤੇ ਭਾਵ ਸਾ ਨਿਤ ਨਿਤ ਚੜ੍ਹੈ ਸਵਾਈ, ਸਭ ਝੱਖ ਝੱਖ ਮਰੈ ਲੋਕਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸਲੋਕ ਮਹੱਲਾ ਤੀਜਾ। ਤ੍ਰਿਗ ਇਹ ਆਸਾ ਦੂਜੇ ਭਾਵ ਕੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਹਿਬ ਸੰਗੇ ਜੀਓ। ਸਤਿਗੁਰੂ ਅਮਰਦਾਸ ਸਾਹਿਬ ਗੋਇੰਦਵਾਲ ਸਾਹਿਬ ਵਿੱਚ ਅੰਮ੍ਰਿਤ ਰੂਪ ਉਪਦੇਸ਼ ਸਿੱਖ ਸੰਗਤਾਂ ਜੁੜੀਆਂ ਹੋਈਆਂ ਦੇ ਤਾਂ ਹੀ ਬਖਸ਼ਿਸ਼ ਕਰਦੇ ਹਨ। ਸਿੱਖਾਂ ਨੂੰ ਪੁੱਛਿਆ ਮਹਾਰਾਜ, ਜਿਹੜੇ ਲੋਕ ਦੇਵੀ ਦੇਵਤਿਆਂ ਦੀ ਦੂਜੇ ਪਾਸੇ ਦੀ ਆਸਾ ਕਰਦੇ ਹੈ, ਉਸ ਆਸਾ ਦੀ ਕੋਈ ਕੀਮਤ, ਉਸ ਆਸਾ ਦਾ ਕੋਈ ਮੁੱਲ ਦਰਗਾਹ 'ਚ ਪੈਂਦਾ ਕਿ ਨਹੀਂ, ਤਾਂ ਸੁਣ ਕੇ ਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਹਨ। ਲੋਕ ਮਹੱਲਾ ਤੀਜਾ, ਤ੍ਰਿਗ ਇਹ ਆਸਾ ਦੂਜੇ ਭਾਵ, ਇਹ ਗੁਰਸਿੱਖੋ ਹਜ਼ੂਰ ਫਰਮਾਉਂਦੇ ਹਨ, ਜਿਹੜਾ ਦੂਜਾ ਦੇਵੀ ਦੇਵਤਿਆਂ ਦੀ ਭਾਵਨਾ ਕਰਕੇ ਆਸਾ ਕਰਨੀ ਹੈ, ਸੌ ਵਾਰੀ ਫਿਟੇ ਨੂੰ ਕਹੀਏ ਤਾਂ ਇੱਕ ਲਾਣਤ ਹੁੰਦੀ ਹੈ, ਸੌ ਵਾਰੀ ਲਾਣਤ ਕਹੀਏ ਤਾਂ ਇੱਕ ਤਿਰਗ ਹੁੰਦਾ ਹੈ। ਤਿਰਕਾਰ ਯੋਗ ਹੈ ਇਹ ਆਸਾ, ਜਿਹੜੀ ਦੁਆਇਤ ਭਾਅ ਦੀ ਦੂਜੀਆਂ ਚੀਜ਼ਾਂ 'ਚ ਪ੍ਰੇਮ ਕਰਕੇ ਆਸ ਕਰੀ ਬੈਠੇ ਹਨ ਲੋਕ। ਜੋ ਮੋਹ ਮਾਇਆ ਚਿੱਤ ਲਾਏ, ਜੇ ਮਾਇਆ ਦੇ ਮੋਹੇ ਹੋਏ, ਮਾਇਆ ਦੇ ਮੋਹ ਵਿੱਚ ਚਿੱਤ ਨੂੰ ਲਾਉਂਦੇ ਹਨ, ਹਰ ਸੁਖ ਪੱਲਰ ਤਿਆਗਿਆ, ਉਹਨਾਂ ਨੇ ਹਰੀ ਦਾ ਸੁਖ ਜਿਹੜਾ ਸੀ ਪੱਲਰ ਪੱਲੇ ਵਿੱਚੋਂ ਤਿਆਗ ਦਿੱਤਾ ਹੈ, ਹਿਰਦੇ ਰੂਪੀ ਪੱਲੇ ਚੋਂ, ਪੱਲਰ ਪਰਾਲੀ ਦੀ ਨੀ ਆਈ, ਫੋਕਾ ਜਾਣ ਕੇ ਉਹਨਾਂ ਨੂੰ ਤਿਆਗ ਦਿੱਤਾ ਹੈ। ਨਾਮ ਵਿਸਾਰ ਦੁੱਖ ਪਾਏ, ਉਹ ਭਾਈ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਨਾਮ ਨੂੰ ਵਿਸਾਰ ਕੇ ਸੁਖ ਨਹੀਂ ਪਾਉਂਦੇ, ਜੰਮਣ ਮਰਨ ਦਾ ਦੁੱਖ ਹੀ ਪਾਉਂਦੇ ਹਨ ਐਸੇ ਪੁਰਖ। ਮਨਮੁਖ ਅਗਿਆਨੀ ਅੰਧਲੇ, ਜਿਹੜੇ ਮਨਮੁਖ ਲੋਕ ਹੈ ਉਹ ਹੀ ਅਗਿਆਨ ਵਾਲੇ ਹਨ, ਅਤੇ ਅਗਿਆਨ ਕਰਕੇ ਮਨਬੁੱਧ ਰੂਪੀ ਨੇਤਰਾਂ 'ਚ ਵਿਚਾਰ ਰੂਪੀ ਨਿਗਾਹ ਨਹੀਂ ਹੈ, ਭਰਮ ਦੇ ਫੋਲੇ ਪਏ ਹੋਏ ਹੈ, ਉਂਦੇ ਹੋਏ ਹੋਏ ਹਨ। ਜਨਮ ਮਰਹਿ ਫਿਰ ਆਵੇ ਜਾਏ, ਉਹ ਭਾਈ ਜਨਮ ਧਾਰਨਗੇ ਵਾਸ਼ਨਾ ਦੇ ਵਧੇ ਹੋਏ, ਫਿਰ 84 ਦੇ ਫੇਰਿਆਂ 'ਚ ਆਉਣ ਜਾਣ 'ਚ ਪਏ ਰਹਿੰਦੇ ਹਨ, ਆਵਾਗਾਉਣ ਨਹੀਂ ਉਹਨਾਂ ਦਾ ਮਿਟਦਾ ਹੈ। ਕਾਰਜ ਸਿੱਧ ਨਾ ਹੋਣੀ, ਉਹਨਾਂ ਦਾ ਮੁਕਤ ਰੂਪੀ ਕਾਰਜ, ਬ੍ਰਹਮ ਗਿਆਨ ਰੂਪੀ ਕਾਰਜ, ਆਤਮਾਨੰਦ ਰੂਪੀ ਸੁਖ ਰੂਪੀ ਕਾਰਜ, ਇਹ ਸਿੱਧ ਪੂਰਾ ਨਹੀਂ ਹੋ ਸਕਦਾ। ਅੰਤ ਗਿਆ ਪਛਤਾਏ, ਅੰਤ ਨੂੰ ਪੁਰਖ ਪਛਤਾਤਾਪ ਕਰਦਾ, ਇਹ ਸੰਸਾਰ ਚੋਂ ਗਿਆ ਹੈ। ਜਿਸ ਕਰਮ ਹੋਵੇ ਤਿਸ ਸਤਿਗੁਰ ਮਿਲੇ, ਜਿਨ੍ਹਾਂ ਦੇ ਨਿਸਕਾਮ ਕਰਮ ਕੀਤੇ ਹੁੰਦੇ ਹਨ
ਜਿਨ੍ਹਾਂ ਤੇ ਵਾਹਿਗੁਰੂ ਦੀ ਨਿਸਕਾਮ ਕਰਮਾਂ ਕਰਕੇ ਕਿਰਪਾ ਹੁੰਦੀ ਹੈ, ਉਸ ਨੂੰ ਕਰਮ ਬਖਸ਼ੀ ਕਰਨ ਵਾਲੇ ਸਤਿਗੁਰੂ ਮਿਲਦੇ ਹਨ। ਸੋ ਹਰ ਹਰ ਨਾਮ ਤੇ ਆਏ ਸੋ ਉਹ ਪੁਰਖ ਪਰਮੇਸ਼ਰ ਜੋ ਸਾਰਿਆਂ ਨੂੰ ਸਰਸਰਜ ਕਰਨ ਵਾਲਾ, ਚੇਤਨ ਸੱਤਾ ਨੂੰ ਹਰਿਆਵਲਤਾ ਦੇਣ ਵਾਲਾ ਆਪਣੀ, ਉਸ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ। ਨਾਮ ਰਤੇ ਜਨ ਸਦਾ ਸੁਖ ਪਾਏ, ਜੋ ਸੱਚੇ ਪਾਤਸ਼ਾਹ ਦੇ ਨਾਮ ਵਿੱਚ ਰੰਗੇ ਗਏ ਜਿਹਨੇ ਚਿੱਤ, ਉਹ ਜਨ ਪਿਆਰੇ ਭਗਤ ਸਦਾ ਸੁਖ ਸਰੂਪ ਆਤਮਾਨੰਦ ਨੂੰ ਪਾਉਂਦੇ ਹਨ। ਜਨ ਨਾਨਕ ਤਿੰਨ ਬਲ ਜਾਏ, ਗਰੀਬ ਨਿਵਾਸ ਜੀ ਕਹਿੰਦੇ ਅਸੀਂ ਵੀ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ, ਕਿਉਂਕਿ ਉਹਨਾਂ ਨੇ ਅਸਲੀ ਲਾਹਾ ਖੱਟਿਆ ਹੈ ਮਨੁੱਖਾ ਜਨਮ ਦਾ। ਮਹੱਲਾ ਤੀਜਾ, ਆਸਾ ਮਨਸਾ ਜਗ ਮੋਹਣੀ। ਇਹ ਜਿਹੜੀ ਆਸਾ ਹੈ ਪਦਾਰਥਾਂ ਦੀ ਅਤੇ ਮਨਸਾ ਵਾਸ਼ਨਾ ਹੈ ਵਿਸ਼ਿਆਂ ਦੀ, ਇਹ ਸਾਰੇ ਜਗਤ ਨੂੰ ਮੋਹਿਤ ਕਰਨ ਵਾਲੀ ਮਾਇਆ ਮੋਹਣੀ ਦੀ ਹੈ। ਜਿਨ ਮੋਹਿਆ ਸੰਸਾਰ, ਜਿਸ ਨੂੰ ਪਦਾਰਥਾਂ ਦੀ ਆਸਾ ਅਤੇ ਵਿਸ਼ਿਆਂ ਦੀ ਮਨਸਾ ਵਿੱਚ ਵਾਸ਼ਨਾ ਚ ਸਾਰੇ ਸੰਸਾਰ ਨੂੰ ਮੋਹਿਤ ਕਰ ਛੱਡਿਆ, ਮੂਰਛਾ ਕਰ ਛੱਡਿਆ ਸੰਸਾਰੀ ਜੀਆਂ ਨੂੰ। ਸਭ ਤੋਂ ਜੰਮ ਕੇ ਚੀਰੇ ਵਿੱਚ ਹੈ, ਜਿੰਨੇ ਜੀਵ ਹਨ ਪਦਾਰਥਾਂ ਦੀ ਆਸ ਕਰਨ ਵਾਲੇ ਵਿਸ਼ਿਆਂ ਦੇ ਮਨਸਾ ਵਾਲੇ, ਸਭ ਜੰਮਦੇ ਚੀਰੇ ਦਫ਼ਤਰ ਵਿੱਚ ਹਨਗੇ, ਸਾਰੇ ਜੰਮਦੇ ਚੀਰ ਹੱਦ ਵਿੱਚ ਹਨਗੇ, ਸਾਰੇ ਜੰਮ ਰੂਪੀ ਜੰਮਦੇ ਚੀਰੇ ਹੁਕਮ ਰੂਪੀ ਬਸ ਚ ਲਪੇਟੇ ਹੋਏ ਹਨਗੇ, ਇਹ ਦਫ਼ਤਰ ਦੇ ਵਿੱਚ ਹੀ ਜਾਣ ਵਾਲੇ ਹਨ। ਚੀਤਾ ਸਭ ਆਕਾਰ, ਉਹ ਸਾਰੇ ਜੰਮਦੇ ਚੀਰੇ ਹੋਏ ਹਨ, ਜਿਵੇਂ ਕਣਕ ਦੇ ਨਾਲ ਕਿਸੇ ਚੀਜ਼ ਨੂੰ ਚੀਰ ਦੀਦਾ ਹੈ, ਇਹ ਉਹਨਾਂ ਨੇ ਆਪਣੇ ਜੀਵਨ ਨੂੰ ਚੀਰ ਲਿਆ ਹੈ, ਤੇ ਜਮਾਂ ਦੇ ਪਟੇ ਵਿੱਚ ਲਿਖੇ ਗਏ ਹਨ। ਕੀਤਾ ਸਭ ਆਕਾਰ, ਇਹ ਜਿੰਨਾ ਸਾਰਾ ਆਕਾਰ ਇਸ ਪਾਸੇ ਮਨਸ਼ਾ ਕਰਕੇ ਲੱਗਾ ਹੋਇਆ ਹੈ, ਹੁਕਮੀ ਹੀ ਜਮ ਲੱਗਦਾ, ਇਹ ਜਿਹੜੇ ਜੀਆਂ ਦੇ ਕਰਮ ਉਹਨਾਂ ਦੇ ਅਨੁਸਾਰ ਵਾਹਿਗੁਰੂ ਦੇ ਹੁਕਮ ਅਨੁਸਾਰ ਹੀ ਨਿਸ਼ਚੇ ਕਰਕੇ ਜਾਣੋ, ਜਮ ਜੀਆਂ ਨੂੰ ਚਿੰਬੜਦਾ ਲੱਗਦਾ ਹੈ। ਸੋ ਉਭਰੈ ਜਿਸ ਬਖਸ਼ੈ ਕਰਤਾ, ਬਚਦੇ ਉਹ ਪੁਰਖਾਂ ਨੂੰ ਜਿਹਨੂੰ ਕਰਤਾਰ ਆਪਦਾ ਨਾਮ ਬਖਸ਼ ਦਿੰਦਾ, ਜਿਨ੍ਹਾਂ ਨੂੰ ਸਤਿਗੁਰਾਂ ਦੁਆਰਾ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰ ਦਿੰਦਾ ਹੈ। ਨਾਨਕ ਗੁਰ ਪ੍ਰਸਾਦੀ ਇਹੋ ਮਨ ਤਾਂ ਤਰੈ, ਉਸੇ ਦੇ ਹੱਥ ਵਿੱਚ ਤਾਰ ਹੋਏ ਨੇ ਸਾਰਿਆਂ ਦੀ ਰੋਜੀ ਦੀ, ਪਰਾਲਭ ਦੀ ਅਤੇ ਸਾਰਿਆਂ ਦੀ ਜ਼ਿੰਦਗੀ ਦੀ, ਉਹ ਕਰਤਾਰ ਚੇਤਨ ਸੱਤਾ ਰੂਪੀ ਤਾਰ ਵਾਲਾ ਜਿਹਨੂੰ ਬਖਸ਼ ਲੈਂਦਾ ਉਹ ਬਚਦਾ ਹੈ। ਨਾਨਕ ਗੁਰ ਪ੍ਰਸਾਦੀ ਇਹੋ ਮਨ ਤਾਂ ਤਰੈ, ਸਤਿਗੁਰੂ ਜੀ ਕਹਿੰਦੇ ਹਨ ਸਤਿਗੁਰਾਂ ਦੀ ਹੋਵੇ ਕਿਰਪਾ, ਸਤਿਗੁਰਾਂ ਦੇ ਪ੍ਰਸਾਦੀ ਜਿਹੜੇ ਕਿਰਪਾ ਦੇ ਪਾਤਰ ਹਨ ਉਹਨਾਂ ਦੇ ਮਨ ਇਸ ਤਰ੍ਹਾਂ ਕਰ ਸਕਦਾ ਹੈ। ਜਾਂ ਛੋੜੈ ਅਹੰਕਾਰ, ਜਦੋਂ ਭਾਈ ਆਪਣੀ ਕਮਾਈ ਦਾ ਸਾਧਨਾ ਦਾ ਹੰਕਾਰ ਛੱਡ ਦੇਣ, ਕਦੇ ਆਪਣੇ ਜਪ ਤਪ ਦਾ ਹੰਕਾਰ ਨਾ ਫੁਰੇ, ਦੇਹ ਲਿਆਸ ਨਾ ਫੁਰੇ, ਸਾਧਨਾ ਦਾ ਹੰਕਾਰ ਨਾ ਫੁਰੇ, ਜੇ ਕਰਕੇ ਜਿਸ ਅਹੰ ਕਰਕੇ ਕਾਲਾ ਹੋਇਆ ਹੈ ਚਿੱਤ, ਆਸਾ ਮਨਸਾ ਮਾਰੇ ਨਿਰਾਸ਼ ਹੋ, ਇਹ ਜਿਹੜੀ ਆਸਾ ਹੈ ਮਨਸਾ ਬੁੱਧੀ ਦੇ ਅੰਦਰ ਇਸ ਨੂੰ ਮਾਰ ਦੇਵੇ। ਆਸਾ ਜਿਹੜੀ ਪਦਾਰਥਾਂ ਦੀ ਹੈ, ਮਨਸਾ ਬੁੱਧੀ ਜੋ ਭੋਗਾਂ ਦੀ ਹੈ ਵਿਕਾਰਾਂ ਦੀ, ਇਹਨੂੰ ਮੇਟਣਾ ਕਰੇ ਤੇ ਨਿਰਾਸਾ ਹੋ ਜਾਵੇ ਪਦਾਰਥਾਂ ਵੱਲੋਂ ਭੋਗਾਂ ਵੱਲੋਂ। ਗੁਰੂ ਸਾਹਿਬ ਦੀ ਵਿਚਾਰ, ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਪ੍ਰਾਪਤ ਹੋਵੇ, ਗੁਰ ਸ਼ਬਦੀਆਂ ਨਾਲ ਮਿਲ ਕੇ ਵਿਚਾਰ ਪ੍ਰਾਪਤ ਹੁੰਦੀ ਹੈ। ਪੌੜੀ ਜਿੱਥੇ ਜਾਈਏ ਜਗਤ ਮੈਂ, ਫਿਰ ਉਹਨਾਂ ਦੇ ਅੰਦਰ ਐਸਾ ਮਹਾਰਾਜ ਸਾਹਿਬ ਦਾ ਪ੍ਰਕਾਸ਼ ਹੋ ਜਾਂਦਾ, ਜਿਸ ਜਗ੍ਹਾ ਚ ਸਾਰੇ ਸੰਸਾਰ ਵਿੱਚ ਜਾਈਏ ਜਿੱਥੇ ਹਰ ਸਾਈ, ਉੱਥੇ ਹੀ ਸਾਈ ਮਾਲਕ ਪਰਮੇਸ਼ਰ ਹੈ। ਅੱਗੇ ਸਭ ਆਪੇ ਵਰਤਦਾ, ਅੱਗੇ ਪ੍ਰਲੋਕ ਚ ਵੀ ਆਪੇ ਹੀ ਪਰਮੇਸ਼ਰ ਵਰਤ ਰਿਹਾ ਹੈ। ਹਰ ਸੱਚਾ ਨਿਆਇ, ਉਹ ਸੱਚਾ ਨਿਆਂਕਾਰ ਹੈ, ਜੀਆਂ ਦੇ ਕਰਮਾਂ ਦੇ ਸਾਥ ਫਲ ਪ੍ਰਦਾਤਾ। ਪਿਆਰਾ ਕੀ ਮੂੰਹ ਫਿਟਕੀਆ ਹੈ, ਦਰਗਾਹ ਵੀ ਜਿਹੜੇ ਝੂਠ ਬੋਲਣ ਵਾਲੇ ਹੈ ਉਹਨਾਂ ਦੇ ਮੂੰਹਾਂ ਨੂੰ ਫਟਕਾਰਾਂ ਪੈਂਦੀਆਂ ਹਨ, ਸੱਚ ਭਗਤ ਲਾਂਟਾਂ ਪੈਂਦੀਆਂ ਹਨ। ਸੱਚ ਭਗਤ ਵਡਿਆਈ, ਜਿਹੜੇ ਭਗਤ ਹਨਗੇ ਉਹਨਾਂ ਦੇ ਅੰਦਰ ਸੱਚ ਵਸਿਆ ਹੋਇਆ, ਇਸ ਕਰਕੇ ਸੱਚੀ ਵਡਿਆਈ ਉਹਨਾਂ ਬ੍ਰਹਮ ਗਿਆਨੀ ਆਪ ਪਰਮੇਸ਼ਵਰ ਦੀ ਭਗਤੀ ਵਾਲਿਆਂ ਨੂੰ ਮਿਲਦੀ ਹੈ। ਸੱਚ ਸਾਹਿਬ ਸੱਚਾ ਨਿਆਉ ਹੈ, ਉਹ ਸਾਹਿਬ ਮਾਲਕ ਵੀ ਮਾਇਆ ਵਰਤੀ ਦੁਆਰਾ ਸੱਚਾ ਹੈ, ਉਸ ਵਾਹਿਗੁਰੂ ਦਾ ਨਿਆਂ ਵੀ ਸੱਚਾ ਹੈ। ਫਿਰ ਨਿੰਦਕ ਸ਼ਾਈ, ਜਿਹੜੇ ਨਿੰਦਿਆ ਕਰਕੇ ਹੋਏ ਦੋਸ਼ ਰੋਪਣ ਵਾਲੇ ਹੈ, ਹੋਣ ਗੁਣ ਤੇ ਕਹਿਣ ਉਗਣ,
ਉਹਨਾਂ ਦੇ ਸਿਰ ਵਿੱਚ ਸਵਾਹ ਪੈਂਦੀ ਹੈ ਲਾਣਤਾਂ ਦੀ। ਜਨ ਨਾਨਕ ਸੱਚ ਆਰਾਧਿਆ, ਸਤਿਗੁਰੂ ਸਾਹਿਬ ਜੀ ਕਹਿੰਦੇ ਆ ਜਨਮ ਤਾਂ ਭਾਈ ਸੱਚੇ ਪਾਤਸ਼ਾਹ ਦੇ ਨਾਮ ਨੂੰ ਆਰਾਧਿਆ, ਭਾਵਨਾ ਨਾਲ ਯਾਦ ਕੀਤਾ ਹੈ, ਗੁਰਮੁਖ ਸੁਖ ਪਾਈ। ਇਸ ਕਰਕੇ ਗੁਰਮੁਖ ਗੁਰਾਂ ਦੁਆਰਾ ਸੁਖ ਸਰੂਪ ਨੂੰ ਪਾਉਂਦੇ ਹਨ। ਸਲੋਕ ਮਹੱਲਾ ਤੀਜਾ, ਪੂਰੇ ਭਾਗ ਸਤਿਗੁਰ ਪਾਈ ਹੈ। ਜੇ ਭਾਈ ਜਿਨ੍ਹਾਂ ਦੇ ਪੂਰਨ ਨਿਸ਼ਕਾਮ ਕਰਮ ਕੀਤੇ ਪਿਛਲੇ ਜਨਮਾਂ ਵਿੱਚ, ਉਹਨਾਂ ਪੂਰਿਆਂ ਭਾਗਾਂ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਪ੍ਰਾਪਤੀ ਹੁੰਦੀ ਹੈ। ਜੇ ਹਰ ਪ੍ਰਭ ਬਖਸ਼ ਕਰੇ, ਜੇ ਹਰੀ ਪ੍ਰਭੂ ਇਹਦੇ ਪੂਰਵਲੇ ਪੁੰਨਾਂ ਦੇ ਪ੍ਰੇਰਿਆ ਹੋਇਆ ਬਖਸ਼ਿਸ਼ ਕਰ ਦੇਵੇ ਕਿ ਇਸ ਜਨਮ ਵਿੱਚ ਇਹ ਸਤਿਗੁਰੂ ਮਹਾਰਾਜ ਸਾਹਿਬ ਦੇ ਦਰਸ਼ਨ ਕਰੇਗਾ, ਸਿੱਖ ਬਣੇਗਾ। ਉਹ ਪਾਵਾ ਸਿਰ ਉਹ ਪਾਉ ਹੈ। ਇਹ ਭਾਈ ਜਿੰਨੇ ਉਪਾਵ ਦੁਨੀਆਂ ਦੇ, ਕੋਈ ਤਪ ਕਰਦਾ ਹੈ, ਕੋਈ ਯੱਗ ਕਰਦਾ ਹੈ, ਕੋਈ ਪੂਜਾ ਕਰਦਾ ਹੈ, ਕੋਈ ਵਰਤ ਰੱਖਦਾ ਹੈ, ਕੋਈ ਯੋਗ ਕਰਦਾ ਹੈ, ਸੋ ਸਾਰਿਆਂ ਉਪਾਵਾਂ ਦਾ ਸਿਰੋਮਣੀ ਇਹੋ ਹੀ ਉਪਾਅ ਸਾਧਨ ਹੈ। ਨਾਮ ਪ੍ਰਾਪਤ ਹੋ, ਜੇ ਸਤਿਗੁਰਾਂ ਦੀ ਕਿਰਪਾ ਕਰਕੇ ਅੰਮ੍ਰਿਤ ਨਾਮ ਪ੍ਰਾਪਤ ਹੋ ਜਾਵੇ। ਕੰਨਾਂ ਵਾਟੀ ਕੁਰੂ ਕਰਨ ਵਾਲੇ ਤਾਂ ਬਥੇਰੇ ਹੈ, ਪਰ ਨਾਮ ਹਿਰਦੇ ਚ ਆਪ ਨਹੀਂ ਵਸਿਆ ਆ ਤੇ ਨਾ ਕਿਸੇ ਦੇ ਵਸਾ ਸਕਦੇ ਹਨ। ਇਉਂ ਸਤਿਗੁਰਾਂ ਦੀ ਕਿਰਪਾ ਕਰਕੇ ਅੰਮ੍ਰਿਤ ਨਾਮ ਪ੍ਰਾਪਤ ਹੁੰਦਾ, ਜੇ ਉਹ ਦਿਲ ਚ ਵਸ ਜਾਏ, ਅਜਬਾ ਜਾਵਣਾ ਵਿਸਰੇ ਆਦਿ ਵਿਵਾਦ ਸਮਾਜ, ਤਾਂ ਪ੍ਰਾਪਤੀ ਜਾਣੀ ਜਾਂਦੀ ਹੈ। ਅੰਦਰ ਸੀਤਲ ਸ਼ਾਂਤ ਹੈ, ਜਿਨ੍ਹਾਂ ਦੇ ਅੰਦਰ ਨਾਮ ਹੈ ਉਹਨਾਂ ਦੇ ਅੰਦਰ ਵੀ ਸੀਤਲ, ਮਨ ਠੰਡੇ ਹਨਗੇ, ਵਿਕਾਰਾਂ ਦੀ ਤਪਸ਼ ਤੋਂ ਹਟ ਗਏ ਹੈ ਅਤੇ ਸਰੀਰ ਵੀ ਰਾਗ ਦੁਆਖ ਵੱਲੋਂ ਸ਼ਾਂਤ ਨੂੰ ਪ੍ਰਾਪਤ ਹੁੰਦਾ ਹੈ। ਅੰਦਰ ਸੀਤਲ ਨਾਮ ਕਰਕੇ ਸ਼ਾਂਤੀ ਹੈ। ਹਿਰਦੇ ਸਦਾ ਸੁਖ ਹੋ, ਹਿਰਦੇ ਸਥਾਨ ਜੀ ਉਹ ਪਰਮੇਸ਼ਰ ਸਦਾ ਆਨੰਦ ਸਰੂਪ ਹੈ, ਉਸ ਦੀ ਪ੍ਰਾਪਤੀ ਕਰਕੇ ਸਦਾ ਸੁਖ ਦੀ ਪ੍ਰਾਪਤੀ ਹੁੰਦੀ ਹੈ। ਅੰਮ੍ਰਿਤ ਖਾਣਾ ਪਹਿਨਣਾ, ਉਹ ਅੰਮ੍ਰਿਤ ਨਾਮ ਨੂੰ ਖਾਣਾ ਸਰਵਣ ਕਰਦੇ ਹੈ, ਅੰਮ੍ਰਿਤ ਨਾਮ ਦਾ ਪਹਿਨਣਾ ਮੰਨਣ ਕਰਦੇ ਹੈ, ਖਾਂਦੇ ਪਹਿਨਦੇ ਵੀ ਮਹਾਰਾਜ ਨੂੰ ਭੁਲਾਉਂਦੇ ਨੇ, ਹਰ ਵਕਤ ਅੰਮ੍ਰਿਤ ਨਾਮ ਵਿੱਚ ਜੁੜੇ ਰਹਿੰਦੇ ਹੈ। ਉਹਨਾਂ ਨੂੰ ਪਦਾਰਥਾਂ ਦਾ ਖਾਣਾ ਨਾਮ ਨੂੰ ਹੀ ਸਮਝਿਆ ਹੋਇਆ, ਪਹਿਨਣਾ ਪੁਸ਼ਾਕਾਂ ਦਾ ਵੀ ਪਰਮੇਸ਼ਰ ਦਾ ਨਾਮ ਹੈ, ਸਿਰੋਂ ਪਾਉ ਜਿਹੜੇ ਪਹਿਨਣੇ ਹਨ। ਨਾਨਕ ਨਾਏ ਵਡਿਆਈ, ਸਤਿਗੁਰੂ ਜੀ ਕਹਿੰਦੇ ਅੰਮ੍ਰਿਤ ਨਾਮ ਕਰਕੇ ਹੀ ਭਾਈ ਵਡਿਆਈ ਪ੍ਰਾਪਤ ਹੁੰਦੀ ਹੈ। ਮਹੱਲਾ ਤੀਜਾ, ਇਹ ਮਨ ਗੁਰ ਕੀ ਸਿੱਖ ਸੁਣੋ। ਇਸ ਮਨ ਨੂੰ ਮਹਾਰਾਜ ਸਾਹਿਬ ਕਹਿੰਦੇ ਉਹ ਉਪਦੇਸ਼ ਦੇਈਏ, ਹੇ ਮੇਰੇ ਮਨਾ, ਸਤਿਗੁਰੂ ਸੱਚੇ ਪਾਤਸ਼ਾਹ ਦੀ ਸਿੱਖਿਆ ਸਰਵਣ ਕਰ, ਸਰਦਾ ਤੇ ਵਿਸ਼ਵਾਸ ਨਾਲ ਪਾਏ ਗੁਣੀ ਨਿਧਾਨ, ਤੂੰ ਵੀ ਪਾ ਲਏਗਾ ਗੁਣਾਂ ਦਾ ਖਜ਼ਾਨਾ ਜੋ ਪਰਮੇਸ਼ਰ ਆਪ ਹੈ। ਸੁਖ ਦਾਤਾ ਤੇਰੇ ਮਨ ਵਸੇ, ਸਰਵ ਸੁਖਾਂ ਦਾ ਦਾਤਾ ਵਾਹਿਗੁਰੂ ਤੇਰੇ ਮਨ ਚ ਵਸ ਜਾਏਗਾ। ਹਉ ਮੈਂ ਜਾਏ ਅਭਿਮਾਨ, ਤੇਰੇ ਅੰਦਰੋਂ ਦੇਹ ਦੀ ਹੰਗਤਾ ਚਲੀ ਜਾਏਗੀ, ਗੁਣਾਂ ਦਾ ਹੰਕਾਰ ਚੱਕਿਆ ਜਾਵੇਗਾ ਜੋ ਦਿਲ ਚ ਮੰਨੀ ਬੈਠਾ ਹੈ। ਨਾਨਕ ਨਜ਼ਰੀ ਪਾਈ, ਸਤਿਗੁਰੂ ਜੀ ਕਹਿੰਦੇ ਸੱਚੇ ਪਾਤਸ਼ਾਹ ਸਾਰੀ ਕਿਰਪਾ ਦ੍ਰਿਸ਼ਟੀ ਕਰਕੇ, ਗਿਆਨ ਵਾਲੀ ਨਜ਼ਰ ਕਰਕੇ ਭਾਈ ਦਾ ਹੈ। ਅੰਮ੍ਰਿਤ ਗੁਣੀ ਨਿਧਾਨ, ਅੰਮ੍ਰਿਤ ਨਾਮ ਮਹਾਰਾਜ ਦਾ ਜੋ ਗੁਣਾ ਸਾਰਿਆਂ ਦਾ ਨਿਧਾਨ ਖਜ਼ਾਨਾ ਹੈ। ਪੌੜੀ ਜਿਤਨੇ ਪਾਤਸ਼ਾਹ ਸਾਹ ਰਾਜੇ ਖਾਨ ਉਮਰਾਵ ਸਿਕਦਾਰ ਹੈ, ਜਿੰਨੇ ਕਈ ਪਾਤਸ਼ਾਹ ਆਪਣੇ ਆਪ ਨੂੰ ਤਖਤਾਂ ਦੇ ਮਾਲਕ ਬਣੀ ਬੈਠੇ ਹੈ, ਜਿਤਨੇ ਪਾਤਸ਼ਾਹ ਸਾਹ ਸ਼ਾਹੂਕਾਰ ਹਨ, ਰਾਜੇ ਰਜਵਾੜਿਆਂ ਦੇ ਮਾਲਕ ਹਨ, ਖਾਨ ਪਠਾਣਾ ਦੇ ਸਰਦਾਰ ਹਨ, ਉਮਰਾਵ ਸਿਕਦਾਰ ਹੈ, ਉਮਰਾਵ ਸੂਬੇ ਹੈ, ਸਿਕਦਾਰ ਸਿੱਕਾ ਬਿਠਾਉਣ ਵਾਲੇ, ਤਹਿਲ ਬਿਠਾਉਣ ਵਾਲੇ, ਥਾਣੇਦਾਰ ਸਰਦਾਰ ਆਦਿਕ ਹਨ। ਕਿਤਨੇ ਸਭ ਹਰ ਕੇ ਇਹ ਸਭ ਪਰਮੇਸ਼ਰ ਦੇ ਭਾਈ ਬਣਾਏ ਹੋਏ ਹਨ। ਜੋ ਕਿਸ ਹਰ ਕਰਾਵੇ ਸੋ ਓਹ ਕਰਹਿ, ਜੋ ਪਰਮੇਸ਼ਰ ਉਹਨਾਂ ਦੀ ਜਿਸ ਪ੍ਰਕਾਰ ਦੀ ਅੰਦਰਲੀ ਵਾਸ਼ਨਾ ਹੈ ਉਹਦੇ ਅਨੁਸਾਰ ਕਰਾਉਂਦਾ, ਉਸ ਪ੍ਰਕਾਰ ਉਹ ਕਰਦੇ ਹਨ। ਸਭ ਹਰ ਕੇ ਅਰਥੀਏ, ਸਾਰੇ ਹਰੀ ਦੇ ਅਰਥੀਏ ਮੰਗਤੇ ਹੈ, ਮਹਾਰਾਜ ਸਾਹਿਬ ਦੇ ਪਾਸੋਂ ਮੰਗੋ ਕੇ ਲੈਂਦੇ ਹੈ। ਇੱਕ ਪਾਤਸ਼ਾਹ ਸੀ ਸਾਧ ਸੰਗਤ ਜੀ, ਉਹ ਕਿਹਾਇਆ ਸੀ ਉਸ ਨੂੰ ਜਿਮੀਦਾਰ ਹਲ ਵਾਹੁੰਦੇ ਨੇ ਪਾਣੀ ਪਿਆ ਤਾ, ਜੋ ਪਾਣੀ ਪਿਆ ਉਹ ਆਪਦੀ ਛਾਪ ਦਿਆ ਨਿਸ਼ਾਨੀ, ਕਹਿੰਦਾ ਜਦੋਂ ਜਿਮੀਦਾਰ ਤੈਨੂੰ ਲੋੜ ਹੋਵੇ ਉਦੋਂ ਮੇਰੇ ਕੋਲੇ ਆ ਜਾਈ। ਇਹ ਜਿਮੀਦਾਰ ਕਹਿੰਦੇ ਚੱਲ ਅੱਜ ਮੰਗਣਾ ਦਾ ਕੁਛ ਨੀ, ਚੱਲ ਵੇਖ ਜਾਈਏ ਪਾਤਸ਼ਾਹ ਨੂੰ। ਅੱਗੇ ਪਾਤਸ਼ਾਹ ਸਾਧ ਸੰਗਤ ਜੀ ਨਵਾਜ਼ ਪੜ੍ਹ ਕੇ ਹਟਿਆ ਸੀ ਤੇ ਵਜ਼ੀਰ ਕੋਲੇ ਖੜੋਤਾ, ਇਹ ਹੱਥ ਜੋੜ ਕੇ ਐਂ ਚੌੜੇ ਕਰਕੇ ਮੰਗ ਰਿਹਾ।
उस वेले जिमीदार ने पूछा कि पातशाह हो के ये हथ क्यों चौड़े किए इसने, तो वजीर कहिंदा ये खुदा दे पासों मंगदा है। कहिंदा मैं तो क्या पातशाह किस तो नहीं मंगदा होना, अजे ये भी मंगता तो ये तो की मंगना है, जिस पासों ये मंगदा उस नूं जचना आपां नूं ठीक है। इउं जान के उस तो उदास होके चलिया, कोई पातशाह तो मंगिया नहीं है। सब हर के अर्थी ये सारे हरी दे अर्थी ये मंगते ही हनगे जिन्ने हन। सो ऐसा हर सबना का प्रभ सतगुरु कै वल है। सो ऐसा सबना का, सो ऐसा हर जो परमेश्वर है या सर्व कला समर्थ हरी, सबना का सबना का मालिक है, प्रभ सतगुरु कै वल है, प्रभ समर्थ है, प्रभु राखा सारियां दी पालना पोषणा करने वाला है, वो सतगुरां दे सरगुण स्वरूप दी तरफ तिन सब वर्ण ਉਹਨਾਂ ਨੇ ਅਕਾਲ ਪੁਰਖ ਨੂੰ ਸਾਰੇ ਵਰਨ ਖੱਤਰੀ ਬ੍ਰਾਹਮਣ ਸੂਦ ਵੈਸ ਚਾਰੇ ਖਾਣੀ ਸਭ ਸ੍ਰਿਸ਼ਟ ਗੋਲੇ ਕਰ, ਚਾਰ ਖਾਣੀਆਂ ਦੇ ਜਿੰਨੇ ਜੀਵ ਹਨ ਸਾਰੀ ਸ੍ਰਿਸ਼ਟੀ ਦੇ ਗੋਲੇ ਦਾਸ ਬਣਾ ਕੇ, ਸਤਿਗੁਰ ਅੱਗੇ ਕਾਰ ਕਮਾਵਣ ਕਉ ਦੀਏ, ਸਤਿਗੁਰੂ ਸਮਰਾਧ ਦੇ ਅੱਗੇ ਟਹਿਲ ਕਮਾਉਣ ਵਾਸਤੇ ਦੇਤੇ ਹਨ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਨੂੰ ਜਦੋਂ ਸਤਿਗੁਰੂ ਨਾਨਕ ਦੇਵ ਨੂੰ ਗੁਰਤਾ ਗੱਦੀ ਬਖਸ਼ੀ ਹੈ, ਉਸ ਇਮਾਰਤ ਨੂੰ ਕਹਿ ਲੈ ਪੁਰਖਾ ਸਾਰੇ ਗੁਪਤ ਪ੍ਰਗਟ ਜਿੰਨੀਆਂ ਰੂਹਾਂ ਹਨ, ਦੇਵਤੇ ਮਨੁੱਖ ਦੈਂਤ ਪਸ਼ੂ ਪੰਛੀ ਜਿੰਨੀ ਸਾਰੀ ਸਰੀਰ ਦੀਆਂ ਸਿੱਧੀਆਂ, ਇਹ ਤੁਹਾਡੇ ਸਾਹਮਣੇ ਹੱਥ ਜੋੜ ਕੇ ਖੜੀਆਂ ਹੈ, ਇਹ ਤੁਸੀਂ ਵਰਤਿਓ ਚਾਹੇ ਨਾ ਵਰਤਿਓ, ਤਰਲੋਕੀ ਦੇ ਤੁਸੀਂ ਮਾਲਕ ਹੋ ਗਏ ਹੋ। ਗੁਰੂ ਅੰਗਦ ਸਾਹਿਬ ਨੇ ਕਿਹਾ ਮਹਾਰਾਜ ਮੈਨੂੰ ਤਾਂ ਆਪਦੇ ਚਰਨਾਂ ਦੇ ਨਾਲ ਪਿਆਰ ਹੈ, ਇਹ ਮੈਂ ਰਿੱਧੀਆਂ ਸਿੱਧੀਆਂ ਤੋਂ ਕੀ ਲੈਣਾ ਹੈ। ਗੁਰੂ ਮਹਾਰਾਜ ਨੇ ਕਿਹਾ ਤੁਹਾਡੀ ਮਰਜ਼ੀ ਆ, ਵਰਤਿਓ ਚਾਹੇ ਨਾ ਵਰਤਿਓ, ਇਹ ਗੁਰਿਆਈ ਦੀ ਤਾਬਿਆ ਰਹਿਣਗੀਆਂ ਸਾਰੀਆਂ। ਕਿਉਂ ਗੁਰੂ ਅਮਰਦਾਸ ਸਾਹਿਬ ਨੂੰ ਗੁਰੂ ਅੰਗਦ ਸਾਹਿਬ ਨੂੰ ਬਖਸ਼ਿਸ਼ ਕੀਤੀ ਸੀ, ਸੋ ਸਤਿਗੁਰਾਂ ਦੇ ਅੱਗੇ ਗੋਲੇ ਕਮਾਉਣ ਕਾਰ ਕਮਾਉਣ ਵਾਸਤੇ ਦਿੱਤੇ ਹਨ। ਸਤਿਗੁਰ ਅੱਗੇ ਕਾਰ ਕਮਾਵਣ ਕਉ ਦੀਏ, ਇਹ ਸਾਰੀਆਂ ਤਾਕਤਾਂ ਗੁਰੂ ਸਾਹਿਬ ਦੇ ਅੱਗੇ ਟਹਿਲ ਕਮਾਉਣ ਵਾਸਤੇ ਵਾਹਿਗੁਰੂ ਨੂੰ ਬਖਸ਼ੀਆਂ ਹਨ। ਹਰ ਸੇਵੇ ਕੀ ਐਸੀ ਵਡਿਆਈ, ਹਰੀ ਅਕਾਲ ਪੁਰਖ ਦਾ ਸੇਵਾ ਕਰਨ ਦੀ, ਪਰਮੇਸ਼ੁਰ ਦੀ ਸੇਵਾ ਜਿਨ੍ਹਾਂ ਨੇ ਕੀਤੀ ਹੈ ਪਰਮੇਸ਼ੁਰ ਦਾ ਰੂਪ ਗੁਰਾਂ ਨੂੰ ਜਾਣ ਕੇ, ਐਸੀ ਉਹਨਾਂ ਨੂੰ ਵਡਿਆਈ ਪ੍ਰਾਪਤ ਹੋਈ ਹੈ। ਦੇਖੋ ਹਰ ਸੰਤ ਹੋ, ਹੇ ਹਰੀ ਦੇ ਸੰਤ ਭਗਤ ਗੁਰਸਿੱਖੋ ਦੇਖਣਾ ਕਰੋ, ਜਿਨ ਵਿੱਚੋਂ ਕਾਇਆ ਨਗਰੀ ਦੁਸ਼ਮਣ ਦੂਤ ਸਭ ਮਾਰ ਕੱਢੀ। ਦੇਖੋ ਸਤਿਗੁਰਾਂ ਦੀ ਸੇਵਾ ਦਾ ਫਲ, ਦੇਹ ਦੇ ਵਿੱਚੋਂ ਦੁਸ਼ਟ ਦੁਸ਼ਮਣੀ ਕਰਨ ਵਾਲੇ ਜੋ ਰਾਗ ਦੁਆਇਆ ਖਾਦਕ ਹੈ, ਤੇ ਕਾਮ ਕਰੋ ਲੋ ਮੋਹਕਾਰ ਦੁਸ਼ਟ ਜਿਹੜੇ ਹੈ, ਇਹ ਵਿਵੇਕ ਰੂਪੀ ਕੋਲੜੇ ਮਾਰ ਮਾਰ ਕੇ ਕੱਢ ਦਿੱਤੇ ਹੈ ਸਤਿਗੁਰ ਨੇ, ਦੇਹ ਚ ਰਹਿਣ ਨੀ ਦਿੱਤੇ ਉਹਨਾਂ ਭਗਤਾਂ ਸੰਤਾਂ ਦੇ। ਹਰ ਹਰ ਕਿਰਪਾਲ ਹੋਆ ਭਗਤ ਜਨਾ, ਉਹਨਾਂ ਭਗਤਾਂ ਜਨਾਂ ਦੇ ਜਿਹਨਾਂ ਦੇ ਵਿਕਾਰ ਮਿਟ ਗਏ ਹੈ, ਹਰ ਹਰ ਵਾਹਿਗੁਰੂ ਕਿਰਪਾਲੂ ਹੋਇਆ ਹੈ। ਹਰ ਆਪਣੀ ਕਿਰਪਾ ਕਰ ਹਰ ਆਪ ਰੱਖ ਲਈਏ, ਆਪ ਵਾਹਿਗੁਰੂ ਨੇ ਆਪਦੀ ਕਿਰਪਾ ਕਰਕੇ ਹਜ਼ੂਰ ਨਾਮ ਨੂੰ ਨੀ ਭੁੱਲਣ ਦਿੰਦੇ, ਹਰ ਆਪਣੀ ਕਿਰਪਾ ਕਰ ਹਰ ਆਪ ਦੇ ਨਾਮ ਵੀ ਨਾਲ ਲਈ ਜਾਂਦੇ ਹਨ, ਤੇ ਨਾਲੇ ਦੱਸੀ ਜਾਂਦੇ ਹਨ ਗੁਰੂ ਸਾਹਿਬ ਦਾ ਮਹੱਤਵ ਜਿਹੜਾ ਹੈ। ਹਰਾ ਹਰੀ ਨੇ ਆਪਣੀ ਕਿਰਪਾ ਕਰਕੇ ਹਰ ਆਪ ਰੱਖ ਲਈ, ਆਪ ਹੀ ਹਰੀ ਨੇ ਆਪਦੇ ਸਰੂਪ ਚ ਰੱਖ ਲਏ ਹਨ, ਭੇਦ ਕਰ ਲਏ ਹਨ। ਸਲੋਕ ਮਹੱਲਾ ਤੀਜਾ, ਅੰਦਰ ਕਪਟ ਸਦਾ ਦੁੱਖ ਹੈ। ਭਾਈ ਜਿਹੜੇ ਛਲ ਕਰਦੇ ਹੈ ਸਤਿਗੁਰੂ ਦੀ ਹਜ਼ੂਰੀ ਚ ਆ ਕੇ ਵੀ ਆਪਣਾ ਛਲ ਫਰੇਬ ਨਹੀਂ ਛੱਡਦੇ, ਉਹ ਸੁਖੀ ਨਹੀਂ ਕਦੇ ਰਹਿ ਸਕਦੇ, ਉਹਨਾਂ ਦਾ ਮਨ ਹਰ ਵਕਤ ਦੁਖੀ ਰਹਿੰਦਾ ਹੈ, ਅੰਤਰਯਾਮੀ ਸਤਿਗੁਰਾਂ ਦੇ ਅੱਗੇ ਵੀ ਛਲ ਕਰਦੇ ਹਨ। ਮਨਮੁਖ ਧਿਆਨ ਨਾ ਲੱਗੇ, ਉਹਨਾਂ ਮਨਮੁਖਾਂ ਦਾ ਭਾਵੇਂ ਅੱਖਾਂ ਮੀਚਦੇ ਆ, ਧਿਆਨ ਨਹੀਂ ਲੱਗਦਾ ਸਰੂਪ ਵਿੱਚ। ਦੁੱਖ ਵਿੱਚ ਕਾਰ ਕਮਾਵਣ, ਉਹ ਤਾਂ ਭਾਈ ਕਿਸੇ ਨੂੰ ਦੁੱਖ ਦੇ ਕੇ ਕਾਰ ਕਮਾਉਣਾ ਕਰਦੇ ਆ, ਕਿਸੇ ਨੂੰ ਜਿਸ ਤੋਂ ਮੰਗਣਾ ਦੁੱਖ ਮਨਾ ਕੇ ਲੈਂਦੇ ਹੈ, ਜੋ ਦੁੱਖ ਦੇ ਵਿੱਚ ਹੀ ਕਾਰ ਕਮਾਉਣਾ ਕਰਦੇ ਹਨ, ਕੋਈ ਜਪ ਤਪ ਕਰਦੇ ਹੈ ਤਾਂ ਵੀ ਅੰਤਾ ਕਰਨ ਜਿਹੜਾ ਚਿੱਤ ਜੁੜਿਆ ਨਹੀਂ ਲਿਵ ਵਿੱਚ, ਪ੍ਰੇਮ ਚ ਢਲਿਆ ਹੋਇਆ ਨਹੀਂ, ਐਵੇਂ ਸਾਧ ਸੰਗਤ ਜੀ ਦੁੱਖ ਦੇ ਵਿੱਚ ਬਹੁਤ ਸਾਰੇ ਅੱਕੇ ਹੋਏ,
ਕਾਰ ਨੂੰ ਕਮਾਉਣਾ ਕਰਦੇ ਹਨ। ਦੁੱਖ ਵਰਤੈ ਦੁੱਖ ਆਗੈ, ਇੱਥੇ ਵੀ ਦੁੱਖ ਹੀ ਉਹਨਾਂ ਨੂੰ ਵਰਤਦਾ, ਅੱਗੇ ਪ੍ਰਲੋਕ ਚ ਵੀ ਆ ਕਿਸੇ ਨੂੰ ਦੁੱਖ ਦਿੰਦੇ ਆ, ਦੁੱਖ ਹੀ ਹੁੰਦਾ ਹੈ। ਕਰਮੀ ਸਤਿਗੁਰ ਭੇਟੀ ਹੈ, ਭਾਈ ਜੇ ਚੰਗੇ ਕਰਮ ਹੋਣ, ਨਿਸ਼ਕਾਮ ਕਰਮ ਗੁਰਾਂ ਦੀ ਕਿਰਪਾ ਕਰਕੇ ਮਹਾਰਾਜ ਸਾਹਿਬ ਮਿਲਦੇ ਹਨ, ਤਾਂ ਸੱਚ ਨਾਮ ਲਿਵ ਲੱਗ, ਤਾਂ ਭਾਈ ਸਤਿਗੁਰੂ ਜੀ ਨਿਸ਼ਕਾਮ ਕਰਮਾਂ ਕਰਕੇ ਮਿਲਦੇ ਆ, ਤਾਂ ਸੱਚੇ ਨਾਮ ਚ ਬਿਰਤੀ ਲੱਗਦੀ ਹੈ, ਜੁੜਦੀ ਹੈ। ਨਾਨਕ ਸਹਿਜੇ ਸੁਖ ਹੋ, ਸਤਿਗੁਰੂ ਜੀ ਕਹਿੰਦੇ ਫਿਰ ਸੁਤੇ ਸਿੱਧੀ ਪਾਈ ਆਤਮਨੰਦ ਸੁਖ ਦੀ ਪ੍ਰਾਪਤੀ ਹੁੰਦੀ ਹੈ। ਅੰਦਰੋਂ ਭਰਮ ਭਾਉ ਭਾਗ, ਜਿਹੜਾ ਅੰਦਰ ਭਰਮ ਹੈ ਨਾ, ਭੇਦ ਭਰਮ ਕਰਤੱਤ ਭਰਮ ਤੇ ਸੱਤ ਪ੍ਰਕਾਰ ਦਾ ਭੈ ਹੈ, ਉਹ ਸਾਰਾ ਭੱਜ ਜਾਂਦਾ ਹੈ। ਮਹੱਲਾ ਤੀਜਾ, ਗੁਰਮੁਖ ਸਦਾ ਹਰ ਰੰਗ ਹੈ, ਜਿਹੜੇ ਗੁਰਮੁਖਾਂ ਨੂੰ ਸਦਾ ਹਰੀ ਦਾ ਰੰਗ ਚੜਿਆ ਰਹਿੰਦਾ ਹੈ, ਮਨ ਪ੍ਰੇਮ ਵਿੱਚ ਰੰਗਿਆ ਰਹਿੰਦਾ ਹੈ। ਹਰ ਕਾ ਨਾਉ ਮਨ ਭਾਇਆ, ਉਹਨਾਂ ਨੂੰ ਮਹਾਰਾਜ ਇੰਨਾ ਰੰਗ ਕਿਉਂ ਚੜ ਗਿਆ? ਕਹਿੰਦੇ ਭਾਈ ਮਹਾਰਾਜ ਦਾ ਨਾਮ ਜੋ ਉਹਨਾਂ ਦੇ ਮਨ ਚੰਗਾ ਲੱਗਾ ਹੈ, ਇਸ ਕਰਕੇ ਮਹਾਰਾਜ ਰੰਗ ਚਾੜਦਾ ਹੈ ਆਪਣੇ ਰੰਗ ਦਾ। ਗੁਰਮੁਖ ਵੇਖਣ ਬੋਲਣਾ, ਗੁਰਮੁਖ ਜਿਹੜੇ ਆ ਜੇ ਵੇਖਣਾ ਕਰਦੇ ਵਾਹਿਗੁਰੂ ਨੂੰ ਵੇਖਦੇ ਹੈ, ਜੇ ਬੋਲਣਾ ਕਰਦੇ ਉਸੇ ਦਾ ਜਾਸੀ ਬੋਲਦੇ ਹਨ। ਨਾਮ ਜਪਤ ਸੁਖ ਪਾਇਆ, ਇਸ ਕਰਕੇ ਭਾਈ ਮਹਾਰਾਜ ਦਾ ਨਾਮ ਹੀ ਜਪਦੇ ਆ, ਬਾਣੀ ਕਰਕੇ ਵੀ ਹਿਰਦੇ ਕਰਕੇ ਵੀ, ਇਸ ਕਰਕੇ ਉਹਨਾਂ ਸੁਖ ਸਰੂਪ ਨੂੰ ਪਾਇਆ ਹੈ। ਨਾਨਕ ਗੁਰਮੁਖ ਗਿਆਨ ਪ੍ਰਗਾਸਿਆ, ਗੁਰਮੁਖ ਦਾ ਨਿੰਦਰ ਉਹੀ ਪਰਮੇਸ਼ਰ ਵੇਖਦਾ, ਉਹੀ ਬੋਲਦਾ ਹੈ, ਆਪੇ ਬੋਲਾ ਆਪ ਬੁਲਾਵਾ, ਇਸ ਪ੍ਰਕਾਰ ਗੁਰਮੁਖਾਂ ਦੇ ਅੰਦਰ ਨਾਨਕ ਗੁਰਮੁਖ ਗਿਆਨ ਪ੍ਰਗਾਸਿਆ, ਸਰੂਪ ਦਾ ਗਿਆਨ ਪ੍ਰਕਾਸ਼ ਆਇਆ, ਸਭ ਕਿਰਿਆ ਆਪ ਹੀ ਕਰਦਾ, ਅਲੇਪ ਹੈ ਪਰਮੇਸ਼ਰ। ਸਿਮਰ ਅਗਿਆਨ ਅੰਧੇਰ ਚੁਕਾਇਆ, ਜਿਹੜਾ ਸਾਧ ਸਿੰਘ ਜੀ ਅਗਿਆਨ ਦਾ ਅੰਧੇਰ ਅਵਰਨ ਦਾ ਪੜਦਾ ਸੀ, ਤਿਮਰ ਅਰਸੈ ਕਰਕੇ ਤੇ ਬਖੇਪ ਸ਼ਕਤੀ ਸੀ, ਉਹਨਾਂ ਨੂੰ ਸੱਤਵਾ ਪਾਤ ਤੇ ਸੱਤਵਾ ਪਾਤ ਸ਼ਕਤੀਆਂ ਦੋਹਾਂ ਨੂੰ ਚੱਕਦਾ ਮਹਾਰਾਜ ਨੇ। ਮਹੱਲਾ ਤੀਜਾ, ਮਨਮੁਖ ਮੈਲੇ ਮਰਹਿ ਗਵਾਰ, ਜਿਹੜੇ ਮਨਮੁਖ ਮੈਲੇ ਅਗਿਆਨੀ ਅੰਤਾ ਕਰਨ, ਜਿਹਨਾਂ ਦੇ ਪਾਪਾਂ ਕਰਕੇ ਉਹ ਜੰਮਦੇ ਮਰਦੇ ਰਹਿੰਦੇ ਗਵਾਰ ਬਸਮਜ। ਗੁਰਮੁਖ ਨਿਰਮਲ ਹਰ ਰਾਖਿਆ ਉਰਤਾ, ਗੁਰਮੁਖਾਂ ਦਾ ਮਨ ਨਿਰਮਲ ਹੈ, ਉਜਲ ਹੈ, ਉਹਨਾਂ ਦੇ ਅੰਦਰ ਪਾਪਾਂ ਦੀ ਵਿਦਿਆ ਦੀ ਮੈਲ ਨੀ, ਕਿਉਂਕਿ ਮਹਾਰਾਜ ਨੂੰ ਹਿਰਦੇ ਚ ਵਸਾ ਕੇ ਰੱਖਿਆ ਉਹਨਾਂ ਨੇ। ਪੰਡਤ ਨਾਨਕ ਸੁਣੋ ਜਨ ਭਾਈ, ਸਤਿਗੁਰੂ ਨਾਨਕ ਦੇਵ ਗੁਰੂ ਅਮਰਦਾਸ ਸਾਹਿਬ ਜੀ ਕਥਨ ਕਰਦੇ ਹੈ, ਜਨ ਪੁਰਸ਼ੋ ਜਿੰਨੇ ਚੇਤਨ ਦੀ ਅੰਸ ਹੋ, ਅਸੀਂ ਸਾਰਿਆਂ ਨੂੰ ਭਾਈ ਸਮਝਦੇ ਹਾਂ, ਸੁਣਨਾ ਕਰੋ ਪ੍ਰੇਮ ਦੇ ਨਾਲ। ਸਤਿਗੁਰ ਸੇਵ ਹੋ ਹਉ ਮੈਂ ਮਲ ਜਾਈ, ਭਾਈ ਗੁਰੂ ਸਾਹਿਬ ਦੀ ਸੇਵਾ ਕਰੋ, ਇੱਕੋ ਜਿਹਾ ਸਟੇਜ ਹੈ, ਇੱਥੇ ਚੇਲਾ ਤੇ ਗੁਰੂ ਦਾ ਸਵਾਲ ਨੀ ਰੱਖਦੇ, ਭਾਈ ਬਣਾਉਂਦੇ ਹਨ, ਕਿਰਪਾ ਕਰਕੇ ਸੱਚੇ ਪਾਤਸ਼ਾਹ। ਹਾਂਜੀ, ਸਤਿਗੁਰ ਸੇਵ ਹੋ ਹਉ ਮੈਂ ਮਲ ਜਾਈ, ਜੇ ਭਾਈ ਸਤਿਗੁਰੂ ਨਾਨਕ ਦੇਵ ਦਾ ਜੋ ਬਚਨ ਹੈ ਉਹਦੇ ਅਨੁਸਾਰ ਜੀਵਨ ਬਣਾ ਕੇ ਸੇਵਨ ਕਰਿਓ, ਫਿਰ ਹੋਮੇ ਦੀ ਮੈਲ ਤੁਹਾਡੇ ਅੰਦਰੋਂ ਚਲੀ ਜਾਏਗੀ। ਅੰਦਰ ਸੰਸਾ ਦੁੱਖ ਵਿਆਪੇ, ਜਿਨ੍ਹਾਂ ਪੁਰਖਾਂ ਦੇ ਅੰਦਰ ਸੰਸਾ ਪ੍ਰਮਾਣ ਪਰਮੇਵ ਵਰਗੇ ਆਦਿਕ ਹੈ, ਉਹ ਜੰਮਣ ਮਰਨ ਦੇ ਦੁੱਖਾਂ ਜੀ ਵਿਆਪੇ ਲੱਗੇ ਹੋਏ ਆ। ਸਿਰ ਧੰਦਾ ਨਿਤ ਮਾਰ, ਨਿਤਾ ਪ੍ਰਤੀ ਉਹਨਾਂ ਦਾ ਸਿਰ ਧੰਦਿਆਂ ਵਿੱਚ ਹੀ ਮਾਰਦੇ ਰਹਿੰਦੇ ਹਨ, ਧੰਦਿਆਂ ਵਿੱਚ ਹੀ ਪ੍ਰਵਿਰਤ ਰਹਿੰਦੇ ਹਨ। ਦੂਜੇ ਭਾਏ ਸੁੱਤੇ ਕਵਹੋਂ ਨਾ ਜਾਗ ਹੈ, ਵੈਦ ਭਾਜ ਸੁੱਤੇ ਹੋਏ ਪਰਮਾਦੀ ਕਦੇ ਜਾਗਦੇ ਨਹੀਂ ਹਨ। ਮਾਇਆ ਮੋਹ ਪਿਆਰ, ਮਾਇਆ ਦੇ ਮੋਹ ਦਾ ਐਸਾ ਪਿਆਰ ਚਿੰਬੜਿਆ ਹੋਇਆ, ਸੁੱਤੇ ਪਏ ਹਨ ਵਿਦਿਆ ਦੀ ਨੀਂਦ ਚ। ਨਾਮ ਨਾ ਚੇਤ ਹੈ, ਸ਼ਬਦ ਨਾ ਵਿਚਾਰ, ਮਹਾਰਾਜ ਸਾਹਿਬ ਦੇ ਨਾਮ ਨੂੰ ਚੇਤੇ ਕਰਦੇ ਆ ਚਿੱਤ ਨਾਲ, ਨਾ ਗੁਰੂ ਸਾਹਿਬ ਦੇ ਉਪਦੇਸ਼ ਦੀ ਵਿਚਾਰ ਕਰਦੇ ਹਨ ਸੰਗਤ ਚ ਮਿਲ ਕੇ। ਇਹੋ ਮਨਮੁਖ ਕਾ ਵਿਚਾਰ, ਮਨਮੁਖਾਂ ਦਾ ਇਹੋ ਜਿਹਾ ਵਿਚਾਰ ਮਿਰਨਾ ਹੈ, ਜਾਣ ਲਓ ਉਹਨਾਂ ਦੇ ਜੀਵਨ ਦਾ। ਹਰ ਨਾਮ ਨਾ ਪਾਇਆ ਬਿਰਥਾ ਜਨਮ ਗਵਾਇਆ, ਭਾਈ ਕਰਤਾਰ ਦਾ ਨਾਮ ਚੰਗਾ ਹੀ ਨਹੀਂ ਲੱਗਾ, ਇਸ ਕਰਕੇ ਵਿਅਰਥੀ ਵਿਸ਼ਿਆਂ ਚ ਲੱਗ ਕੇ ਆਪਣਾ ਜਨਮ ਗਵਾ ਲਿਆ ਹੈ। ਨਾਨਕ ਜਮ ਮਾਰ ਕਰੇ ਖੁਆ, ਸਤਿਗੁਰ ਨਾਨਕ ਦੇਵ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਜਮ ਮਾਰ ਕੇ ਉਹਨਾਂ ਨੂੰ ਖਰਾਬ ਕਰੇਗਾ, ਜੂਨਾਂ ਚ ਪਾ ਕੇ ਨਰਕ ਚ ਪਾ ਕੇ। ਪੌੜੀ ਜਿਸ ਨੂੰ ਹਰ ਭਗਤ ਸੱਚ ਬਖਸ਼ੀਆਂ, ਜਿਨ੍ਹਾਂ ਨੂੰ ਹਰੀ ਅਕਾਲ ਪੁਰਖ ਦੀ ਸਤਿਗੁਰਾਂ ਨੇ ਸੱਚੀ ਭਗਤੀ ਸਭ, ਇਸ ਭਗਤੀ ਕੋਈ ਜਾਣੇ ਪਏ ਹੋ, ਸਭ ਮੇਰਾ ਪ੍ਰਵਾਦ ਤੋਂ ਦੇਹ, ਇਹ ਸੱਚੀ ਭਗਤੀ ਬਖਸ਼ੀ ਹੈ। ਸੋ ਸੱਚਾ ਸਾਹੂ, ਉਹ ਸੱਚੇ ਸ਼ਾਹੂਕਾਰ ਮਹਾਤਮਾ ਸੰਤ ਭਗਤ ਹਨ। ਇਸ ਕੀ ਮੋਹਤਾਜੀ ਲੋਕ ਕੱਢਦਾ, ਉਹ ਗੁਰੂ ਦੇ ਸਰੂਪ ਵਿੱਚ ਲੀਨ ਹੋਏ ਹੈ, ਉਹਨਾਂ ਦੀ ਖੁਸ਼ਾਮਤ ਸਾਰੇ ਲੋਕ ਕੱਢਦੇ ਹੈ,
ਉਹਨਾਂ ਦੇ ਅੱਗੇ ਜਾ ਕੇ ਰੇਹੜੀਆਂ ਕੱਢਦੇ ਆ ਕਿ ਮਹਾਰਾਜ ਸਾਡਾ ਭਲਾ ਕਰੋ। ਉਹ ਮੁਹਤਾਜ ਰਹਿੰਦੇ ਹਨ, ਖੁਸ਼ਾਮਤੀ ਰਹਿੰਦੇ ਹਨ ਉਹਨਾਂ ਦੇ। ਹੋਰਤ ਹੱਟ ਨਾ ਵੱਥ ਨਾ ਵੇਸਾ, ਇਹ ਗੁਰਾਂ ਦੀ ਸ਼ਰਨ ਤੋਂ ਬਿਨਾਂ ਹੋਰ ਕਿਸੇ ਹੱਟ ਸੰਗਤ ਚੋਂ ਨਹੀਂ ਮਿਲਦਾ। ਨਾ ਕਿਤੇ ਵਸਤੂ ਦੇ ਨਾਲ ਵਸਾ ਖਰੀਦਿਆ ਜਾ ਸਕਦਾ ਕਿ ਚੀਜ਼ ਦੇ ਵੱਟੇ ਜਿਵੇਂ ਚੀਜ਼ ਖਰੀਦ ਲਈ ਦੀ ਹੈ, ਇਉਂ ਨਾਮ ਰੂਪੀ ਵਸਤੂ ਨੂੰ ਖਰੀਦਿਆ ਨਹੀਂ ਜਾ ਸਕਦਾ ਹੋਰ ਕਿਤੋਂ, ਹੋਰ ਕਿਸੇ ਦੀ ਸੰਗਤ ਰੂਪੀ ਹੱਟ ਵਿੱਚੋਂ। ਭਗਤ ਜਨਾ ਕਉ ਸਨਮੁਖ ਹੋਵੇ, ਜਿਹੜਾ ਮਹਾਰਾਜ ਦੇ ਭਗਤਾਂ ਜਿਹਨਾਂ ਦੇ ਸਨਮੁਖ ਬਣ ਜਾਂਦਾ ਹੈ, ਆਪਣਾ ਕਪਟ ਛੱਡ ਦਿੰਦਾ ਹੈ। ਉਹ ਹਰ ਰਾਸ ਲਈ, ਉਹ ਭਾਈ ਹਰੀ ਦੇ ਰਾਸ ਸਰਦਾ ਰੂਪੀ ਪੂੰਜੀ, ਹਰੀ ਦੇ ਨਾਮ ਰੂਪੀ ਰਾਸ ਨੂੰ, ਸਚਿਆਈ ਨੂੰ ਲੈ ਲੈਂਦਾ ਹੈ। ਬੇਮੁਖ ਪਸ ਪਾਓ, ਜਿਹੜੇ ਬੇਮੁਖ ਆਦਮੀ ਹੈ ਉਹਨਾਂ ਦੇ ਲਾਲਤਾਂ ਦੀ ਸਵਾਹ ਹੀ ਪੈਂਦੀ ਹੈ, ਵਕਾਰਾਂ ਦੀ ਇੱਛਾ ਹੈ ਉਹਨਾਂ ਦੇ ਅੰਦਰ। ਹਰ ਕੇ ਨਾਮ ਕੇ ਵਪਾਰੀ ਹਰ ਭਗਤ ਹੈ, ਫਿਰ ਭਾਈ ਪਰਮੇਸ਼ਵਰ ਦੇ ਨਾਮ ਦੇ ਵਪਾਰੀ ਨਾ ਹਰੀ ਦੇ ਭਗਤ ਵੀ ਹਨ, ਹੋਰ ਨੀ ਕੋਈ ਹੈ। ਜਮ ਜਾ ਗਾਤੀ ਤਿੰਨਾ ਨੇੜ ਨਾ ਜਾ, ਜਿਹੜਾ ਜਮ ਜਗਾਤ ਕਰਮਾਂ ਧਰਮਾਂ ਦੀ, ਲੋਕ ਦੰਡ, ਪਿਤਰ ਦੰਡ, ਦੇਵ ਦੰਡ ਆਦਿਕ, ਰਾਜ ਦੰਡ ਆਦਿਕ ਮੰਨਦਾ ਹੈ, ਉਹ ਜਗਾਤੀ ਆ ਜਿਹੜਾ ਜਮ ਉਹਨਾਂ ਦੇ ਨੇੜੇ ਨਹੀਂ ਆ ਸਕਦਾ। ਜੈ ਲਾਲ ਤੀਜਾ ਗਾਤੀ ਘਾਟ, ਦੂਰ ਰਹੀ ਉਹ ਜਮ ਤੇ ਬਾਟ। ਜਨ ਨਾਨਕ ਹਰ ਨਾਮ ਧਨ ਲੱਦਿਆ, ਸਤਿਗੁਰੂ ਜੀ ਕਹਿੰਦੇ ਨੇ ਅਸੀਂ ਤਾਂ ਭਾਈ ਪਰਮੇਸ਼ਵਰ ਦਾ ਨਾਮ ਰੂਪੀ ਧਨ ਇਹ ਲੱਦਿਆ ਹੈ ਅੰਤਾਕਰਨ ਰੂਪੀ ਗੱਡੇ ਵਿੱਚ। ਸਦਾ ਬੇਪਰਵਾਹ, ਜਿਸ ਕਰਕੇ ਸਦਾ ਬੇਪਰਵਾਹ ਹੋ ਗਿਆ, ਖਾਸ ਨੀ ਰਹੀ ਕਿਸੇ ਦੀ। ਸਲੋਕ ਮਹੱਲਾ ਤੀਜਾ, ਇਸ ਯੁੱਗ ਮੈਂ ਭਗਤੀ ਹਰ ਧਨ ਖੱਟਿਆ, ਇਸ ਕਲਯੁਗ ਦੇ ਵਿੱਚ ਸਮੇਂ ਚ ਚੌਹਾਂ ਯੁੱਗਾਂ ਚ ਫਿਰਦਿਆਂ ਫਿਰਦਿਆਂ ਆਉਂਦਿਆਂ ਨੇ ਭਗਤਾਂ ਜਿਹਾ ਹਰੀ ਦੇ ਨਾਮ ਧਨ ਦੀ ਖੱਟੀ ਨੂੰ ਖੱਟਿਆ ਹੈ। ਹੋਰ ਸਭ ਜਗਤ ਭਰਮ ਭੁਲਾਇਆ, ਹੋਰ ਸਾਰਾ ਜਗਤ ਚੌਹਾਂ ਯੁੱਗਾਂ ਦੇ ਜੀਵ ਜੰਤ ਜਿਹੜੇ ਹੈ ਜਮਦੇ ਮਰਦੇ ਆਉਂਦੇ ਆ, ਭਰਮ ਵਿੱਚ ਹੀ ਭੁਲਾ ਲਿਆ ਹੈ ਉਹਨਾਂ ਨੇ ਆਪਣੇ ਆਪ ਨੂੰ। ਗੁਰਪ੍ਰਸਾਦੀ ਨਾਮ ਮਨ ਵਸਿਆ, ਭਾਈ ਸਤਿਗੁਰ ਸਾਹਿਬ ਦੀ ਜਿਨ੍ਹਾਂ ਤੇ ਕਿਰਪਾ ਹੋਈ ਹੈ ਉਹਨਾਂ ਦੇ ਮਨ ਚ ਅੰਮ੍ਰਿਤ ਨਾਮ ਵਸਿਆ ਹੈ। ਮਨ ਦਿਨ ਨਾਮ ਧਿਆਇਆ, ਉਹਨਾਂ ਦਾ ਜੀਵਨ ਇਹ ਬਣ ਗਿਆ ਕਿ ਰਾਤ ਦਿਨ ਮਹਾਰਾਜ ਦੇ ਨਾਮ ਨੂੰ ਧਿਆਇਆ ਹੈ ਉਹਨਾਂ ਨੇ। ਵਿਖਿਆ ਮਾਹੇ ਉਦਾਸ ਹੈ, ਵਿਖਿਆ ਮਾਇਆ ਦੇ ਵਿੱਚ ਵਿਸ਼ਿਆਂ ਵਿੱਚ ਰਹਿੰਦੇ ਹੋਏ ਉਪਰਾਮ ਰਹਿੰਦੇ ਹਨ। ਹਉਮੈ ਸ਼ਬਦ ਜਲਾਇਆ, ਜਿਹੜੀ ਹਉਮੈ ਸੀ ਦੇ ਰਹੀ ਉਹਨੂੰ ਸ਼ਬਦ ਦੀ ਕਮਾਈ ਕਰਕੇ ਜਾਲ ਦਿੱਤਾ ਹੈ। ਆਪ ਤਰਿਆ ਕੁਲ ਉਧਰੇ, ਉਹ ਗੁਰਮੁਖ ਆਪ ਵੀ ਤਰ ਗਿਆ ਹੈ, ਉਹਨਾਂ ਦੀਆਂ ਕੋਲਾਂ ਵੀ ਉਧਰ ਗਈਆਂ, ਦੈਵੀ ਸੰਪਦਾ ਵੀ ਉਹਨਾਂ ਨੂੰ ਉਧਾਰ ਲਈ ਹੈ, ਆਸਰੀ ਸੰਪਦਾ ਦੀ ਕੈਦ ਤੋਂ ਖਲਾਸੀ ਕਰਾ ਲਈ ਹੈ। ਧੰਨ ਜਿਹੜੇ ਦੀ ਮਾਇਆ, ਧੰਨ ਉਹਨਾਂ ਦੀ ਮਾਤਾ ਪੈਦਾ ਕਰਨ ਵਾਲੀ ਜਾਣ ਵਾਲੀ, ਉਹਨਾਂ ਜੀਵਨ ਸਫਲਾ ਹੈ। ਤਿੰਨ ਧੰਨ ਜਿਹੜੇ ਦੀ ਮਾਓ ਆਏ ਸਫਲ ਸੇ, ਸਦਾ ਸਹਿਜ ਸੁਖ ਮਨ ਵਸਿਆ, ਸਦਾ ਸੁਖ ਸਹਿਜ, ਸਦਾ ਸਹਿਜ ਸੁਖ ਮਨ ਵਸਿਆ, ਸਦਾ ਰਹਿਣ ਵਾਲਾ ਜੋ ਸਹਿਜ ਗਿਆਨ ਹੈ ਸਰੂਪ ਦਾ, ਗਿਆਨ ਕਰਕੇ ਸਦਾ ਸੁਖ ਬ੍ਰਹਮਾਨੰਦ ਮਨ ਚ ਵਸ ਗਿਆ ਹੈ। ਸੱਚੇ ਸਿਉ ਲਿਵ ਲਾਇਆ, ਸੱਚੇ ਦੇ ਨਾਲ ਲਿਵ ਦਿੱਤੀ ਨੂੰ ਜਿਹਨਾਂ ਲਾਉਣਾ ਕੀਤਾ ਜੋੜਿਆ ਹੈ। ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਭੁੱਲੇ, ਇਹ ਭਾਈ ਬ੍ਰਹਮਾ ਦੀ ਉਪਾਸ਼ਨਾ ਕਰਨ ਵਾਲੇ ਭੁੱਲ ਗਏ, ਵਿਸ਼ਨੂੰ ਦੀ ਉਪਾਸ਼ਨਾ ਕਰਨ ਵਾਲੇ ਭੁੱਲ ਗਏ, ਸ਼ਿਵਜੀ ਦੀ ਉਪਾਸ਼ਨਾ ਕਰਨ ਵਾਲੇ ਤਿੰਨਾਂ ਗੁਣਾਂ ਚ ਭੁੱਲ ਗਏ। ਇਹਨਾਂ ਨੂੰ ਹੰਕਾਰ ਆ ਸਤੋ ਗੁਣ ਦਾ ਹੰਕਾਰ ਹੈ ਵਿਸ਼ਨੂੰ ਨੂੰ, ਤਮੋ ਗੁਣ ਦਾ ਹੰਕਾਰ ਹੈ ਸ਼ਿਵਜੀ ਨੂੰ, ਰਜੋ ਗੁਣ ਦਾ ਹੰਕਾਰ ਹੈ ਬ੍ਰਹਮਾ ਨੂੰ। ਇਹ ਤਿੰਨਾਂ ਗੁਣਾਂ ਚ ਲੱਗ ਕੇ ਬ੍ਰਹਮਾ ਵਿਸ਼ਨੂੰ ਸਰੇ ਪ੍ਰਿਆਨ ਤਨਕੋ ਮੋਹ ਪਿਆ ਮਨ ਮਦਕਾ, ਇਹ ਵੀ ਪ੍ਰਕਿਰਤੀ ਦੀ ਭੁੱਲ ਚ ਹੀ ਪੈ ਗਏ ਹਨ। ਇਹਨਾਂ ਨੇ ਕਿਸੇ ਕਿਸੇ ਸਮੇਂ ਗਲਤੀਆਂ ਕੀਤੀਆਂ ਹਨ, ਇਸ ਕਰਕੇ ਮਹਾਰਾਜ ਕਹਿੰਦੇ ਤਿੰਨਾਂ ਗੁਣਾਂ ਚ ਭੁੱਲੇ ਹੋਏ ਹਨ। ਵਿਸ਼ਨੂੰ ਤਾਂ ਜਲੰਧਰ ਵੇਲੇ ਦਾ ਰੂਪ ਧਾਰ ਕੇ ਜਦੋਂ ਬ੍ਰਿੰਦਾ ਰਾਜ ਨੇ ਸੱਤ ਤੋੜਿਆ, ਉਹਨੇ ਕਿਹਾ ਜਾ ਠਾਕੁਰ ਬਣ, ਪੱਥਰ ਬਣ ਕੇ ਪੂਜੀ ਦਾ ਹੈ। ਇਸੇ ਪ੍ਰਕਾਰ ਸ਼ਿਵਜੀ ਮੋਹਣੀ ਉਤਾਰ ਵੇਲੇ ਭੁੱਲ ਗਿਆ, ਇਸੇ ਪ੍ਰਕਾਰ ਸਤਸੰਗ ਜੀ ਬ੍ਰਹਮਾ ਜੀ ਨੇ ਸ੍ਰਸ਼ਟੀ ਦੇ ਰੂਪ ਨੂੰ ਵੇਖ ਕਰਕੇ ਭੁੱਲ ਚ ਪੈ ਗਿਆ। ਇਸ ਪ੍ਰਕਾਰ ਤਿੰਨਾਂ ਗੁਣਾਂ ਵਾਲੇ ਸਾਰੇ ਭੁੱਲ ਚ ਪੈ ਗਏ ਹਨ, ਛੁਟਕਾਰਾ ਨਹੀਂ ਇਹਨਾਂ ਦਾ ਹੋ ਸਕਿਆ। ਤਾਂ ਹੀ ਕਿਹਾ ਬ੍ਰਹਮ ਮਹੇਸ਼ਰ ਕਿਸ਼ਨ ਸਜੀ ਅੰਤ ਫਸੇ ਜੋ ਫਾਸ ਪਰੇਂਗੇ, ਤੇ ਜਾਂਦੀ ਫਾਹੀ ਜੀ ਪੈਂਦੇ ਇਹਨਾਂ ਦੀ ਉਪਾਸ਼ਨਾ ਕਰਨ ਵਾਲੇ, ਹੋਰ ਨਹੀਂ ਲਾਭ ਕੋ ਪ੍ਰਾਪਤ ਹੁੰਦਾ। ਇਹ ਕਾਲ ਦੇ ਅੰਦਰ ਹੀ ਹਨ, ਕਾਲ ਪਾਇ ਬ੍ਰਹਮਾ ਅਵਤਾਰਾ, ਕਾਲ ਪਾਇ ਸ਼ਿਵਜੀ ਅਵਤਾਰਾ, ਕਾਲ ਪਾਇ ਕਰ ਵਿਸ਼ਨੂੰ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ, ਕਾਲ ਦੀ ਗਰਦਿਸ਼ ਦੇ ਅੰਦਰ ਹਨ ਇਹ ਸਾਰੇ ਜਿੰਨੇ ਹਨਗੇ।
इस करके इन्हां नूं तिन्नां गुणां दी भुल विच महाराज जी ने दस्सिया है। सतगुरु साहब का किसे नाल वैर नहीं, सतगुरु बेपरवाह हन, इह सच कहिणो नहीं, सच्चे पातशाह हटदे सच्चा जिहड़ियां वेद शास्त्र पुस्तकां वाले है। ब्रह्म पुराण च ब्रह्मा नूं ही कारण ब्रह्म दस्सिया है, विष्णु पुराण च विष्णु नूं कारण ब्रह्म दस्सिया है, शिव पुराण शिव जी नूं कारण ब्रह्म दस्सिया है। है ये कार जी कारण रूप परमेश्वर जिन्हें सारे रचे है, ब्रह्मा विष्णु सरित अगणित अगिनती रची है उस परमेश्वर ने। इस प्रकार एक बारी अनसुआ जी दत्तात्रेय की माता सी, इस दे सत नूं वेख करके ये लक्ष्मी ते पार्वती ते सवित्री ये तिन्ने गुस्से च अंख दियां भरियां होईयां कहिंदियां भी इहदा सत तोड़ो। जिस वेले कहा सत तोड़ो उस वक्त है भाई पाला उस वक्त साध संगत जी अणसूआ का सत तोड़न वास्ते गए। अणसूआ ने कहा जे मैं पूरी सत वाली है तो ये जेड़े हन बालक बन जान। तिने देवते बालक बन गए ते कुछड़ चक्की फिरे, फिर रोंदियां फिर लक्ष्मी भी अते सवित्री भी। उस वक्त साध संगत जी इस प्रकार की इहदी हालत होई, फिर उस रूप च हो गई। जिस वेले फिर प्रेरिया इन्हां नूं, फिर लगी साफ देण, उस वेले निम ते बरोटा ते साध संगत जी पिपल बन गए तिन्ने, तां छुटकारा पाया। इउं अणसूआ तों श्राफ तों डरदियां जी इहदी गल इउं होई। इस प्रकार तिन्ना गुणा च सारे भुले हुए हन। मैं मोह वधाया, एक अपनी स्त्रियां नूं खुश करन वास्ते उहदा सत तोड़ना चाहुंदे सी। हांजी मैं मोह वधाया, इस प्रकार देह दी मैं ते पदार्थां दा मोह वधाउणा कीता अपनी पूजा दा। मनमुख दुखीए सदा भ्रम भुल, जिहड़े मनमुख लोक इहनां दी उपासना च फसे है उह दुखी रहिंदे है, सदा भरम च आवागमन च भुले ही रहिंदे हन। किन्नी बिरथा जन्म गवाया, उहनां नाल दा जन्म निष्फल ही गवा लिया संसार विच आके। नानक नाम रते सी जन समझे, सतगुरु जी कहिंदे जो नाम चिरंगे उह समझे समाए हन वाहिगुरु विच, समझे समझे हनगे उह ज्ञान दे ताई। जे आपे बख्श मिलाया, जिन्हां नूं मारन आप अमृत नाम बख्श के आपदे सरूप च मेल लिया है। महला तीजा नानक सो सालाही है, सतगुरु साहिब जी कहिंदे उस परमेश्वर दी त्रैगुण कह नानक नाम रते सी जन समझे, उह समझे हन समाए हन विद्वान लोक। मोनी पढ़ पढ़ के भुल गए हन विद्वान शास्त्रां नूं, मोनी मोहन धार के बुलां नूं कुट कुट के भुल गए भी बोलना ही नहीं। दूजा पाए चित लाया, हंगता विच भुले हन इस करके द्वैत भाव च चित नूं लाया है इन्हां ने। योगी जंगम सन्यासी भुले, योगी जिहड़े गोरख मतावलंबी हन, जंगम शिव जी का विआह गाउण वाले, पार्वती ते शिव जी का भी जन्म जन्म की रगर हमारी, बरों सम नजर हो कुमारी इं गाउण वाले सन्यासी भी शिव जी के उपासक हैं, दत्तात्रेय तो पैदा हुए है, ये भी दसां नावां च भुल गए हैं। बिन गुण तत ना पाया, बिना गुरु साहब तो तत सिद्धांत स्वरूप दे ज्ञान नूं नहीं पाउणा कीता। मनमुख दुखीए सदा भ्रम भुले, जिहड़े मनमुख लोक तो दुखी रहिंदे आ सदा भरम च भुले होए हन। किन्नी बिरथा जन्म गवाया, उहनां नाल दा जन्म व्यर्थ निष्फल गवा लिया है। नानक नाम रते सी जन समझे, सतगुरु जी कहिंदे जो नाम च रंगे उह समझे समाए हन, समझे हम सतगुरु जी फरमाते हैं। जे आपे बख्श मिलाया, जिन्हां नूं आप नाम बख्श के आपदे सरूप च मेल लिया है। महला तीजा नानक सो सालाही है, सतगुरु महाराज कहिंदे ने उस परमेश्वर दी पई सिफत करनी चाहीदी है। जिस वस सब किश हो, जिस वाहिगुरु दे अधीन है सब कुछ वस है हो रहा। जिस है शरीर हो प्राणी हो, प्राणाधारी जीवो उस वाहिगुरु दा सेवन भजन करो। जिस बिन अवर ना को, उस वाहिगुरु तो बगैर बख्शन वाला अवर स्थान च कोई नहीं, इको इको द्वैत रूपा होर नहीं कोई है। गुरमुख अंतर मन वसै, गुरमुखां दे मन दे अंदर वाहिगुरु वस जांदा है। सदा सदा सुख हो, उहनां नूं अंदरों ही परमेश्वर मन च वस जांदा है,
सदा रहन वाला सुख स्वरूप का प्राप्त होंदा हमेशा वास्ते। पौड़ी जिन्नी गुरमुख हर नाम धन ना खटे, जिन्होंने गुरमुखा की संगत करके गुरां द्वारा परमेश्वर के नाम रूपी धन नहीं कठा किया खटा नहीं है। दिवालिए युग मां भाई दिवालिए हन गए करजाई हन गए युग के अंदर लोक दंड पितर दंड देव दंड राज दंड ये दंड बनिया रहा उन्होंने दिवालिए करजे वाले दुआले वाले जेड़े होंगे है वह दुआला कढ़ देंगे हन के दिने दीवा बजा के ऐ आपके जीवन का दुआला ही कढ़ी जाते हैं। मंगते फिर है सब जगत में वो सारे संसार च मंगते ही तुरे फिरते हैं उन्होंने तृप्ति नहीं आती है। कोई मोह थुक ना तिन कौ पाए, उन्होंने मुंह की थुक भी कोई नहीं पाता मुंह चो थुक करके भी आ साडा खादा पदार्थ है आ ही लै लै इन्हें भी कोई देर नू तैयार नहीं है। पराई बखीली कर है अपनी प्रतीत खोवन, उन्होंने स्वभाव है पराया ना ईरखा करते रहते हैं पराया ना बखीली चुगली करते रहते हैं पराए दे गुणा नू छुपाने वास्ते इस प्रकार बखीली ना सूमताई करते रहते भी दूए के गुण ना कि मेरे को निकले आ फारसी च बखीली ना सूमता का है देश पासा चुगली का नाम है बखीली इस प्रकार ईरखा का नाम भी है करते हैं निंदा करते हैं चुगली करते हैं पराए के गुणा के कहने वालों सूमता ही करते हैं। अपनी प्रतीत खोवन अपना भरोसा ही गुआ लेंगे ऐसे पुरख जेड़े हैं सगवा भी आप लिखा सगवा अगे नालों भी सगों बहुता अपना आप का जरा चाल चलना जगा लिखा लेंगे जना लेंगे भी असं यह धोखेबाज हैं लोगों ने चलाकी करते हाँ चुगली कर जिस नाम रूपी धन की प्राप्ति वास्ते दुनिया को चुगली करते भी इन्हों को ना रहे साडा ही प्रताप हो जाए सो धन चुगली हाथ ना आवे भाई धन ईरखा करके चुगली हाथ च नहीं आ सकता अंतकरण च नहीं प्रगट हो सकता कोई भाव है तिथे जा भावे उन्हें चित करता बहरों लोग चले जाने चाहे स्वर्ग चले जान चाहे पताल चले जान जिथे जाना तिथे उथे चले जान पावे गुरमुख सेवक पाए हर धन मिले ये तो गुरमुखा के अंदर सेवा भाव होवे भावना होवे सरदा होवे सेवक सुभा होवे क्यों सरदा नाल परमेश्वर का नाम धन मिलता है। कर्महीन लै ना सके गुरमुखा की संग च सरदा नहीं उन्होंने अंदर आती भावना नहीं आती क्यों निष्काम कर्मा तो ही में लै नहीं सकते हैं। होर है देश दिशांतर हर धन ना होर किसे थां विच किसे देश च माझे मालवे दुआबे च इसे प्रकार दिशा के अंदर उत्तर दक्षिण पूर्व पश्चिम आदिकां च कितों भी नहीं प्राप्त हो सकता हरि का नाम धन होर था होर थां किसे च देश देश दिशांतर हर धन नाहे देश जेडे अंग साधना दे यम नेम आदिक साधना दे देश का अंग है जेडे इन्हां विच भी ते दिशा बिरतियां प्रमाण प्रजी आदिक ये जेडियां दिशा बनिया इन्हां चो हरिया नाम धन कितों भी नहीं प्राप्त हो सकता उन्हां नूं। श्लोक महला तीजा गुरमुख संसा मूल ना हो गई जेडे गुरमुख हनगे ਉਹਨਾਂ ਦੇ ਤਾਂ ਹੀ ਸੰਸਾਰ ਵਰਜਾ ਆਦਿਕ ਮੂਲ ਉੱਕਾ ਹੀ ਨਹੀਂ ਹੁੰਦਾ ਹੈ ਚਿੰਤਾ ਵਿੱਚ ਹੋ ਜਾ ਚਿੰਤਾ ਆਈ ਹੋਈ ਬੇਵਲ ਹਾਲਤ ਜਿਹੜੀ ਬਿਪਤਾ ਪਈ ਤੋਂ ਚਿੱਤ ਦੀ ਬੇਵਲ ਹਾਲਤ ਹੈ ਉਸ ਬਿਪਤਾ ਨੂੰ ਮੇਟਿਆ ਨਾ ਜਾਣਾ ਜਿਹੜੀ ਚਿੰਤਾ ਹੈ ਇਹ ਵੀ ਵਿੱਚੋਂ ਚਲੀ ਗਈ ਹੈ ਉਹਨਾਂ ਦੀ ਜੋ ਕਿਸ ਹੋਏ ਸੋ ਸਹਿਜੇ ਹੋ ਉਹਦਾ ਮਹਾਰਾਜ ਦੇ ਭਾਣੇ ਚੱਲਦੇ ਹਨ ਪ੍ਰੇਮੀ ਉਹ ਜਾਣਦੇ ਵੀ ਜੋ ਕੁਛ ਹੋ ਰਿਹਾ ਸੁਤੇ ਹੀ ਹੋ ਰਿਹਾ ਹੈ ਕਹਿਣਾ ਕਿਸੂ ਨਾ ਜਾ ਕਸਣ ਵਾਲੇ ਬਣ ਕਰਕੇ ਕਿਸੇ ਪ੍ਰਕਾਰ ਕੁਛ ਵੀ ਥੋੜੇ ਮਾਤਰੇ ਵੀ ਇਸ਼ਾਰੇ ਨਾਲ ਜਾਂ ਕੋਈ ਬਚਨ ਬਲਾਸ ਨਾਲ ਕਿਹਾ ਨਹੀਂ ਜਾਂਦਾ ਵਾਹਿਗੁਰੂ ਦੀ ਰਿਜਾਜ ਖੁਸ਼ ਰਹਿੰਦੇ ਹਨ ਨਾਨਕ ਤਿੰਨ ਕਾ ਆਖਿਆ ਆਪ ਸੁਣੇ ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਆਖੀ ਹੋਈ ਬੇਨਤੀ ਨੂੰ ਕਿਹਾ ਹੋਇਆ ਬਚਨ ਆਪ ਮਹਾਰਾਜ ਸੁਣਦੇ ਹਨ ਜੀ ਲੈਣ ਪੰਨੇ ਪਾ ਜਿਨ੍ਹਾਂ ਨੂੰ ਪੰਨੇ ਦਫ਼ਤਰ ਚ ਪਾ ਲਿਆ ਹੈ ਪੰਨੇ ਮਹਾਰਾਜ ਸਾਹਿਬ ਜੀ ਨੂੰ ਪੱਲੇ ਚ ਪਾ ਲਿਆ ਹੈ ਪਰਿਵਾਰ
ਪ੍ਰਾਣਗੀ ਚ ਪਾ ਲਿਆ ਹੈ। ਮਹੱਲਾ ਤੀਜਾ ਕਾਲ ਮਾਰ ਮਨਸਾ ਮਨਹਿ ਸਮਾਣੀ। ਜਿਨ੍ਹਾਂ ਗੁਰਮੁਖਾਂ ਦਾ ਸੱਚੇ ਪਾਤਸ਼ਾਹ ਜੀ ਨੇ ਕਾਲ ਦਾ ਫਿਕਰ ਮਾਰਤਾ ਹੈ, ਜੰਮਣ ਮਰਨ ਦੇ ਕਾਲ ਦਾ, ਵਾਸ਼ਨਾ ਵੀ ਉਹਨਾਂ ਦੀ ਮਨ ਦੇ ਵਿੱਚ ਹੀ ਲੈ ਗਈ, ਲੈ ਹੋ ਗਈ, ਨਾਸ਼ ਹੋ ਗਈ ਹੈ। ਅੰਤਰ ਨਿਰਮਲ ਨਾ ਅੰਦਰ ਕੁਝ ਨਾਮ ਜੀ ਵਸ ਗਿਆ, ਨਾਮ ਕਰਕੇ ਵਾਸ਼ਨਾ ਵੀ ਮਿਟ ਗਈ ਤੇ ਕਾਲ ਨੂੰ ਵੀ ਮਾਰ ਦਿੱਤਾ ਹੈ। ਮਨ ਦਿਨ ਜਾਗੇ ਕਦੇ ਨਾ ਸੂਵੇ, ਰਾਤ ਦਿਨ ਗਿਆਨ ਅਵਸਥਾ ਚ ਲਿਵ ਲਾ ਕੇ ਜਾਗਦੇ ਹੈ, ਕਦੇ ਵੀ ਪਰਮਾਤਮਾਈ ਵਿੱਚ ਵਿਦਿਆ ਦੀ ਨੀਂਦ ਚ ਸੌਂਦੇ ਨਹੀਂ ਹਨ। ਸਹਿਜੇ ਅੰਮ੍ਰਿਤ ਪਿਆਓ, ਸੁਤੇ ਸਿੱਧ ਉਹਨਾਂ ਨੂੰ ਅੰਮ੍ਰਿਤ ਨਾਮ ਮਹਾਰਾਜ ਸਾਹਿਬ ਨੇ ਪਿਆਉਣਾ ਕੀਤਾ ਹੈ। ਮਿੱਠਾ ਬੋਲੇ ਅੰਮ੍ਰਿਤ ਬਾਣੀ, ਅਤੇ ਮੁੱਖੋਂ ਕਦੇ ਕੌੜਾ ਦੁਖਦਾਇਕ ਵਾਕ ਨਹੀਂ ਬੋਲਦੇ, ਮਿੱਠਾ ਪਿਆਰ ਭਰਿਆ ਬਚਨ ਬੋਲਦੇ ਹੈ, ਅੰਮ੍ਰਿਤ ਰੂਪ ਬਾਣੀ ਬਲਕੇ ਉਚਾਰਦੇ ਹਨ। ਅਨ ਦਿਨ ਹਰ ਗੁਣ ਗਾ, ਰਾਤ ਨੇ ਪਰਮੇਸ਼ਰ ਦੇ ਕੀਰਤਨ ਚ ਪਾ ਕੇ ਗੁਣਾਂ ਨੂੰ ਗਾਉਂਦੇ ਰਹਿੰਦੇ ਹਨ। ਨਿਜ ਘਰ ਵਾਸਾ ਸਦਾ ਸੋ ਹੁੰਦੀ, ਉਹਨਾਂ ਦਾ ਅੰਤਰਮੁਖ ਜਿਹੜਾ ਚਿੱਤ ਦੀ ਬਿਰਤੀ ਦਾ ਕਾਦਰ ਹੋ ਕੇ ਤੁਰਿਆ ਪਦ ਰੂਪੀ ਘਰ ਚ ਵਾਸਾ ਹੁੰਦਾ ਹੈ, ਸਦਾ ਉਹ ਲੋਕ ਪੁਲੋਂ ਕੀ ਸੋਭਾ ਪਾਉਂਦੇ ਹਨ। ਨਾਨਕ ਤਿੰਨ ਮਿਲਿਆ ਸੁਖ ਪਾ, ਸਤਿਗੁਰੂ ਜੀ ਕਹਿੰਦੇ ਇਹੋ ਜਿਹੇ ਪਿਆਰਿਆਂ ਨਾਲ ਮਿਲ ਕਰਕੇ ਸੁਖ ਸਰੂਪ ਨੂੰ ਪਾਈਦਾ ਹੈ। ਪੌੜੀ ਹਰ ਧਨ ਰਤਨ ਜਵੇਰੀ, ਇਹ ਭਾਈ ਹਰੀ ਦਾ ਨਾਮ ਜਿਹੜਾ ਹੈ ਇਹ ਧਨ ਕਿਹਾ ਜਾ, ਰਤਨ ਵੀ ਇਹੋ ਹੈ, ਜਵੇਰੀ ਜਵਾਹਰਾਤ ਵੀ ਇਹੋ ਹੀ ਹੈ। ਸੋ ਗੁਰ ਹਰ ਧਨ ਹਰ ਪਾਸੋਂ ਦੇਵਾਇਆ, ਉਹ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਹਰੀ ਦੇ ਪਾਸੋਂ ਜਿਨ੍ਹਾਂ ਦੇ ਨਿਸਕਾਮ ਕਰਮ ਕੀਤੇ ਸੀ, ਅਕਾਲ ਪੁਰਖ ਹਰੀ ਨੇ ਗੁਰੂ ਹਰੀ ਦਾ ਰੂਪ ਜੋ ਹੈ ਗੁਰਾਂ ਦੇ ਪਾਸੋਂ ਦਵਾਉਣਾ ਕੀਤਾ, ਗੁਰੂ ਨੇ ਵਾਹਿਗੁਰੂ ਦੀ ਬਖਸ਼ਿਸ਼ ਕਰਕੇ ਇਸ ਦਾਨ ਨੂੰ ਦਵਾ ਦਿੱਤਾ ਹੈ, ਦੇ ਦਿੱਤਾ ਹੈ। ਇਸੇ ਪ੍ਰਕਾਰ ਹਰ ਧਨ ਰਤਨ ਜਵੇਰੀ, ਹਰੀ ਦਾ ਨਾਮ ਜਿਹੜਾ ਧਨ ਹੈ ਇਹ ਰਤਨ ਵਿਰਾਗ ਦੇ ਪੈਦਾ ਕਰਨ ਵਾਲਾ ਹੈ, ਜਵੇਰੀ ਗਿਆਨ ਦੇ ਦੇਣ ਵਾਲਾ ਹੈ, ਜਵਾਹਰਾਤ ਦੇ। ਸੋ ਗੁਰ ਹਰ ਧਨ ਹਰ ਪਾਸੋਂ ਦੇਵਾ, ਸਤਿਗੁਰੂ ਜੀ ਨੇ ਅਕਾਲ ਪੁਰਖ ਦੇ ਪਾਸੋਂ ਨਾਮ ਧਨ ਹਰੀ ਦਾ ਦਵਾਇਆ ਹੈ। ਜੇ ਕਿਸੇ ਕਿਹੋ ਦਿਸ ਆਵੇ ਤਾਂ ਕੋਈ ਕਿਹੋ ਮੰਗ ਲਏ, ਇਹ ਸਤਿਗੁਰੂ ਸਾਹਿਬ ਤੋਂ ਬਿਨਾਂ ਕੌਣ ਦੇ ਸਕਦਾ ਹੈ। ਜੇ ਕਿਸੇ ਦੇ ਕੋਲ ਦਿਸ ਆਵੇ ਨਾਮ ਧਨ ਤਾਂ ਉਹ ਤੋਂ ਭਾਈ ਕੋਈ ਮੰਗ ਨਾ ਲਵੇ, ਫਿਰ ਇਸ ਕਰਕੇ ਮੰਗਿਆ ਵੀ ਨੀ ਮਿਲਦਾ ਤੇ ਨਾ ਕਿਸੇ ਪਾਸ ਵੇਖਣ ਚ ਆਉਂਦਾ ਹੈ। ਅਕਾ ਕੋਈ ਕਿਹੋ ਦੇਵਾਏ, ਅਕਾ ਅਥਵਾ ਕੋਈ ਕਿਸੇ ਨੂੰ ਕਹਿ ਕੇ ਵੀ ਮੇਰਾ ਇਹ ਪਿਆਰਾ ਹੈ ਇਹਨੂੰ ਦੇ ਦਿਓ, ਦਵਾ ਹੀ ਦੇਵੇ, ਸਿਫਾਰਿਸ਼ ਕਰਕੇ ਦਵਾ ਦੇਵੇ ਕੋਈ। ਇਹੋ ਹਰ ਧਨ ਜ਼ੋਰ ਕੀਤਾ, ਇਹ ਪਰਮੇਸ਼ਰ ਜੇ ਕੋਈ ਕਈ ਆਦਮੀ ਜ਼ੋਰ ਦੇ ਨਾਲ ਖੋਹ ਲੈਂਦੇ ਹੈ, ਕਿਉਂ ਇਹ ਜ਼ੋਰ ਕੀਤਿਆਂ ਹੋਇਆ ਵੀ ਹਰੀ ਦਾ ਨਾਮ ਧਨ ਕਿਸੇ ਨਾਲ ਨਾ ਜਾਏ ਵੰਡਾ, ਕਿਸੇ ਦੇ ਪਾਸੋਂ ਜ਼ੋਰ ਨਾਲ ਜਿਵੇਂ ਭਰਾ ਵੰਡਾ ਲੈਂਦੇ ਹੈ ਆਪਣੀ ਜ਼ਮੀਨ ਨੂੰ ਪਿਤਾ ਦੀ ਨੂੰ, ਕਿਉਂ ਵੰਡਾਇਆ ਵੀ ਨੀ ਇਹ ਜਾ ਸਕਦਾ ਕਿਸੇ ਦੇ ਪਾਸੋਂ ਜ਼ੋਰ ਨਾਲ। ਜਿਸ ਨੂੰ ਸਤਿਗੁਰ ਨਾਲ ਹਰ ਸਰਦਾ ਲਾਏ, ਇਹ ਤਾਂ ਭਾਈ ਜਿਸ ਨੂੰ ਸਤਿਗੁਰੂ ਅਕਾਲ ਪੁਰਖ ਪੂਰਵ ਦੇ ਪੁੰਨਾਂ ਦਾ ਪ੍ਰੇਰਿਆ ਹੋਇਆ ਸਤਿਗੁਰਾਂ ਦੇ ਨਾਲ ਸਰਦਾ ਭਾਵਨਾ ਲਾ ਦੇਵੇ, ਕਿਸ ਹਰ ਧਨ ਕੀ ਵੰਡ ਹੱਥ ਆਵੇ, ਉਹਨਾਂ ਨੂੰ ਪਰਮੇਸ਼ੁਰ ਦੇ ਨਾਮ ਧਨ ਦੀ ਜਿਹੜੀ ਵੰਡ ਹੈ ਨਾ ਹਿੱਸਾ ਹੱਥ ਵਿੱਚ ਆਉਂਦਾ ਹੈ, ਮਨ ਰੂਪੀ ਹੱਥ ਵਿੱਚ ਆ ਕੇ ਪ੍ਰਾਪਤ ਹੁੰਦਾ ਹੈ। ਜਿਸ ਨੂੰ ਕਰਤਾ ਧੁਰ ਲਿਖ ਪਾਇਆ, ਜਿਹਨਾਂ ਦੇ ਕਰਤੇ ਨੇ ਧੁਰੋਂ ਲਿਖ ਕੇ ਪਾਤਾ ਕਿ ਇਹਨੂੰ ਇਸ ਜਨਮ ਵਿੱਚ ਸਤਿਗੁਰਾਂ ਦੁਆਰਾ ਅੰਮ੍ਰਿਤ ਨਾਮ ਦੀ ਬਖਸ਼ਿਸ਼ ਮਿਲੇਗੀ, ਉਹਨਾਂ ਨੂੰ ਇਹ ਪ੍ਰਾਪਤ ਹੋਇਆ ਹੈ। ਇਸ ਹਰ ਧਨ ਕਾ ਕੋਈ ਸ਼ਰੀਕ ਨਹੀਂ, ਇਹ ਭਾਈ ਇਸ ਪਰਮੇਸ਼ੁਰ ਦੇ ਨਾਮ ਨਾਲ ਕੋਈ ਸ਼ਰੀਕਾ ਨਹੀਂ ਕਰ ਸਕਦਾ, ਜਿਵੇਂ ਕੋਈ ਸ਼ਰੀਕਾ ਕਰ ਸ਼ਰੀਕ ਬਣ ਕੇ ਵੀ ਮੈਂ ਸ਼ਰੀਕ ਹੈ ਅੱਧਾ ਇਹਦਾ ਹਿੱਸੇਵਾਦਾਰ ਹਾਂ, ਕਿਉਂ ਸ਼ਰੀਕਾ ਵੀ ਕਿਸੇ ਦਾ ਨਹੀਂ ਹੈ, ਕਿਸੇ ਕਾ ਖਤ ਨਹੀਂ, ਕਿਸੇ ਦਾ ਕੋਈ ਖਤ ਪ੍ਰਵਾਨਾ ਵੀ ਨਹੀਂ ਲਿਖਾਇਆ ਹੋਇਆ ਜਾਂ ਖਾਤਾ ਨੀ ਆਪਦੇ ਨਾਮ ਕਰਾਇਆ ਹੋਇਆ ਕਿਸੇ ਪ੍ਰਕਾਰ ਦਾ, ਕਿਸੇ ਕਾ ਸੀਵ ਬੰਨੈ ਰੂਲ ਨਾਹੀ, ਅਤੇ ਕਿਸੇ ਦੇ ਸੀਵ ਪਿੰਡ ਦੀ ਹੱਦ ਹੁੰਦੀ ਹੈ ਜਿਵੇਂ ਇਉਂ ਨਹੀਂ ਹੈ, ਤੇ ਜਿਵੇਂ ਰਾਜਿਆਂ ਦੇ ਰਜਵਾੜਿਆਂ ਦਾ ਬੰਨਾ ਹੁੰਦਾ ਹੈ ਇਹ ਵੀ ਨੀ ਕਿਸੇ ਦਾ ਹੈ ਵੀ ਛਡਾ ਲਵੇਗਾ, ਰੋਲ ਨਾਹੀ, ਰੋਲ ਰੌਲਾ ਨਹੀਂ ਹੈ ਕਿਸੇ ਪ੍ਰਕਾਰ ਦਾ, ਬੰਨੇ ਦਾ ਪਿੰਡਾਂ ਦੀ ਪੱਤੀ ਦੀ ਹੱਦ ਅਤੇ ਪਾਸੇ ਦੀ ਹੱਦ ਇਸ ਪ੍ਰਕਾਰ ਕੋਈ ਰੌਲਾ ਨਹੀਂ ਹੈ। ਜੇ ਕੋ ਹਰ ਧਨ ਕੀ ਬਖੀਲੀ ਕਰੇ, ਇਸੇ ਪ੍ਰਕਾਰ ਅੰਤਰੀਵ ਇਸ ਪ੍ਰਕਾਰ ਸਮਝੋ,
इस हर धन का कोई शरीक नाही, कोई शरीक हिस्सेदार नहीं है कि मैं इस नूं प्राप्त कर लवांगा अहंकार करके। कोई कोई किसी प्रकार अज्ञान आदिक सरीके दे नाल भी यह तुहानूं खो नहीं सकदा है। किसी का खत नाही, किसी का खत परवाना नहीं है लिखिया होया, यह खाता नहीं अंताकरण रूप किसी का भी, यह अंताकरण दी विचों बना लेगा नाम, किसी के परवाना नहीं किसी देवी देवते की उपासना दा। किसी के सीव बन्ने रूल नहीं, किसी के सीव हद देह दिहास की हद भी है नहीं। ते बन्ना साहब संगे जी किसी प्रकार का कोई उपासना दा किसी देवते का बन्ना भी नहीं है, रोड़ रौला नहीं है कोई किसी प्रकार का। हर धन की बखीली करे, जे कोई भाई हरी के नाम धन की बखीली ईरखा करे या चुगली करे, इसका मुंह हर चहो कुंडा विच काला कराया, ओदा मुंह मारन चहो कुंडा जो तो दक्षिण पूर्व पश्चिम की काला कराता है, ऐसे कलंकी हो गए पुरख जेड़े ईरखा कर दे। हर के दिते नाल किसे जोर बखीली ना चले, दसो जदो वाहिगुरु नु बख्शिश करती किसे दा की दावा है देते, परमेश्वर दे दिते नाल किसे दा जोर नहीं चल सकदा शरीरक साधना दा, ते ज्ञान दा जोर भी नहीं चल सकदा भावें किड्डा विद्वान होवे। अते किसे प्रकार दी बखीली सूमता ईरखा चुगली आदिक भी नहीं चल सकदी। देहो देहो नित नित चढ़ाया सवाया, हुन वाहिगुरु का गुरां का दिताया दान दिन ब दिन सवाया, दूना चौगुना पहली भूमिका दूजी भूमिका तीजी चौथी पंजवी छेवीं सतवीं इं तुरिया तीत रूप सवाया दूना चौगुना, उन्हां दे आनंद आनंद का खड़ा आउंदा चढ़ाया मन चढ़दा है। श्लोक महला तीजा, जगत जलंदा रख लै मेरे साहब सांझी अरदास करन दी जाच दसदे तीजे पातशाह, हे भाई अरदास करो, हे महाराज सारा जगत ईरखा दी अग नाल तृष्णा दी अग नाल विषयां दी अग दे नाल माया दी अग करके क्रोध आदकां करके जल रहा है, एदी कृपा करके रख्या कर अपनी कृपा धार, आपनी कृपा वाहिगुरु धारना कर करना कर, जित द्वारा उबरे जिस गुरां दी संगत द्वारा जिस साधन द्वारा एदा उबरना होवे बचाव होवे, जित्तै लहु उबार उसे साधन द्वारा मारा उसे शरण पा के बचा लै कृपा कर। सतगुर सुख वेखा लिया, हुण फिर महाराज साहब उत्तर दिंदे महाराज की उपाय है सिखां दी प्रार्थना सुन के, भाई सतगुरु साहब जी ने इस दुख दी निवृत्ति वास्ते सुख कर प्रगट करके विखा लिया है। सच्चा शब्द विचार, सच्चा जो शब्द है महाराज का नाम मंत्र एदी विचार करो हर वक्त, नानक अवर ना सुझे ये निश्चय कर लो। गुरु महाराज कहंदे अवर होर नहीं कोई सुविधा दिसदा है, हर बिन बख्शण हार परमेश्वर तो बिना बख्शण वाला कौन है, उसे दे लड़ लगो उसे दा सिमरन भजन करो जो बख्शले बख्शे जावांगे। महला तीजा, होमै माया मोहनी, ये जेरी होमै माया दी मोहनी माया दी मौत करने वाली मूर्छा करने वाली है, दूजा लगै जा जिदी वृत्ति मौत होके द्वैत विच जाके लग जांदी है, ना एह मारी ना मरै, ये जेरी माया मोहनी दी होमै है ना ये जो कहे मैं साधना नाल मारनू मारी हुई इस तरह मरदी नहीं है, ना यह हट विकाई, ये जो कहे मैं हट च किसे च बेचिया हूं ये हट च भी किसे च विकाई हुई संसार च बिकदी नहीं है। गुर कै शब्द पर जाली है, ये तो गुरु साहब दे शब्द का अभ्यास करके पर विशेष करके ब्रह्म अभ्यास करके नू जाली दा है, होर नहीं किसे प्रकार जलदी है, भाई अंदरों ये जांदी है, तन मन होवै उजला, तन ते मन उन्हां दा पवित्र निर्मल हो जांदा है उजल हो जांदा है, नाम वसै मन आए, जदों मन च आ के नाम वस जांदा है ओह निवृत्त हुंदी है, नानक माया
का मारन शब्द है। सतगुरु जी कहते माया का जरा मारना शब्द की कमाई है भाई गुरु साहब की कृपा करके गुरमुख पाया जा गुरमुखों की संगत करके नाम प्राप्त किया जाता है। पौड़ी सतगुर की वडियाई सतगुर देखो भाई सतगुर नानक देव की वडियाई सतगुरु अंगद साहब नू दित्ती महाराज ने सतगुरु अंगद साहब की वडियाई सी जेडी ओ गुरु अमरदास साहब नू महाराज ने बख्शी है। चौथे पातशाह कहिंदे हन तुरहों हुक्म सी जिस दी बस कुसे घर आवै हुक्म बुझ करके निशान मथे ते देख लग दिता वो निशान प्रगट हो गया है। पुत्ती पाती जावाई सकी पहला मारन पुत्रां दी परख कीती बाबे श्री चंद ते लक्ष्मी दास दी जो परख पहले पातशाह ने कीती उस वक्त साध संगत जी पुत्रां नू वचन ना मन सके मठियाईयां किकर तो चढ़ाउणियां सी वह भी 24,000 संगत सी 7 दिन की झड़ी लगन तो भुखी बैठी सी मारन क्या श्री चंद बिरछ ते चढ़ के दरख्त नू हलूण ते सारी संगत तृप्त हो जाए तेरे मगर भेजने हैं। लक्ष्मी दास का कहिंदे किवें हो सकदा जी उस वक्त गुरु अंगद साहब नू आग्या कीती मारन कमर कसा उस तरह लक नू तुरिया आउंदिया ला के किकर ते चढ़ गए चढ़ के उत्ते हलूणा ता ते संगत नू गुरु साहब ने 24,000 जिहड़ी संगत सी सारी पिछे शरण विच ही उदों पाती महाराज ने उस वेले किकर तो मठियाईयां मारन चढ़ातियां ते सारियां संगतां जो रज गईयां उत्तों बिरछ नू लगा कुछ नहीं देता थले बहुत सारी मिठाई जो जो कि इहदी चित बनी है वह पै रही है इहों तृप्त कीती संगत फिर गुरु अंगद साहब के पिछे सारी संगत गुरु नानक साहब के चरणी आ पई। इस प्रकार पुत्रां दी इक चूही सिटगी सी अद्धी खाधी हुई बिल्ली उहदे चक्कण नू श्री चंद नू कहा कहिंदे जी मैं नहीं चक सकदा थोड़ा पुत्र हो के चकदा चंगा लगदा। लक्ष्मी दास ने कहा जी किवें हो सकती है गुरु साहब ने इशारा सुन सार गुरु अंगद साहब झट बाहर भगाया है। इसे तरह महाराज साहब बहुत परख कीती उह सारी परख च गुरु अंगद साहब जी पूरे उतरे सन इउं पुत्रां दी परख कीती महाराज इक चले विच मैल दे भरे च कटोरा सिटदा सी उह कटोरा वी ना कढ़िया साहब जदे ने वचन ना मन्निया ਇਹਨੇ ਨਾਲ ਹੀ ਗੁਰੂ ਸਾਹਿਬ ਜੀ ਨੇ ਪਰਖ ਕੀਤੀ ਸੀ ਸਿੱਖੀ ਦੀ ਫਿਰ ਕੁੱਤਕਿਆਂ ਦੇ ਨਾਲ ਪਰਖਦੇ ਰਹੇ ਅਤੇ ਫਿਰ ਮੋਹਰਾਂ ਵਿਖਾਈਆਂ ਰੁਪਏ ਵਿਖਾਏ ਉਹ ਸਾਰੇ ਪੰਡਾਂ ਬੰਨ ਕੇ ਆ ਗਏ ਚਾਰ ਸਿੱਖ ਰਹਿ ਗਏ ਭਾਈ ਸਧਾਰਨ ਤੇ ਭਾਈ ਭਗੀਰਥ ਤੇ ਬਾਬਾ ਬੁੱਢਾ ਸਾਹਿਬ ਇਹ ਮਹਿਮਾ ਪ੍ਰਕਾਸ਼ ਲਿਖਿਆ ਤੇ ਗੁਰੂ ਅੰਗਦ ਸਾਹਿਬ ਜੀ ਚਾਰੇ ਜੋ ਸਿੱਖ ਰਹਿ ਗਏ ਮਹਾਰਾਜ ਸਾਹਿਬ ਨੇ ਕਿਹਾ ਤੁਸੀਂ ਕਿਉਂ ਮਗਰ ਆਉਂਦੇ ਹੋ ਸਾਡੇ ਬਾਕੀ ਸਭ ਮੁੜ ਗਏ ਮਾਇਆ ਲੈ ਕੇ ਹਜੂਰ ਅਸੀਂ ਆਪਦੇ ਸਿੱਖ ਹਾਂ ਦੋ ਦੋ ਕੁੱਤ ਕੇ ਫੇਰ ਠੋਕਤੇ ਮਹਾਰਾਜ ਨੇ ਫੇਰ ਕਹਿਣ ਲੱਗੇ ਚੰਗਾ ਜੇ ਸਿੱਖ ਹਾਂ ਤਾਂ ਮੁਰਦਾ ਖਾਓ ਉਜਾੜ ਵਿੱਚ ਮੁਰਦਾ ਬਣਾ ਤਾ ਸ਼ਕਤੀ ਨਾਲ ਉਹਦੇ ਉਦਾਲੇ ਬਾਲਣ ਪਿਆ ਹੈ। ਭਾਈ ਬੁੱਢਾ ਸਾਹਿਬ ਨੇ 6ਵੇਂ ਪਾਤਸ਼ਾਹ ਨੂੰ ਕਥਾ ਸੁਣਾਉਂਦਿਆਂ ਕਿਹਾ ਕਿ ਮਹਾਰਾਜ ਅਸੀਂ ਵੀ ਉਹ ਗੁਰੂ ਸਾਹਿਬ ਦਾ ਤੇਜ ਨਾ ਸਹਾਰ ਸਕੇ ਭਾਈ ਭਗੀਰਥ ਤੇ ਭਾਈ ਸਧਾਰਨ ਤੇ ਇੱਕ ਮੈਂ ਇਹ ਤਿੰਨੇ ਲੋਕੇ ਓਹਲੇ ਹੋ ਗਏ ਬਿਰਛਾਂ ਦੇ ਤੇ ਗੁਰੂ ਅੰਗਦ ਸਾਹਿਬ ਮੁਰਦੇ ਦੇ ਦਾਲੇ ਫਿਰਨ ਲੱਗ ਗਏ। ਮਹਾਰਾਜ ਕਿਹਾ ਪੁਰਖਾ ਕਿਉਂ ਫਿਰਦੇ ਮਹਾਰਾਜ ਕਿਸ ਪਾਸਿਓਂ ਆ ਗਿਆ ਹੈ ਮਹਾਰਾਜ ਕਹਿੰਦੇ ਪੈਰਾਂ ਤੋਂ ਲਾ ਕੇ ਸਿਰ ਤੱਕ ਜਦੋਂ ਲੀੜਾ ਚੱਕਿਆ ਕੜਾਹ ਪ੍ਰਸ਼ਾਦ ਵੇਖਿਆ ਸਾਰੇ ਕਹਿੰਦੇ ਅਸੀਂ ਦਰਸ਼ਨ ਦੇਖ ਕੇ ਹੈਰਾਨ ਹੋ ਗਏ ਫਿਰ ਉਹ ਸਾਰੀ ਖੇਲ ਅਲੋਪ ਕਰਤੀ ਗੁਰੂ ਸਾਹਿਬ ਨੇ। ਇਸ ਪ੍ਰਕਾਰ ਪੁੱਤਰਾਂ ਦੀ ਪਰਖ ਕੀਤੀ ਸੀ ਸੱਚੇ ਪਾਤਸ਼ਾਹ ਨੇ ਇਵੇਂ ਗੁਰੂ ਅੰਗਦ ਸਾਹਿਬ ਨੇ ਵੀ ਪੁੱਤਰਾਂ ਦੀ ਪਰਖ ਕੀਤੀ ਸੀ। ਦਾਸੂ ਤੇ ਦਾਤੂ ਨੂੰ ਗੋਂਦਵਾਲ ਸਾਹਿਬ ਵਸਾਉਣ ਵਾਸਤੇ ਭਾਈ ਗੋਂਦੇ ਨਾਲ ਆ ਕੇ ਬੇਨਤੀ ਕੀਤੀ ਸੀ ਮਹਾਰਾਜ ਸਾਹਿਬ ਜਾਦੇ ਨੂੰ ਭੇਜਣ ਲੱਗੇ ਕਹਿੰਦੇ ਜੀ ਉੱਥੇ ਭੂਤਾਂ ਪ੍ਰੇਤਾਂ ਦਾ ਵਸ ਹੈ ਅਸੀਂ ਤਾਂ ਨਹੀਂ ਜਾ ਸਕਦੇ ਸਾਡਾ ਪਿੰਡ ਖੰਡੂਰ ਹੈ ਇਹਨੂੰ ਛੱਡ ਕੇ ਕਿਉਂ ਜਾਈਏ ਇਹ ਵਚਨ ਨਹੀਂ ਸੀ ਮੰਨ ਸਕੇ। ਫਿਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਬਿਰਧ ਅਵਸਥਾ 84 ਸਾਲ ਦੀ ਉਮਰ ਵਿੱਚ ਵਚਨ ਮੰਨ ਕੇ ਗਏ ਸਤਿਗੁਰਾਂ ਨੇ ਛਿੱਟੀ ਦਿੱਤੀ ਇਹ ਛਿੱਟੀ ਫੇਰੋਂਗੇ ਸਭ ਪ੍ਰੇਤ ਪੂਤ ਸਭ ਚਲੇ ਜਾਣਗੇ। ਸਤਿਗੁਰਾਂ ਦੇ ਛਿੱਟੀ ਫੇਰਨ ਤੋਂ ਸਭ ਪ੍ਰੇਤਾਂ ਦਾ ਵਾਸਾ ਉੱਥੋਂ ਚੱਕਿਆ ਗਿਆ ਗੁਰੂ ਕੀ ਪੁਰੀ ਗੋਬਿੰਦਵਾਲ ਸਾਹਿਬ ਗੋਬਿੰਦਵਾਲ ਗੋਬਿੰਦਪੁਰੀ ਸਮ ਜਲਮ ਤੀਰ ਵਿਪਾਸ ਬਣਾਇਓ ਐਸੀ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ ਇਉਂ ਸਾਧ ਸੰਗਤ ਜੀ ਫਿਰ ਗੁਰੂ ਅਮਰਦਾਸ ਸਾਹਿਬ ਨੇ ਪਰਖ ਕੀਤੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਤੇ ਰਾਮਾ ਇੱਕ ਜਵਾਈ ਸੀ
ਤੇ ਇੱਕ ਭਤੀਜਾ ਸੌਣ ਮੱਲ ਸੀ। ਸੌਣ ਮੱਲ ਦੀ ਪਰਖ ਜਦੋਂ ਕੀਤੀ, ਇਹਨੂੰ ਰੁਮਾਲ ਦਿੱਤਾ ਸੀ ਕਿ ਜਾ ਭਾਈ ਡਾਕਣੀਆਂ ਪ੍ਰੇਤਾਂ ਭੂਤਣੀਆਂ ਨੂੰ ਹਰੀਪੁਰ ਦੇ ਇਲਾਕੇ 'ਚ ਜਾ ਕੇ ਗੋਇੰਦਵਾਲ ਸਾਹਿਬ ਸੌਣ ਵਾਸਤੇ ਕਾਠ ਭੇਜ। ਜਦੋਂ ਉੱਥੇ ਗਿਆ, ਰਾਜੇ ਦੇ ਪੁੱਤਰ ਦੇ ਮੂੰਹ 'ਚ ਰੁਮਾਲ ਧੋ ਕੇ ਪਾਇਆ, ਉਹ ਜਿਉਂਦਾ ਹੋ ਗਿਆ, ਮਰਿਆ ਸੀ। ਰਾਜੇ ਨੇ ਬੜੀ ਸੇਵਾ ਕੀਤੀ, ਸੌਣ ਮੱਲ ਨੂੰ ਕਾਠ ਵੀ ਭੇਜਤੀ, ਪਰ ਖਿਆਲ ਰਹਿ ਗਿਆ ਵੀ ਜੇ ਮੈਂ ਚਲਿਆ ਗਿਆ ਰੁਮਾਲ 'ਚ ਕਰਾਂ ਬਾਤ ਹੈ, ਇਹ ਮੇਥੋਂ ਰੁਮਾਲ ਮਾਰਾ ਮੰਗ ਨਾ ਲੈਣ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਸ ਵੇਲੇ ਸੌਣ ਮੱਲ ਦੀ ਇਸ ਤਰ੍ਹਾਂ ਦੀ ਹਾਲਤ ਜਾਣ ਕੇ ਹੁਕਮਨਾਮਾ ਭੇਜਿਆ, ਸੌਣ ਮੱਲ ਆ ਜਾ, ਕਾਠ ਬਹੁਤ ਹੈ ਗੋਇੰਦਵਾਲ ਸਾਹਿਬ ਦੇ ਵਸਣ ਵਾਸਤੇ। ਸੌਣ ਮੱਲ ਨੇ ਟਾਲਾ ਮਲਟੋਲਾ ਕੀਤਾ, ਮਹਾਰਾਜ ਸਾਹਿਬ ਨੇ ਰੁਮਾਲ ਉੱਥੋਂ ਹੀ ਖਿੱਚ ਲਿਆ। ਜਦੋਂ ਖਿੱਚ ਲਿਆ, ਸੋਚਿਆ ਵੀ ਸੌਣ ਮੱਲਾ ਮੇਰੇ ਕੋਲ ਤਾਂ ਹੁਣ ਕੁਛ ਵੀ ਨਹੀਂ ਹੋਣਾ, ਰੁਮਾਲ 'ਚ ਹੀ ਕਰਾਂ ਮਾਰ ਸੀ। ਫਿਰ ਰਾਜੇ ਨੂੰ ਲੈ ਕੇ ਕਹਿੰਦਾ ਮੈਂ ਤਾਂ ਜਾਣਾ, ਦਰਸ਼ਨ ਕਰਨ ਵਾਸਤੇ ਆਇਆ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਦੋਂ ਦਰਸ਼ਨ ਕੀਤੇ, ਉਹ ਰਾਣੀ ਨੇ ਘੁੰਡ ਕੱਢ ਲਿਆ। ਮਹਾਰਾਜ ਕਹਿੰਦੇ ਕਮਲੀ ਇਹ ਕਾਹਨੂੰ ਆਈ ਹੈ, ਗੁਰੂ ਪਿਤਾ ਦੇ ਦਰਸ਼ਨ ਜੇ ਮੂੰਹ ਖੋਲ੍ਹ ਕੇ ਨਹੀਂ ਕਰਨੇ ਸੀ। ਉਹ ਕਮਲੀ ਹੋ ਗਈ ਸੀ ਸੱਚਣ ਸੱਚ ਨਾਲ, ਫਿਰ ਮਹਾਰਾਜ ਨੇ ਉਹਦੀ ਸ਼ਾਦੀ ਕੀਤੀ ਸੀ ਆਪਦੀ ਖੜਾਉਣ ਨਾਲ ਰਾਜੀ ਕਰਕੇ। ਇਸ ਪ੍ਰਕਾਰ ਸਾਧ ਸਿੰਘ ਜੀ ਸੌਣ ਵੱਲ ਭਤੀਜੇ ਦੀ ਪਰਖ ਕੀਤੀ ਸੀ, ਫਿਰ ਮਗਰੋਂ ਪਹਾੜਾਂ ਦੀ ਸਿੱਖੀ ਵੀ ਉਹਨੂੰ ਦੇ ਦਿੱਤੀ ਤੇ ਰੁਮਾਲ ਵੀ ਦੇ ਤਾ। ਲੈ ਕਹਿੰਦੇ ਇਸ ਵਿੱਚ ਲਾਲਚ ਕਰਦਾ ਸੀ, ਲੈ ਤੈਨੂੰ ਪਹਾੜਾਂ ਦੀ ਸਿੱਖੀ ਦਿੱਤੀ ਹੈ, ਬਖਸ਼ਿਸ਼ ਕਰਤੀ ਸੀ, ਭਤੀਜਿਆਂ ਦੀ ਪਰਖ ਕੀਤੀ ਸੀ ਤੇ ਪੁੱਤਰਾਂ ਦੀ ਮੋਰੀ ਮੋਹਨ ਦੀ ਮੋਰੀ ਦੀ ਪਰਖ ਕੀਤੀ ਸੀ। ਮੋਰੀ ਦੇ ਅੰਦਰ ਸੰਕਾ ਸੀ ਤੇ ਗੁਰੂ ਸਾਹਿਬ ਮੱਥਾ ਨਹੀਂ ਪੈਸਾ ਟੇਕਣ ਦਿੰਦੇ। ਮਹਾਰਾਜ ਨੇ ਕਿਹਾ ਵੀ ਪੰਜ ਪੈਸੇ ਸਾਰੇ ਸਿੱਖ ਸੰਗਤਾਂ ਟੇਕੋ। ਪੰਜ ਪੈਸੇ ਸੰਗਤਾਂ ਟੇਕੇ, ਬੜਾ ਭਾਰੀ ਢੇਰ ਲੱਗ ਗਿਆ। ਢੇਰ ਲੱਗਣ ਤੋਂ ਕਹਿੰਦੇ ਭਾਈ ਮੋਰੀ ਲੱਗਣ, ਜੋ ਗਿਣ ਲੱਗਾ ਉਹ ਗਰਮੀ ਦੀ ਰੁੱਤ ਸੀ, ਮੂੰਹ ਵੀ ਕਾਲਾ ਕਰ ਲਿਆ, ਹੱਥ ਵੀ ਕਾਲੇ ਕਰ ਲਏ। ਮਹਾਰਾਜ ਕਹਿੰਦੇ ਪਦਾਰਥ ਦਾ ਸੁਭਾਅ ਇਹ ਜਿਹਾ ਕਾਲਾ ਕਰ ਦਿੰਦਾ, ਤੂੰ ਕਾਹਨੂੰ ਇਹਦੇ ਨਾਲ ਚਿੱਤ ਲਾਇਆ, ਕਿਉਂ ਮੋਹਰੀ ਦੀ ਪਰਖ ਕੀਤੀ ਸੀ। ਭਾਈ ਮੋਹਨ ਨੂੰ ਗੁਰੂ ਰਾਮਦਾਸ ਸਾਹਿਬ ਦੇ ਚਰਨੀ ਪਾਉਣ ਵਾਸਤੇ ਕਿਹਾ ਸੀ। ਮੋਹਨ ਕਹਿੰਦਾ ਨਾਲੇ ਸਾਡੀ ਗੁਰਿਆਈ ਇਹਨਾਂ ਨੂੰ ਦਿੰਦੇ ਹੋ ਤੇ ਨਾਲੇ ਮੈਨੂੰ ਪੈਰੀ ਮੈਂ ਨਹੀਂ ਪੈਰੀ ਪੈਣਾ। ਮਹਾਰਾਜ ਕਹਿੰਦੇ ਆਫਰ ਜੇਗਾ, ਫਿਰ ਆਫਰ ਗਿਆ ਸੀ। ਫਿਰ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ, ਕਿਹਾ ਕਿ ਇਹਨਾਂ ਦੇ ਪੁੱਤਰ ਦੇ ਜੋ ਪੈਰੀ ਪਵੇਗਾ ਉਦੋਂ ਤੇਰਾ ਇਹ ਫਰੇਵਾਂ ਉਤਰੇਗਾ। ਇਸ ਪ੍ਰਕਾਰ ਪੁੱਤਰਾਂ ਨੂੰ ਵੀ ਮਾਰਨ ਪਰਖਿਆ ਸੀ, ਪੁੱਤੀ ਭਾਤੀ ਭਾਂਤੀ ਭਤੀਜੇ ਨੂੰ, ਸੌਣ ਮੱਲ ਨੂੰ ਪਰਖਿਆ ਸੀ, ਜਵਾਈ ਸਕੀ ਜਵਾਈ ਰਾਮਾ ਜੀ ਸੜੇ ਬਣਾਉਣ ਵੇਲੇ ਪਰਖਿਆ ਸੀ। ਮਹਾਰਾਜ ਕਹੇ ਥੜਾ ਬਣਾ ਬੌਲੀ ਸਾਹਿਬ ਦੇ ਪਾਸ ਤੇ, ਉਧਰ ਗੁਰੂ ਰਾਮਦਾਸ ਨੂੰ ਪੌੜੀਆਂ ਜਿੱਥੇ ਸਮਾਪਤ ਹੁੰਦੀਆਂ ਸੀ ਉੱਥੇ ਕਿਹਾ, ਜਿਹੜੇ ਹੁਣ ਗਿਲਟ ਜੀ ਦੀ ਉੱਤੇ ਮੰਜੀ ਸਾਹਿਬ ਬਣਿਆ ਹੋਇਆ ਹੈ ਜਿਸ ਦੇ ਉੱਤੇ ਸੰਗਤਾਂ ਪੈਰ ਨਹੀਂ ਰੱਖਦੀਆਂ ਮੱਥਾ ਟੇਕਦੀਆਂ। ਉਸ ਵੇਲੇ ਰਾਮੇ ਨੂੰ ਕਿਹਾ ਕਿ ਭਾਈ ਤੂੰ ਠੀਕ ਨਹੀਂ ਬਣਾਇਆ, ਸ਼ਾਮ ਨੂੰ ਆ ਕੇ ਇਹਨੇ ਕਿਹਾ ਜੀ ਮੈਂ ਤਾਂ ਠੀਕ ਬਣਾਇਆ। ਮਹਾਰਾਜ ਕਹਿੰਦੇ ਢਾ ਦੇ ਨਹੀਂ ਫੇਰ ਬਣਾ। ਗੁਰੂ ਸਾਹਿਬ ਕੋਲ ਆਏ, ਗੁਰੂ ਰਾਮਦਾਸ ਜੀ ਕੋਲ, ਕਹਿੰਦੇ ਠੀਕ ਨਹੀਂ ਬਣਾਇਆ, ਢਾ ਤਾ, ਸੰਕੋਚ ਗਏ। ਫਿਰ ਦੂਜੇ ਦਿਨ ਹੁਕਮ ਤਾਂ ਬਣਾਉਣ ਦੀ ਆਗਿਆ ਮੰਨੀ। ਇਸੇ ਤਰ੍ਹਾਂ ਦੂਜੇ ਦਿਨ ਜੋ ਬਣਾਏ ਫੇਰ ਵੀ ਢਾ ਤੇ ਕਿ ਠੀਕ ਨਹੀਂ ਬਣੇ। ਤੀਜੇ ਦਿਨ ਫਿਰ ਜਦੋਂ ਮਹਾਰਾਜ ਸਾਹਿਬ ਜੀ ਆਏ ਤੇ ਕਿਹਾ ਵੀ ਠੀਕ ਨਹੀਂ ਬਣਾਇਆ। ਰਾਮਾ ਕਹਿੰਦਾ ਜੀ ਬਿਰਧ ਹੋ ਗਏ ਹੋ, ਤੁਹਾਨੂੰ ਦੱਸਿਆ ਚੇਤਾ ਭੁੱਲ ਜਾਂਦਾ। ਮਹਾਰਾਜ ਹੱਸ ਪਏ, ਕਹਿੰਦੇ ਲੈ ਵੇਖ ਲਓ ਗੁਰੂ ਨੂੰ ਬਿਰਧ ਸਮਝਦਾ ਇਹ ਸਤਿਗੁਰੂ ਦੀ। ਇਸ ਪ੍ਰਕਾਰ ਉਹ ਜਵਾਈ ਪਰਖਿਆ ਗਿਆ ਸੀ ਤੇ ਗੁਰੂ ਰਾਮਦਾਸ ਜੀ ਦੇ ਕੋਲ ਆਏ ਜਦੋਂ ਸਤਿਗੁਰੂ। ਮਹਾਰਾਜ ਨੇ ਕਿਹਾ ਤੁਸੀਂ ਇਹ ਠਾ ਠੀਕ ਨਹੀਂ ਬਣਾਇਆ, ਹਜ਼ੂਰ ਮੈਂ ਭੁੱਲਣ ਵਾਲਾ ਹਾਂ, ਆਪ ਮੈਨੂੰ ਮੱਤ ਦਿਓ। ਫਿਰ ਗੁਰੂ ਸਾਹਿਬ ਜੀ ਨੇ ਸੰਗਤ ਨੂੰ ਦੱਸਦਾ ਵੀ ਵੇਖੋ ਅਜਰ ਜਰਨ ਵਾਲੇ ਕਿਹੋ ਜਿਹੇ ਹੈ, ਹੁਕਮ ਮੰਨਣ ਵਾਲੇ ਕਿਹੋ ਜਿਹੇ ਹੈ, ਕਿਉਂ ਗੁਰੂ ਰਾਮਦਾਸ ਸਾਹਿਬ ਨੂੰ ਬਖਸ਼ਿਸ਼ ਹੋਈ ਸੀ। ਇਹ ਬਚਨ ਆਪਣੀ ਗੁਰਤਾ ਦੇ ਮਹਾਰਾਜ ਸਾਹਿਬ ਆਪਣੀ ਦਸਾਂ ਤੋਂ ਆਪ ਕਹਿ ਰਹੇ ਹਨ। ਅੱਗੋਂ ਪਿੱਛੋਂ ਟੋਲ ਡਿੱਠਾ, ਅੱਗੋਂ ਜਿਸ ਪ੍ਰਕਾਰ ਸਾਹਿਬਜ਼ਾਦਿਆਂ ਦੀ ਪਰਖ ਕੀਤੀ ਸੀ ਭਾਈ ਮੋਹਰੀ ਦੀ ਪੈਸੇ ਗਿਣਨ ਤੋਂ, ਪਿੱਛੋਂ ਟੋਲ ਕੇ ਦੇਖਿਆ ਸੀ ਮੋਹਨ ਨੂੰ ਮੱਥਾ ਨਹੀਂ ਸੀ ਟੇਕਿਆ ਗੁਰੂ ਰਾਮਦਾਸ ਦੇ ਚਰਨਾਂ ਤੇ, ਅਤੇ ਰਾਮੇ ਦੇ ਤਾਈ ਤੇ ਪਿੱਛੋਂ ਥੜੇ ਬਣਾਉਣ ਵੇਲੇ ਸਾਰੀ ਪਰਖ ਕੀਤੀ ਸੀ, ਵੇਖਿਆ ਸੀ। ਜਿਹੜੇ ਹੰਕਾਰ ਕਰਦੇ ਸੀ ਅਸੀਂ ਵੀ ਸਿੱਖ ਹੈ ਬਚਨ ਮੰਨਣ ਵਾਲੇ ਹੈ, ਸਾਰਿਆਂ ਦਾ ਹੰਕਾਰ ਤੋੜਦਾ ਸੀ, ਮਾਰਿਆਂ ਨੂੰ ਮੇਟਦਾ ਸੀ। ਜਿੱਥੇ ਕੋ ਵੇਖੇ ਅੱਗੇ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ, ਪਿੱਛੇ ਗੁਰੂ ਅੰਗਦ ਸਾਹਿਬ ਜੀ ਨੇ, ਇਹ ਵੀ ਪਿੱਛੇ ਪੁੱਤਰਾਂ ਦੀ ਪਰਖ ਕੀਤੀ ਸੀ, ਸਾਰਿਆਂ ਦਾ ਮਾਣ ਲਾ ਦਿੱਤਾ।
ਜਿੱਥੇ ਕੋ ਵੇਖੈ ਤਿੱਥੇ ਮੇਰਾ ਸਤਿ। ਫਿਰ ਭਾਈ ਜਿੱਥੇ ਕੋਈ ਵੇਖੀਏ ਉੱਥੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਹਨ। ਹਰ ਬਖਸ਼ਿਓ ਸਭ ਜਹਾਨ, ਹਰੀ ਨੇ ਸਾਨੂੰ ਗੁਰਦਾ ਗੱਦੀ ਬਖਸ਼ ਕੇ ਸਾਰੇ ਜਹਾਨ ਨੂੰ ਚਰਨੀ ਪਾ ਕੇ ਬਖਸ਼ ਦਿੱਤਾ, ਮਿਹਰ ਕਰਤੀ ਮਹਾਰਾਜ ਨੇ ਸਾਡੇ ਪਿੱਛੇ ਸਾਰਿਆਂ ਨੂੰ ਬਖਸ਼ ਲਿਆ। ਜੇ ਸਤਿਗੁਰ ਨੂੰ ਮਿਲ ਮੰਨੇ ਸੋ ਹਾਲਤ ਪਲਤ ਸਿੱਝੈ। ਇਹ ਭਾਈ ਜਿਹੜਾ ਸਤਿਗੁਰਾਂ ਦੇ ਨਾਲ ਮਿਲ ਕੇ ਗੁਰੂ ਸਾਹਿਬ ਦੇ ਹੁਕਮ ਨੂੰ ਮੰਨਦਾ ਹੈ ਤੇ ਮੰਨਦਾ ਗੁਰੂ ਸਾਹਿਬ ਦੀ ਆਗਿਆ ਨੂੰ, ਉਹਨੂੰ ਉਹਦਾ ਲੋਕ ਪਰਲੋਕ ਦੋਵੇਂ ਹੀ ਸਿੱਝਿਆ ਮੁਕਤ ਹੋ ਜਾਂਦੇ ਹੈ, ਛੁਟਕਾਰਾ ਪਾਉਂਦਾ ਹੋ ਇਸ ਲੋਕ ਚ ਵੀ ਪਰਲੋਕ ਚ ਵੀ। ਜੇ ਬੇਮੁਖ ਹੋਵੇ ਸੋ ਫਿਰੈ ਭ੍ਰਿਸ਼ਟ। ਜਿਹੜਾ ਭਾਈ ਬੇਮੁਖ ਹੋ ਜੇ ਉਹ ਭ੍ਰਿਸ਼ਟ ਗੰਦੇ ਵਿਸ਼ਿਆਂ ਵਕਾਇਆ ਦੇ ਥਾਵਾਂ ਤੇ ਮੰਦ ਕਰਮਾਂ ਜੀ ਤੁਰਿਆ ਫਿਰਦਾ ਹੈ, ਨਰਕਾਂ ਆਦਿਕਾਂ ਦੇ ਥਾਵਾਂ ਜੀ ਜਾਂਦਾ ਹੈ। ਜਨ ਨਾਨਕ ਕੈ ਵੱਲ ਹੋਆ ਮੇਰਾ ਸਵਾਮੀ। ਸਤਿਗੁਰੂ ਰਾਮਦਾਸ ਜੀ ਕਹਿੰਦੇ ਸਾਡੇ ਜਨਾਂ ਦੇ ਭਾਈ ਤਰਫ ਹੋਇਆ ਮੇਰਾ ਸਵਾਮੀ ਅਕਾਲ ਪੁਰਖ ਵਾਹਿਗੁਰੂ। ਹਰ ਸੱਜਣ ਪੁਰਖ ਸੁਜਾਨ, ਹਰੀ ਜੋ ਸੱਜਣ ਪਿਆਰਾ ਪੂਰਨ ਸੁਜਾਨ ਅੰਤਰਯਾਮੀ ਗੁਰੂ ਸਰੂਪ ਧਾਰ ਕੇ। ਪੌਦੀ ਪਿੱਤ ਦੇਖ ਕੇ ਫਿਰ ਗੁਰੂ ਰਾਮਦਾਸ ਸਾਹਿਬ ਨੇ ਜਦੋਂ ਗੁਰਿਆਈ ਦਿੱਤੀ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਚੱਠ ਕੀਤੀ, ਚੱਠ ਕਰਨ ਤੋਂ ਮੌਲੀ ਸਾਹਿਬ ਵਿੱਚ ਸਾਰੇ ਆ ਮਿਲੇ, ਕਿਉਂ ਪੈਂਦੀ ਚੋਗ ਵੇਖ ਕੇ ਨਾ ਮਹਾਰਾਜ ਸਾਹਿਬ ਦੇ ਪਾਸੋਂ ਨਾਮ ਦੀ ਬ੍ਰਹਮ ਗਿਆਨ ਦੀ ਇਹ ਭਿੱਤ ਬ੍ਰਹਮਾਨੰਦ ਦੀ ਪੈਂਦੀ ਵੇਖ ਕੇ ਚੋਗ। ਸਭ ਆਏ ਪਏ ਸਤਿਗੁਰ ਕੀ ਪੈ, ਸਾਰੇ ਗੁਰੂ ਸਾਹਿਬ ਦੇ ਚਰਨੀ ਆ ਪਏ। ਫਿਰ ਲਾਹਿਓਨ ਸਭਨਾ ਕਿਹੋ ਮਨੋ ਗੁਮਾਨ, ਸਾਰਿਆਂ ਦੇ ਮਨਾਂ ਚੋਂ ਸਾਧ ਸਿੰਘ ਜੀ ਗੁਰੂ ਸਾਹਿਬ ਨੇ ਉਹ ਗੁਮਾਨ ਹੰਕਾਰ ਲਾ ਦਿੱਤਾ, ਸਾਰਿਆਂ ਨੂੰ ਬਖਸ਼ ਲਿਆ ਹੰਕਾਰ ਮੇਟ ਕਰਕੇ। ਇਉਂ ਪਰਖ ਕੀਤੀ ਸੀ ਗੁਰੂ ਰਾਮਦਾਸ ਜੀ ਕਹਿੰਦੇ ਹੈ ਸਾਨੂੰ ਗੁਰਿਆਈ ਦੇਣ ਵੇਲੇ, ਇਉਂ ਗੁਰੂ ਸਾਹਿਬ ਜੀ ਨੇ ਉਹ ਪਹਿਲੀ ਪਰਖ ਚੋਂ ਸਤਿਗੁਰਾਂ ਨੇ ਜਿਵੇਂ ਪਰਖੀ ਸੀ ਉਹ ਦੱਸੀ, ਇੱਥੇ ਪਰਖ ਦਾ ਬਚਨ ਕਰਕੇ ਪੌੜੀ ਸਮਾਪਤ ਕੀਤੀ ਹੈ। ਜਨ ਨਾਨਕ ਕੈ ਵੱਲ ਹੋਆ ਮੇਰਾ ਸਵਾਮੀ, ਹਰ ਸੱਜਣ ਪੁਰਖ ਸੁਜਾਨ, ਪੌਦੀ ਪਿੱਤ ਦੇਖ ਕੇ ਸਭ ਆਏ ਪਏ ਸਭ ਸੰਤੀ ਪਏ ਰਹੇ, ਲਾਹਿਓਨ ਸਭਨਾ ਕਿਉਂ ਮਨੋ ਗੁਮਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸਲੋਕ ਮਹੱਲਾ ਪਹਿਲਾ, ਕੋਈ ਵਾਹੇ ਕੋ ਲੁਣੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਸਾਜੀ ਨਵਾਜੀ, ਗੁਰੂ ਖਾਲਸਾ ਸਾਹਿਬ ਸੰਗਤ ਜੀ, ਕੱਲ ਚੌਥੇ ਪਾਤਸ਼ਾਹ ਨੇ ਜਿਵੇਂ ਪੁੱਤਰਾਂ ਨੂੰ ਜਿਵੇਂ ਸੰਬੰਧੀਆਂ ਨੂੰ ਪਰਖਿਆ ਸੀ, ਸਤਿਗੁਰੂ ਨਾਨਕ ਦੇਵ ਜੀ ਨੇ, ਗੁਰੂ ਅੰਗਦ ਸਾਹਿਬ ਜੀ ਨੇ, ਗੁਰੂ ਅਮਰਦਾਸ ਸਾਹਿਬ ਜੀ ਨੇ, ਫਿਰ ਆਪ ਨੂੰ ਗੁਰਦਾ ਗੱਦੀ ਤੇ ਬਿਰਾਜਮਾਨ ਕੀਤਾ ਸੀ। ਸਤਿਗੁਰੂ ਦੇ ਦਰ ਦੇ ਵਿੱਚੋਂ ਸਭਨਾ ਦੇ ਤਾਈਂ ਅਨੇਕ ਪ੍ਰਕਾਰ ਦੇ ਪਦਾਰਥਾਂ ਦੀ ਪ੍ਰਾਪਤੀ ਰੂਪ ਯੋਗ ਨੂੰ ਵੇਖ ਕੇ ਸਾਰੇ ਮਾਨ ਛੱਡ ਕੇ ਗੁਰੂ ਸਾਹਿਬ ਦੀ ਚਰਨੀ ਆ ਪਏ ਸਨ। ਇਹ ਸਤਿਗੁਰੂ ਦੀ ਵਡਿਆਈ ਕਥਨ ਕੀਤੀ ਹੈ। ਹੁਣ ਮਹਾਰਾਜ ਸਾਹਿਬ ਸਤਿਗੁਰੂ ਨਾਨਕ ਦੇਵ ਜੀ ਦਾ ਸਲੋਕ ਉਚਾਰਨ ਕਰਦੇ ਹਨ। ਪਹਿਲੇ ਪਾਤਸ਼ਾਹ ਦਾ ਕਰਤਾਰਪੁਰ ਸਾਹਿਬ ਵਿੱਚ ਸੱਚੇ ਪਾਤਸ਼ਾਹ ਨੇ ਸਲੋਕ ਉਚਾਰਿਆ ਹੈ। ਸਲੋਕ ਮਹੱਲਾ ਪਹਿਲਾ, ਕੋਈ ਵਾਹੇ ਕੋ ਲੁਣੈ। ਸਤਿਗੁਰੂ ਸਾਹਿਬ ਜੀ ਕਾਲ ਦੀ ਗਤੀ ਵਿਖਾਉਂਦੇ ਹਨ। ਕਿਸੇ ਭਾਈ ਕੋਈ ਤਾਂ ਬਹੁਦੇ ਹੀ ਚੜ੍ਹਾਈ ਕਰ ਜਾਂਦੇ ਹੈ, ਕੋਈ ਲੁਣਾ ਵਢਾਈ ਕਰਕੇ ਹੀ ਨਾਸ ਹੋ ਜਾਂਦੇ ਹਨ। ਕੋ ਪਾਏ ਖਲਹਾਂ, ਅਤੇ ਕੋਈ ਭਾਈ ਖਲਵਾੜਿਆਂ ਦੇ ਵਿੱਚ ਪਾ ਕੇ ਹੀ ਚੜ੍ਹਾਈ ਕਰ ਜਾਂਦੇ ਹਨ। ਨਾਨਕ ਏਵ ਨਾ ਜਾਪੇ। ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਨੀ ਕਿਸੇ ਦੀ ਗੱਲ ਜਾਣੀ ਜਾ ਸਕਦੀ। ਕੋਈ ਖਾਏ ਨਿਦਾਨ, ਨਿਦਾਨ ਅੰਤ ਨੂੰ ਖਾਂਦਾ ਕੌਣ ਹੈ, ਉਸ ਨੂੰ ਜਿਸ ਨੂੰ ਵਾਹੁੰਦੇ ਹੈ, ਬੀਜਦੇ ਹੈ, ਵੜਦੇ ਹੈ ਅਤੇ ਖਲਵਾੜਿਆਂ ਚ ਲਿਆਉਂਦੇ ਹੈ, ਬੋਲ ਲਾਉਂਦੇ ਹੈ, ਇਉਂ ਨਹੀਂ ਜਾਣਿਆ ਜਾ ਸਕਦਾ ਉਹ ਕੌਣ ਖਾਂਦੇ ਹਨ। ਆਪੋ ਆਪਣੇ ਸਾਧ ਸੰਗਤ ਜੀ ਪਰਾਰਾਉਦ ਅਨੁਸਾਰ ਸਾਰਿਆਂ ਦਾ ਸਮਾਂ ਬੀਤਦਾ ਜਾਂਦਾ ਹੈ, ਸਮਾਂ ਗੁਜ਼ਾਰ ਕੇ ਸਾਰੇ ਕੂਚ ਕਰ ਜਾਂਦੇ ਇਸ ਦੁਨੀਆਂ ਦੇ ਵਿੱਚੋਂ। ਇਸੇ ਪ੍ਰਕਾਰ ਕਹਿੰਦੇ ਹਨ ਕੋਈ ਵਾਹੇ ਕੋ ਲੁਣੈ। ਕੋਈ ਸਾਧ ਸੰਗਤ ਜੀ ਵਾਹੇ ਵਾਹੁੰਦਾ ਹੈ, ਇੰਦਰੀਆਂ ਦਾ ਦਮਨ ਕਰਦੇ ਹਨ ਕਈ ਲੋਕ, ਅਤੇ ਕਈ ਕਾਮ ਕ੍ਰੋਧ ਆਦਿਕਾਂ ਦੇ ਤਾਂ ਹੀ ਲੁਣੇ ਵੜਦੇ ਅੰਦਰੋਂ,
ਦੇ ਅੰਦਰੋਂ ਕਾਮ ਕ੍ਰੋਧ ਦੀ ਨਿਵਰਤੀ ਕਰਦੇ ਹਨ। ਉਹ ਪਾਏ ਖਲ ਹਾਂ ਅਤੇ ਕੋਈ ਚਿੱਤ ਦੀਆਂ ਵਿਰਤੀਆਂ ਨੂੰ ਜਿਹੜਾ ਇਕਾਗਰ ਕਰਨਾ ਹੈ ਇਹ ਖਲਵਾੜੇ ਚ ਪਾਉਂਦਾ ਹੈ। ਨਾਨਕ ਏਵ ਨਾ ਜਾਪੇ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਇਸ ਪ੍ਰਕਾਰ ਨਹੀਂ ਪਾਈ ਜਾਣਿਆ ਜਾ ਸਕਦਾ। ਕੋਈ ਖਾਏ ਨਿਦਾਨ। ਪਰਮੇਸ਼ਰ ਦੇ ਗਿਆਨ ਦੇ ਆਨੰਦ ਨੂੰ ਕੌਣ ਖਾਵੇਗਾ, ਕੌਣ ਧਾਰਨ ਕਰੇਗਾ? ਜਿਹਦੇ ਸਾਰੇ ਸਾਧਨ ਪਰਪੱਕ ਹੋ ਗਏ ਉਹਨੂੰ ਹੀ ਆਨੰਦ ਦੀ ਪ੍ਰਾਪਤੀ ਹੋਵੇਗੀ। ਇਸੇ ਪ੍ਰਕਾਰ ਕੋਈ ਵਾਹੇ ਕੋ ਲੁਣੈ। ਕੋਈ ਤਾਂ ਕੋਈ ਵਾਹੇ ਸਕਾਮ ਕਰਮਾਂ ਨੂੰ ਕਰਦਾ ਹੈ ਅਤੇ ਕੋਈ ਲੁਣੈ ਨਿਸਕਾਮ ਕਰਮਾਂ ਨੂੰ ਵੱਢਦਾ ਹੈ। ਕੋ ਪਾਏ ਖਲ ਹਾਂ ਅਤੇ ਕੋਈ ਉਪਾਸ਼ਨਾ ਰੂਪੀ ਖਲਵਾੜੇ ਵਿੱਚ ਆਪਣੇ ਆਪ ਨੂੰ ਪਾਉਂਦਾ ਹੈ। ਨਾਨਕ ਏਵ ਨਾ ਜਾਪੇ। ਗੁਰੂ ਮਹਾਰਾਜ ਸਾਹਿਬ ਕਹਿੰਦੇ ਇਸ ਪ੍ਰਕਾਰ ਨਹੀਂ ਜਾਣਿਆ ਜਾ ਸਕਦਾ। ਕੋਈ ਖਾਏ ਨਿਦਾਨ। ਪਰਮੇਸ਼ਰ ਦੀ ਸਿਖਿਆਤਾ ਦਾ ਅੰਤ ਨੂੰ ਸੁੱਖ ਕਿਹੜਾ ਪਾਵੇਗਾ ਇਹ ਗੱਲ ਨਹੀਂ ਜਾਣੀ ਜਾ ਸਕਦੀ। ਬੇਅੰਤ ਹੈ ਪਰਮੇਸ਼ਰ, ਆਪ ਦੀ ਗਤੀ ਨੂੰ ਆਪ ਹੀ ਜਾਣਦਾ ਹੈ। ਇਸੇ ਪ੍ਰਕਾਰ ਕੋਈ ਵਾਹੇ ਕੋ ਲੁਣੈ। ਕੋਈ ਬਹੁਣ ਦੀ ਨਿਆਈ ਸਰਵਣ ਕਰਦਾ ਹੈ ਖੜ ਚਿੰਨ੍ਹਾਂ ਦੁਆਰਾ, ਖੱਟ ਲੱਖਣਾ ਦੁਆਰਾ, ਅਤੇ ਕੋਈ ਲੁਣੈ ਸਾਧ ਸੰਗਤ ਜੀ ਭੇਦ ਦੀਆਂ ਬਾਧਕ ਯੁਗਤੀਆਂ ਨੂੰ ਅਤੇ ਭੇਦ ਦੀਆਂ ਸਾਧਕ ਯੁਗਤੀਆਂ ਦੁਆਰਾ ਕੋਈ ਮੰਨਣ ਕਰਕੇ ਲੁਣੈ ਵੱਢਦਾ ਹੈ। ਕੋ ਪਾਏ ਖਲ ਹਾਂ ਅਤੇ ਕੋਈ ਨਿਧਿਆਸਨ ਰੂਪ ਖਲਵਾੜੇ ਵਿੱਚ ਪਾਉਂਦਾ ਹੈ। ਨਾਨਕ ਏਵ ਨਾ ਜਾਪੇ। ਇਉਂ ਨਹੀਂ ਗੁਰੂ ਸਾਹਿਬ ਜੀ ਕਹਿੰਦੇ ਜਾਣਿਆ ਜਾਂਦਾ। ਕੋਈ ਖਾਏ ਨਿਦਾਨ। ਸਖਿਆਤਾ ਦੇ ਆਨੰਦ ਨੂੰ ਕੌਣ ਖਾਵੇਗਾ, ਕੌਣ ਭੋਗੇਗਾ ਆਨੰਦ ਨੂੰ? ਇਹ ਬੇਅੰਤ ਹੈ ਮਹਾਰਾਜ ਦੀ ਗਤੀ, ਕਿਸੇ ਪਾਸੋਂ ਜਾਣੀ ਨਹੀਂ ਜਾ ਸਕਦੀ। ਮਹੱਲਾ ਪਹਿਲਾ। ਕੋਈ ਵਾਹੇ ਕੋ ਲੁਣੈ। ਅਤੇ ਕੋਈ ਵਾਹੇ ਸਾਧ ਸੰਗਤ ਜੀ, ਕੋਈ ਵਾਹੁੰਦਾ ਹੈ ਸੰਸਾਰ ਦੇ ਅੰਦਰ ਤਤ ਤੁੰਗ ਪਦ ਦਾ ਵਿਚਾਰ ਕਰਦਾ, ਸੋਧਨ ਕਰਦਾ ਰਹਿੰਦਾ ਹੈ। ਕੋ ਲੁਣੈ। ਅਤੇ ਕੋਈ ਲੁਣੈ ਤੁੰਗ ਪਦ ਤਤ ਪਦ ਦੇ ਲੱਖ ਅਰਥ ਨੂੰ ਕੋਈ ਲੁਣਾ ਵਿਚਾਰਦਾ ਹੈ, ਸੰਸੇ ਵਰਗੇ ਨੂੰ ਵੱਢਦਾ ਹੈ। ਕੋ ਪਾਏ ਖਲ ਹਾਂ ਅਤੇ ਕੋਈ ਤਤੋਂ ਦੇ ਸੋਧਨ ਦੇ ਅਸਪਦ ਦੇ ਖਲਵਾੜੇ ਵਿੱਚ ਆਪਣੇ ਆਪ ਨੂੰ ਪਾਉਂਦਾ ਹੈ। ਨਾਨਕ ਏਵ ਨਾ ਜਾਪੇ। ਮਹਾਰਾਜ ਕਹਿੰਦੇ ਇਸ ਗੱਲ ਨੂੰ ਜਾਣਿਆ ਨਹੀਂ ਜਾ ਸਕਦਾ। ਕੋਈ ਖਾਏ ਨਿਦਾਨ। ਜੀਵਨ ਮੁਕਤੀ ਦਾ ਆਨੰਦ ਕੌਣ ਖਾਵੇਗਾ, ਧਾਰਨ ਕਰੇਗਾ? ਕਿਉਂ ਪਰਮੇਸ਼ਵਰ ਦੀ ਬੇਅੰਤਤਾ ਹੈ, ਕੋਈ ਜਾਣ ਨਹੀਂ ਸਕਦਾ ਹੈ। ਇਸੇ ਪ੍ਰਕਾਰ ਕੋਈ ਵਾਹੇ ਕੋ ਲੁਣੈ। ਅਤੇ ਕੋਈ ਵਾਹੁੰਦਾ ਹੈ ਸਾਧ ਸੰਗਤ ਜੀ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਦਾ ਹੈ, ਕੋਈ ਲੁਣਦਾ ਕੋਈ ਸਰਗੁਣ ਦੀ ਉਪਾਸ਼ਨਾ ਕਰਦਾ ਹੈ। ਕੋ ਪਾਏ ਖਲ ਹਾਂ ਅਤੇ ਕੋਈ ਖਲਵਾੜੇ ਦੇ ਵਿੱਚ ਹੰਗਰੇ ਉਪਾਸ਼ਨਾ ਕਰਨ ਨੂੰ ਪਾਉਂਦਾ ਹੈ। ਨਾਨਕ ਏਵ ਨਾ ਜਾਪੇ। ਗੁਰੂ ਨਾਨਕ ਕਹਿੰਦੇ ਇਸ ਪ੍ਰਕਾਰ ਨਹੀਂ ਜਾਣਿਆ ਜਾ ਸਕਦਾ। ਕੋਈ ਖਾਏ ਨਿਦਾਨ। ਕੌਣ ਨਹੀਂ ਇਸ ਦੀ ਏਕਤਾ ਦਾ ਜਿਹੜਾ ਆਨੰਦ ਹੈ ਨਿਦਾਨ ਅੰਤ ਨੂੰ, ਉਹ ਧਾਰਨ ਕੌਣ ਕਰੇਗਾ, ਆਨੰਦ ਨੂੰ ਕੌਣ ਮਾਣੇਗਾ? ਬੇਅੰਤ ਹੈ ਪਰਮੇਸ਼ਵਰ। ਮਹੱਲਾ ਪਹਿਲਾ। ਜਿਸ ਮਨ ਵਸਿਆ ਤਰਿਆ ਸੋ। ਫਿਰ ਸਤਿਗੁਰੂ ਜੀ ਆਪ ਹੀ ਕਿਰਪਾ ਕਰਕੇ ਦੱਸੋ ਕਿਹਨੂੰ ਇਹ ਆਨੰਦ ਪ੍ਰਾਪਤ ਹੁੰਦਾ, ਤਾਂ ਮਹਾਰਾਜ ਸਾਹਿਬ ਉਚਾਰਨ ਕਰਦੇ ਹਨ ਹੇ ਭਾਈ। ਜਿਸ ਮਨ ਵਸਿਆ ਤਰਿਆ ਸੋ। ਜਿਸਦੇ ਮਨ ਚ ਗੁਰੂ ਸਾਹਿਬ ਦਾ ਉਪਦੇਸ਼ ਵਸ ਗਿਆ ਹੈ, ਜਿਹਨਾਂ ਦੇ ਅੰਦਰ ਨਾਮ ਵਸ ਗਿਆ ਹੈ, ਉਹ ਪੁਰਖ ਸੰਸਾਰ ਸੁਣ ਤੋਂ ਤਰ ਗਿਆ ਹੈ। ਨਾਨਕ ਜੋ ਭਾਵ ਹੈ ਸੋ ਹੋ। ਉਹਦੇ ਅੰਦਰ ਸੰਸਕਾਰ ਨਹੀਂ ਹੋਰ ਰਹਿੰਦੇ, ਉਹ ਜਾਣਦਾ ਕਿ ਜੋ ਵਾਹਿਗੁਰੂ ਨੂੰ ਪਾਉਂਦਾ ਉਹ ਹੁੰਦਾ ਹੈ, ਜੋ ਪਰਮੇਸ਼ਵਰ ਦੀ ਭਾਵਨਾ ਕਰਦਾ ਹੈ ਉਹਦਾ ਸਰੂਪ ਹੀ ਹੋ ਜਾਂਦਾ। ਗੁਰੂ ਮਹਾਰਾਜ ਕਹਿੰਦੇ ਹਨ ਪੌੜੀ ਪਾਰ ਬ੍ਰਹਮ ਦਇਆਲ। ਉਹ ਪਾਪਾਂ ਪੁੰਨਾਂ ਤੋਂ ਪਰੇ ਹੈ, ਬ੍ਰਹਮ ਵਿਆਪਕ ਦਇਆਲ, ਦਇਆ ਦਾ ਘਰ ਹੈ। ਸਾਗਰ ਤਾਰਿਆ। ਉਸ ਨੇ ਆਪਦੇ ਪਿਆਰਿਆਂ ਨੂੰ ਸੰਸਾਰ ਸਮੁੰਦਰ ਤੋਂ ਨਾਮ ਦੇ ਜਹਾਜ਼ ਤੇ ਚਾੜ ਕੇ ਤਾਰ ਦਿੱਤਾ ਹੈ। ਹੋਰ ਪੂਰਾ ਮਿਹਰਬਾਨ। ਇਹ ਪੂਰੇ ਸਤਿਗੁਰੂ ਨਾਨਕ ਦੇਵ ਜੀ ਨੇ ਮਿਹਰਬਾਨੀ ਕੀਤੀ ਹੈ। ਭਰਮ ਭਉ ਮਾਰਿਆ। ਸਿੱਖਾਂ ਦੇ ਅੰਦਰੋਂ ਜਿਹੜਾ ਭਰਮ ਸੀ ਪੰਜ ਪ੍ਰਕਾਰ ਦਾ, ਭਉ ਸੀ ਸੱਤ ਪ੍ਰਕਾਰ ਦਾ, ਉਹ ਮਾਰ ਦਿੱਤਾ ਹੈ। ਕਾਮ ਕ੍ਰੋਧ ਬਿਕਰਾਲ। ਜਿਹੜੇ ਕਾਮ ਤੇ ਕ੍ਰੋਧ ਬਕਰਾਲ ਖਰਾਬ ਕਰਦੇ ਸਨ, ਭਿਆਨਕ ਸਨ, ਦੂਤ ਸਭ ਹਾਰਿਆ। ਯਮ ਦੂਤ ਆਦਿਕ ਵੀ ਸਾਰੇ ਹਾਰ ਗਏ ਉਹਨਾਂ ਦੇ,
कोई कर्मा धर्मा आदकों की विचार करने वास्ते कोई असाबी किताबी नहीं रहा, सब मुक गए। अमृत नाम निधान उन्होंने सच्चे पातशाह अमृत रूप नाम का खजाना कंठ और धारिया उन्होंने कंठ विच भी वसदा है मधुमा बाणी च और हिरदे च भी पसंती बाणी द्वारा धारण किया है कंठ दे और अंदर धारण किया है जिवें कंठा भूखण हुंदा इउं दिल च वसा लिया है। नानक साधु संग सतगुरु साहिब जी कहंदे जो श्रेष्ठ पुरखां दी संगत करदे है जन्म मरण सवारिया उन्हां ने आपदा जन्म भी सवार लिया ते मरना भी सवार लिया। कईयां दा ऐसा मरना बिगड़दा है आप मर जांदे आ लखां नूं बंधन पा जांदे आ संबंधियां नूं विपता होर जिहड़े लोग मारन वाले उन्हां नूं भी कैद फांसियां आदिक दवा जांदे मरन बिगाड़ जांदे हन। जिन्हां ने महात्मा की संगत की है वह जमदे भी वाहिगुरु का भजन करते हैं मरिया तो भी वे भजन सिमन कीर्तन होंगे इं जन्म मरण उन्होंने सवार लिया है जीवत भाव तो मर के उन्होंने अपने आप न सवार लिया है जन्म न सारे न। श्लोक महला तीजा जिनी नाम विसारिया सतगुरु तीजे पातशाह जी ने सिखा ने पूछा सचे पातशाह जी जे नाम तो जपते नहीं कहते असी सब कुछ है ज्यो के त्यो है पूरे ही है उन्हां दी बाबत दसो तो सुन के महाराज उचारदे हन जिनी नाम विसारिया भाई गुरसिखो जिन्हां ने महाराज दे अमृत नाम नूं भुला दिता है कूड़े कहण कहन उह तां भाई झूठा ही कहिंदे कि मैं हुण ब्रह्मस्मी हाँ उन्हां सूब दी सिख्या तां नहीं है ते चार पंज चेलियां तो कहा लेंदे भी महात्मा ज्यों का त्यों है रात नूं हथ अड हो जांदे है सिर अड हो जांदा है सवेरे फेर जोड़ लैंदे है इउं कहण वाले ते कहाउण वाले सब कूड़े झूठे ही हन। पंज चोर तिन्ना घर मोहन उह तां भाई इहो जे है पंजे चोर काम करो लोह मोहंकार उन्हां दे घर हिरदे चो शुभ गुणां लुट्टी जांदे हन मोही जांदे हन ठगी जांदे हौमै अंदर सन जिहड़ी हौमै ना अंदर उन्हां दे सन पाड़ लाई होई है इस पाड़ ना कढ़ी जांदे शुभ गुणां नूं अंदरों साकत मुठे दुरमती जिहड़े साधक पुरख है शक्ति दे उपाशक खोटी मत विच पए होए हर वक्त भैड़े कम्मां नूं करना शराब आदिक पीण विच लगे रहना ते दुराचार तमाखू पींदे रहना नसवारा लैनिया इस प्रकार दे सिगरटा पीनिया भैड़े आचार विच खोटी मत वाले है पिछलियां नूं कपालक ते बाम मार गए दसे है हुण जे वेखे जगत इहो ही खोटी मत विच हन सारे हर रस ना जाणन ओ हरी परमेश्वर दे रस न प्रेम नूं नहीं जाणदे हन ऐसे पुरख जिन्नी अमृत भरम लुटाया अमृत जो ब्रह्मानंद है भरम विच पै के अपना गुआ लिया लुटा लिया है जिन्हां ने अमृत नाम वालों भरम च अपने मन नूं लुटा लिया अमृत चंगा ही नहीं लगता व्यू दे नाल जगत झूठ तमाखू दे हर वक्त टट्टी नाल भैड़ा मुश्क मूह चो आउंदा है इउं व्यू दे विच रचे होए ते होरना नूं सिगरटां पीण आ जरदा की नवा चलिया अज कल तमाखू नूं फकदे उहनूं कहिंदे जरदा खाने असीं इस प्रकार दे भैड़े आदमी ਵਿਸ਼ਿਆਂ ਦੇ ਵਿੱਚ ਹੀ ਰਚੇ ਹੋਏ ਹੈ ਤੇ ਹੋਰਨਾਂ ਨੂੰ ਰਚਾਉਂਦੇ ਹਨ ਦੁਸ਼ਟਾਂ ਸੇਤੀ ਪਿਰਹੜੀ ਜਿਹੜੇ ਦੁਸ਼ਟ ਆਦਮੀ ਹੈ ਭੈੜੇ ਨਿੰਦਕ ਚੁਗਲ ਆਦਕ ਉਹਨਾਂ ਨਾਲ ਪਿਰਹੜੀ ਪ੍ਰੀਤੀ ਹੈ ਉਹਨਾਂ ਦੀ ਜਨ ਸਿਉ ਵਾਦ ਕਰਨ ਜੋ ਮਹਾਰਾਜ ਦੇ ਪਿਆਰੇ ਸੰਤ ਭਗਤ ਉਹਨਾਂ ਨਾਲ ਝਗੜਾ ਕਰੀ ਰੱਖਦੇ ਹਰ ਵਕਤ ਨਾਨਕ ਸਾਖਤ ਨਰਕ ਮਹਿ ਸਤਿਗੁਰੂ ਸਾਹਿਬ ਜੀ ਕਹਿੰਦੇ ਹੈ ਜੇ ਸਾਖਤ ਪੁਰਖ ਨਰਕ ਵਿੱਚ ਪਾਏ ਜਾਣਗੇ ਜਮ ਬੱਧੇ ਦੁੱਖ ਸਹਨ ਭਾਈ ਜਮਾਂ ਦੇ ਬੰਨੇ ਹੋਏ ਦੁੱਖ ਕੈਦੀ ਆਦਮੀ ਜਿਹੜਾ ਹੁੰਦਾ ਉਹ ਦੁੱਖ ਜਿੰਨਾ ਖੁਸ਼ੀ ਉਹਨੂੰ ਸਜ਼ਾ ਦੇ ਦੇਣ ਇਉਂ ਜਮਾਂ ਦੇ ਵੱਧੇ ਹੋਏ ਔਗੁਣਾ ਕਰਕੇ ਦੁੱਖ ਹੀ ਸਹਾਰਦੇ ਆ ਨਰਕਾਦਕਾਂ ਦਾ ਜੂਨਾਂ ਦਾ ਪੈ ਕਿਰਤ ਕਮਾਵਦੇ ਉਹ ਜਿਹੜੇ ਕਿਰਤ ਕਮਾਉਂਦੇ ਉਹਨਾਂ ਦੇ ਮੱਥੇ ਦੇ ਲੇਖ ਹੀ ਇਹੋ ਜਿਹੇ ਪਏ ਹੈ ਜਿਹੋ ਜਿਹੀ ਵਾਸ਼ਨਾ ਸੀ ਉਹੀ ਜਿਹੀ ਕਿਰਤ ਵਿੱਚ ਲਾਤਾ ਹੈ ਉਹਨਾਂ ਨੂੰ ਰੱਖ ਹੈ ਤਿਵੈ ਰਹਾ ਹੁਣ ਮਹਾਰਾਜ ਸਾਹਿਬ ਜਿਵੇਂ ਕੈਦੀਆਂ ਨੂੰ ਜਿਵੇਂ ਕੋਈ ਰੱਖੇ ਜੇਲ ਉਸੇ ਤਰ੍ਹਾਂ ਰਹਿੰਦੇ ਹਨ ਇਸੇ ਪ੍ਰਕਾਰ ਜਿਵੇਂ ਮਹਾਰਾਜ ਸਾਹਿਬ ਰੱਖਦੇ ਉਹਨਾਂ ਨੂੰ ਕਾਲ ਦੇ ਵਕਤ ਪਾ ਕੇ ਉਸੇ ਪ੍ਰਕਾਰ ਉਹਨਾਂ ਰਹਿਣਾ ਹੁੰਦਾ ਹੈ ਮਹੱਲਾ ਤੀਜਾ ਜਿੰਨੀ ਸਤਿਗੁਰ ਸੇਵਿਆ ਜਿਹਨਾਂ ਨੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੇ ਪਰਮ ਪਵਿੱਤਰ ਉਪਦੇਸ਼ ਨੂੰ ਮੰਨਿਆ ਹੈ
ਤੇ ਭਾਵਨਾ ਨਾਲ ਸੇਵਾ ਕੀਤੀ ਹੈ। ਉਹਨਾਂ ਨਿਤਾਣਿਆਂ ਚ ਭਾਵੇਂ ਵਿਵੇਕ ਰੂਪੀ ਬਲ ਨਹੀਂ ਸੀ, ਉਹਨਾਂ ਨੂੰ ਬ੍ਰਹਮ ਗਿਆਨ ਰੂਪੀ ਬਲ ਦੇਣ ਵਾਲੇ ਕਿਸ ਨੂੰ? ਗੁਰੂ ਸਾਹਿਬ ਆਪ ਹਨ, ਆਪਦੀ ਭਗਤੀ ਦਾ ਬਲ ਪਾਉਣ ਵਾਲੇ। ਸਾਸ ਗਿਰਾਸ ਦੇ ਤਾਣ ਹਨ ਸਤਿਗੁਰੂ ਜੀ, ਸਾਸ ਗਿਰਾਸ ਸਦਾ ਮਨ ਵਸੈ। ਉਹਨਾਂ ਦੇ ਆਉਂਦੇ ਸਾਸ ਨਾਲ ਗ੍ਰਾਹੀ ਖਾਂਦਿਆਂ ਹੋਇਆਂ ਵੀ, ਗ੍ਰਸਦਿਆਂ ਹੋਇਆਂ ਜਾਂਦੇ ਸਾਹ ਦੇ ਵੀ ਸਦਾ ਮਹਾਰਾਜ ਮਨ ਚ ਵਸਦੇ ਹਨ। ਜਮ ਜੋ ਇਹਨਾਂ ਸਕੈ ਤਿਸ, ਇਹਨਾਂ ਪਿਆਰਿਆਂ ਦੇ ਤਾਈ ਜਮ ਜਿਹੜਾ ਤਾੜ ਨਹੀਂ ਸਕਦਾ ਕਿਸੇ ਪ੍ਰਕਾਰ। ਹਿਰਦੇ ਹਰ ਹਰ ਨਾਮ ਰਸ, ਜਿਹਨਾਂ ਦੇ ਹਿਰਦੇ ਚ ਮਹਾਰਾਜ ਦੇ ਨਾਮ ਜਪਣ ਦਾ ਰਸ ਆ ਗਿਆ ਹੈ। ਕਬਲਾ ਸੇਵਕ ਤਿਸ, ਲਕਸ਼ਮੀ ਵੀ ਉਹਨਾਂ ਨੂੰ ਛੱਡ ਨਹੀਂ ਸਕਦੀ, ਕਬਲਾ ਲਕਸ਼ਮੀ ਵੀ ਉਹਨਾਂ ਦੀ ਸੇਵਕ ਹੈ ਤਿੰਨਾਂ ਪੁਰਖਾਂ ਦੀ। ਹਰ ਦਾਸਾ ਕਾ ਦਾਸ ਹੋ, ਜੋ ਹਰੀ ਦੇ ਸੇਵਕਾਂ ਦਾ ਸੇਵਕ ਬਣ ਜਾਂਦਾ ਹੈ ਮਨ ਬਾਣੀ ਸਰੀਰ ਕਰਕੇ। ਪਰਮ ਪਦਾਰਥ ਤਿਸ, ਉਹਨਾਂ ਨੂੰ ਪਰਮ ਪਦਾਰਥ ਜੀਵਨ ਮੁਕਤੀ ਬ੍ਰਹਮਾਨੰਦ ਤਿਸ ਨੂੰ ਪ੍ਰਾਪਤ ਹੁੰਦਾ ਹੈ। ਨਾਨਕ ਮਨ ਤਨ ਜਿਸ ਪ੍ਰਭ ਵਸੈ, ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਜਿਹਨਾਂ ਦੇ ਮਨ ਤਨ ਕਰਕੇ ਵਾਹਿਗੁਰੂ ਵਸ ਜਾਂਦਾ ਹੈ। ਸਤਿਗੁਰੂ ਬਾਣੇ ਤਿਸ, ਉਹਨਾਂ ਦੇ ਅਸੀਂ ਸੈਂਕੜੇ ਵਾਰੀ ਸਦਾ ਸਾਹਿਬ ਕੁਰਬਾਨ ਬਲਿਹਾਰ ਜਾਂਦੇ ਹਾਂ। ਮਹਾਰਾਜ ਦਾ ਨਾਮ ਮਨ ਚ ਵਸਾ ਕੇ ਵਿਕਾਰ ਛੱਡਣੇ ਚਾਹੀਦੇ ਹਨ। ਜਿਨ ਕੋ ਪੂਰਵ ਲਿਖਿਆ, ਜਿਨ੍ਹਾਂ ਨੇ ਪੂਰਵ ਨਿਸ਼ਕਾਮ ਕਰਮ ਕੀਤੇ ਹੈ ਮੱਥੇ ਤੇ ਮਹਾਰਾਜ ਨੇ ਲਿਖ ਦਿੱਤਾ ਹੈ ਜਿਹਦੇ ਚ ਰਸ ਸੰਤ ਜਨਾ ਸਿਉ ਤਿਸ, ਉਹਨਾਂ ਦਾ ਪ੍ਰੇਮ ਸੰਤਾਂ ਜਨਾਂ ਦੇ ਨਾਲ ਹੈ। ਸੰਤਾਂ ਜਨਾਂ ਦਾ ਜਿਵੇਂ ਸੰਤਾਂ ਨੂੰ ਬ੍ਰਹਮਾਨੰਦ ਦਾ ਰਸ ਆਇਆ, ਉਹਨਾਂ ਨੂੰ ਵੀ ਆਤਮਾਨੰਦ ਦਾ ਰਸ ਪ੍ਰਾਪਤ ਹੋਇਆ ਹੈ। ਪੌੜੀ ਜੋ ਬੋਲੇ ਪੂਰਾ ਸਤਿਗੁਰੂ, ਸਾਧ ਸੰਗਤ ਜੀ ਪੂਰਨ ਸਤਿਗੁਰੂ ਸਾਹਿਬ ਜੀ ਜੋ ਬਚਨ ਬੋਲਦੇ ਹਨ ਸੋ ਪਰਮੇਸ਼ਰ ਸੁਣਿਆ, ਉਹ ਆਪ ਹੀ ਪਰਮੇਸ਼ਰ ਨੂੰ ਸਰਵਣ ਕੀਤਾ ਕਿ ਗੁਰੂ ਮਹਾਰਾਜ ਸਾਹਿਬ ਇਹ ਹੁਕਮ ਕਰ ਰਹੇ ਹਨ। ਸੋਈ ਵਰਤਿਆ ਜਗਤ ਮੈਂ, ਉਹੀ ਅਕਾਲ ਪੁਰਖ ਵਾਹਿਗੁਰੂ ਵੱਲੋਂ ਸਤਿਗੁਰਾਂ ਦਾ ਕਿਹਾ ਹੋਇਆ ਬਚਨ ਵਰਤਾਰਾ ਵਰਤਿਆ ਸਾਰੇ ਸੰਸਾਰ ਚ, ਘੱਟ ਘੱਟ ਮੁਖ ਭਣਿਆ, ਇਹ ਸਾਰੇ ਚਾਰ ਖਾਣਿਆਂ ਦੇ ਘਟਾਂ ਘਟਾਂ ਚ ਮੁਖੀਆਂ ਪੁਰਖਾਂ ਨੇ ਵੀ ਕਿਹਾ ਹੈ ਅਤੇ ਮੁਖੋਂ ਸਾਰਿਆਂ ਨੂੰ ਉਚਾਰਨ ਕੀਤਾ ਇੱਕ ਰਸ। ਬਹੁਤ ਵਡਿਆਈਆ ਸਾਹਿਬ, ਸਤਿਗੁਰੂ ਸਾਹਿਬ ਦੀਆਂ ਬਹੁਤ ਵੱਡੀਆਂ ਵਡਿਆਈਆਂ ਹਨ ਸਾਧ ਸੰਗਤ ਜੀ, ਨਹਿ ਜਾਹੀ ਗਣੀਆਂ, ਉਹਦੀਆਂ ਵਡਿਆਈਆਂ ਸਤਿਗੁਰਾਂ ਦੀਆਂ ਗਿਣੀਆਂ ਨਹੀਂ ਜਾ ਸਕਦੀਆਂ, ਵਿਚਾਰੀਆਂ ਨਹੀਂ ਜਾ ਸਕਦੀਆਂ। ਸੱਚ ਸਹਿਜ ਆਨੰਦ ਸਤਿਗੁਰੂ ਪਾਸ, ਸਤਿਗੁਰਾਂ ਦੇ ਪਾਸ ਹੀ ਸੱਚੇ ਸਰੂਪ ਦਾ ਸਹਿਜ ਗਿਆਨ ਹੈ, ਗਿਆਨ ਕਰਕੇ ਆਨੰਦ ਹੈ ਸਤਿਗੁਰਾਂ ਦੇ ਪਾਸੋਂ ਪ੍ਰਾਪਤ ਹੁੰਦਾ। ਸੱਚੀ ਗੁਰਮਣੀਆਂ, ਜੋ ਸਤਿਗੁਰੂ ਦੀ ਸ਼ਰਨ ਦੇ ਪਾਸ ਹੋਏ ਹੈ ਉਹਨਾਂ ਨੂੰ ਗੁਰਾਂ ਦੁਆਰਾ ਸੱਚੀ ਮਣੀਆਂ ਮਨੌਤ ਪ੍ਰਾਪਤ ਹੋਈ ਹੈ। ਸੱਚੇ ਦੀਆਂ ਮਣੀਆਂ ਕਰਨਾ ਮੈਤਰੀ ਮੁਤਾ ਦੇਖਿਆ, ਇਹ ਗੁਣ ਪ੍ਰਾਪਤ ਹੋਏ ਹੈ। ਸੱਚੀ ਗੁਰਮਣੀਆਂ, ਸੱਚੀ ਗੁਰੂ ਮਹਾਰਾਜ ਸਾਹਿਬ ਦੀ ਸਿਰੋਮਣੀ ਭਗਤੀ ਉਹਨਾਂ ਨੂੰ ਪ੍ਰਾਪਤ ਹੋਈ ਹੈ। ਨਾਨਕ ਸੰਤ ਸਵਾਰੇ ਪਾਰ ਬ੍ਰਹਮ, ਬ੍ਰਹਮ ਵਿਦਿਆ ਰੂਪੀ ਮਣੀਆਂ ਦੇ ਸਹਿਤ ਹਨਗੇ ਉਹ। ਹਾਂਜੀ, ਨਾਨਕ ਸੰਤ ਸਵਾਰੇ ਪਾਰ ਬ੍ਰਹਮ, ਸਤਿਗੁਰੂ ਜੀ ਕਹਿੰਦੇ ਨੇ ਉਹ ਸੰਤ ਸਤਿਗੁਰਾਂ ਦੁਆਰਾ ਪਾਰ ਬ੍ਰਹਮ ਉਹਨਾਂ ਨੂੰ ਜੀਵਨ ਸਵਾਰ ਦਿੱਤੇ ਆ। ਸੱਚੇ ਜਿਉ ਬਣਿਆ, ਉਹ ਸਤਿਗੁਰਾਂ ਦੀ ਕਿਰਪਾ ਕਰਕੇ ਸੱਚੇ ਦੀ ਨਿਆਈ ਬਣੇ ਹੋਏ ਹਨ, ਸੱਚੇ ਦਾ ਸਰੂਪ ਹੀ ਹਨ। ਜਿਨ ਜਾਤਾ ਸੋ ਤੁਸੀਂ ਜਿਹਾ, ਅਦ ਨਿਰਮਾਇਲ ਸੀਸ ਦੇਹਾ। ਸਲੋਕ ਮਹੱਲਾ ਤੀਜਾ, ਆਪਣਾ ਆਪ ਨਾ ਪਛਾਣਈ। ਜਿਹੜਾ ਜੀਵ ਸਾਧ ਸੰਗੇ ਜੀ ਆਪਣੇ ਸਰੂਪ ਨੂੰ, ਸਰਵ ਕਾ ਆਤਮਾ ਹੈ ਪਰਮੇਸ਼ੁਰ, ਉਸ ਆਪਣੇ ਸਰੂਪ ਦੀ ਪਛਾਣ ਹੀ ਨਹੀਂ ਕਰਦਾ ਗੁਰਾਂ ਨਾਲ ਮਿਲ ਕੇ। ਹਰ ਪ੍ਰਭ ਜਾਤਾ ਦੂਰ, ਉਹਨਾਂ ਨੇ ਹਰੀ ਪ੍ਰਭੂ ਅਕਾਲ ਪੁਰਖ ਨੂੰ ਐਵੇਂ ਸਰੋਤਰ ਮਾਤਰ ਹੀ ਸਮਝ ਲਿਆ, ਦੂਰ ਜਾਣਦਾ ਹੈ। ਗੁਰ ਕੀ ਸੇਵਾ ਵਿਸਰੀ, ਉਹ ਸਤਿਗੁਰਾਂ ਦੀ ਸੇਵਾ ਉਹਨੂੰ ਭੁੱਲ ਹੀ ਚੁੱਕੀ ਹੈ, ਸੇਵਾ ਦਾ ਪਿਆਰ ਹੀ ਨਹੀਂ ਹੈ ਉਸਦੇ ਅੰਦਰ। ਕਿਉਂ ਮਨ ਰਹੇ ਹਜੂਰ, ਮਨ ਕਿਵੇਂ ਪਰਮੇਸ਼ਰ ਦੇ ਸਨਮੁਖ ਰਹੇ, ਹਜੂਰੀ ਵਿੱਚ ਨੇੜੇ ਰਹੇ? ਜੋ ਸਤਿਗੁਰਾਂ ਦੀ ਸੇਵਾ ਕਰੇ ਤਾਂ ਮਨ ਨਿਕਟਵਰਤੀ ਹੋ ਸਕਦਾ ਹੈ। ਮਨਮੁਖ ਜਨਮ ਗਵਾਇਆ, ਮਨਮੁਖਾਂ ਤਾਂ ਆਪਣਾ ਜਨਮ ਮਨੁੱਖਾ ਜਨਮ ਭਾਈ ਗਵਾ ਲਿਆ ਹੈ ਵਿਅਰਥ। ਝੂਠੇ ਲਾਲਚ ਕੂੜ, ਝੂਠੇ ਪਦਾਰਥਾਂ ਦੇ ਝੂਠੇ ਲਾਲਚ ਚ ਲੱਗ ਕੇ ਕੂੜ ਚ ਪੱਚੇ ਹੋਏ, ਵਿਸ਼ਿਆਂ ਰੂਪੀ ਕੂੜੇ ਚ ਪਏ ਹੋਏ ਹਨ। ਨਾਨਕ ਬਖਸ਼ ਮਿਲਾਇਆ, ਸਤਿਗੁਰੂ ਜੀ ਕਹਿੰਦੇ ਜਿਹਨਾਂ ਨੂੰ ਨਾਮ ਦੀ ਦਾਤ ਸਤਿਗੁਰਾਂ ਨੂੰ ਬਖਸ਼ੀ ਹੈ ਉਹਨਾਂ ਨੂੰ ਮੇਲ ਲਿਆ ਹੈ। ਸੱਚਾ ਸ਼ਬਦ ਹਜ਼ੂਰ, ਸੱਚੇ ਗੁਰਾਂ ਦੇ ਸ਼ਬਦ ਕਰਕੇ ਹਜ਼ੂਰੀ ਹੋਏ ਹੈ, ਨੇੜੇ ਹੋਏ ਹੈ, ਮਾਰੇ ਨਿਕਟਵਰਤੀ ਹੋ ਗਏ ਹਨ। ਮਹੱਲਾ ਤੀਜਾ, ਹਰ ਪ੍ਰਭ ਸੱਚਾ ਸੋਹਿਲਾ, ਭਾਈ ਹਰੀ ਪ੍ਰਭੂ ਦਾ ਸੱਚਾ ਜਿਹੜਾ ਸੋਹਿਲਾ ਆਨੰਦ ਹੈ,
ਸੋਹਿਲਾ ਜਸ ਹੈ ਪਰਮੇਸ਼ਰ ਦਾ। ਗੁਰਮੁਖ ਨਾਮ ਗੋਬਿੰਦ, ਗੁਰਮੁਖਾਂ ਦੇ ਹਿਰਦੇ ਵਿੱਚ ਗੋਬਿੰਦ ਦਾ ਨਾਮ ਵਸਿਆ ਹੋਇਆ, ਹਰੀ ਪ੍ਰਭੂ ਦੇ ਸੱਚੇ ਦਾ ਉਹਨਾਂ ਨੂੰ ਸੋਹਿਲਾ ਆਨੰਦ ਪ੍ਰਾਪਤ ਹੋਇਆ ਜਸ ਗਾਉਣੇ ਕਰਕੇ। ਗੁਰਮੁਖ ਨਾਮ ਗੋਬਿੰਦ, ਗੁਰਮੁਖਾਂ ਦੇ ਹਿਰਦੇ ਵਿੱਚ ਨਾਮ ਗੋਬਿੰਦ ਦਾ ਗੁਰਾਂ ਦੁਆਰਾ ਵਸਿਆ, ਸੱਚਾ ਆਨੰਦ ਉਹਨਾਂ ਨੂੰ ਪ੍ਰਾਪਤ ਹੋਇਆ ਸੋਹਿਲਾ ਜਸ ਗਾਉਣੇ ਕਰਕੇ। ਅਨਦਿਨ ਨਾਮ ਸਲਾਹਣ, ਅਨਦਿਨ ਉਹਨਾਂ ਦਾ ਜੀਵਨ ਹੀ ਐਸਾ ਬਣ ਗਿਆ ਮਹਾਰਾਜ, ਨਾਮ ਨੂੰ ਸਿਫਤ ਕਰਦੇ ਰਹਿੰਦੇ, ਸਲਾਉਂਦੇ ਰਹਿੰਦੇ ਹੈ। ਹਰ ਜਪਿਆ ਮਨ ਆਨੰਦ, ਜਿਹਨਾਂ ਜਿਹਨਾਂ ਨੇ ਹਰੀ ਨੂੰ ਜਪਿਆ ਉਹਨਾਂ ਦੇ ਮਨ ਚ ਆਨੰਦ ਸਰੂਪ ਪ੍ਰਗਟ ਹੋ ਗਿਆ ਹੈ। ਵਟ ਭਾਗੀ ਹਰ ਸ਼੍ਰੋਮਣੀ ਆਨੰਦ ਪ੍ਰਾਪਤ ਹੋਇਆ, ਜਿਹੜਾ ਵਿਸ਼ਿਆਨੰਦ ਯੋਗਾਨੰਦ ਆਦਿਕਾਂ ਦਾ ਪਰਾ ਹੈ। ਵੱਡ ਭਾਗੀ ਹਰ ਪਾਇਆ, ਵੱਡਿਆਂ ਭਾਗਾਂ ਵਾਲਿਆਂ ਨੂੰ ਉਸ ਹਰੀ ਅਕਾਲ ਪੁਰਖ ਦੀ ਪ੍ਰਾਪਤੀ ਨੂੰ ਕੀਤਾ ਹੈ। ਪੂਰਨ ਪਰਮਾਨੰਦ, ਉਹਨਾਂ ਨੂੰ ਪੂਰਨ ਪਰਮੇਸ਼ਰ ਦਾ ਪਰਮਾਨੰਦ ਸਰੂਪ ਪ੍ਰਾਪਤ ਹੋਇਆ ਹੈ। ਜਨ ਨਾਨਕ ਨਾਮ ਸਲਾਹਿਆ, ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹਨਾਂ ਜਨਾਂ ਨੇ ਭਾਈ ਅੰਮ੍ਰਿਤ ਨਾਮ ਨੂੰ ਸਲਾਹਿਆ ਹੈ, ਉਚਾਰਨ ਕੀਤਾ ਹੈ। ਬਹੁੜ ਨਾ ਮਨ ਤਨ ਭੰਗ, ਫਿਰ ਉਹਨਾਂ ਦੇ ਮਨ ਵਿੱਚ ਵਿਕਾਰਾਂ ਕਰਕੇ ਵਿਘਨ ਨਹੀਂ ਪੈਂਦਾ, ਤਨ ਵਿੱਚ ਕਿਸੇ ਕੁਸੰਗਤ ਕਰਕੇ ਵਿਘਨ ਨਹੀਂ ਪੈਂਦਾ, ਮਨ ਤਨ ਕਰਕੇ ਨਿਰੰਤਰ ਰਹੇ ਰਹਿੰਦੇ ਹਨ, ਕਦੇ ਟੱਟਦੇ ਨਹੀਂ ਮਨ ਢਿੱਲੇ ਹੋ ਕੇ ਕਿ ਸਾਡੀ ਆਸ ਨਹੀਂ ਪੂਰੀ ਹੋਈ। ਪੌੜੀ ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਗੁਰੂ ਸਾਹਿਬ ਦਰਬਾਰ ਹੈ ਭਾਈ, ਮਹਾਰਾਜ ਸਾਹਿਬ ਬਖਸ਼ ਲੈਂਦੇ ਹਨ, ਜੇ ਕੋਈ ਨਿੰਦਿਆ ਕਰਨ ਵਾਲਾ ਹੋਵੇ ਸੱਚੇ ਪਾਤਸ਼ਾਹ ਦਾ, ਫਿਰ ਸਰਨ ਗੁਰ ਆਵੇ, ਫਿਰ ਉਹ ਆਪਣੀ ਗਲਤੀ ਮੰਨ ਲਵੇ ਕਿ ਮੇਥੋਂ ਮਹਾਰਾਜ ਨਿੰਦਿਆ ਹੋ ਗਈ, ਸਤਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆ ਜਾਵੇ, ਜੇ ਕਰਕੇ ਪਿਛਲੇ ਗੁਨਾਹ ਸਤਿਗੁਰ ਬਖਸ਼ ਲੈ, ਸਤਿਗੁਰੂ ਦਾ ਐਸਾ ਦੀਨ ਦਿਆਲ ਬਿਰਦ ਹੈ, ਪਿਛਲੇ ਗੁਨਾਹ ਨਹੀਂ ਚੇਤੇ ਕਰਦੇ ਉਸ ਆਦਮੀ ਦੇ, ਸਾਰੇ ਮਹਾਰਾਜ ਸਾਹਿਬ ਬਖਸ਼ ਲੈਂਦੇ ਹਨ। ਸਤ ਸੰਗਤ ਨਾਲ ਰਲਾਵੇ, ਉਹਨਾਂ ਨੂੰ ਸਾਧ ਸੰਗਤ ਦੇ ਨਾਲ ਰਲਾ ਲੈਂਦੇ ਆ। ਜਿਸ ਵਕਤ ਸਾਧ ਸੰਗਤ ਜਿੱਥੇ ਜੇਤੋਂ ਤੋਂ ਆਉਂਦੇ ਸੀ, ਉਸ ਵਕਤ ਜਿਹੜੇ ਮਾਫ਼ੀ ਮੰਗੇ ਆਉਂਦੇ ਸੀ ਉਹਨਾਂ ਨੂੰ ਸਿਰੋ ਭਾਵ ਨਹੀਂ ਸੀ ਲੈਣ ਦਿੰਦੇ, ਦੂਸਰੇ ਜਿਹੜੇ ਅਕਾਲੀ ਪੂਰੀ ਜੇਲ੍ਹ ਕੱਟ ਕੇ ਆਏ ਸੀ, ਫਿਰ ਉਸ ਵਕਤ ਇਹ ਪੌੜੀ ਅਕਾਲ ਤਖ਼ਤ ਤੋਂ ਜਥੇਦਾਰ ਨੂੰ ਸੁਣਾਈ, ਫਿਰ ਸਾਰਿਆਂ ਨੂੰ ਝੁਕਣਾ ਪਿਆ ਵੀ ਜੋ ਮਹਾਰਾਜ ਸਾਹਿਬ ਦਾ ਐਡਾ ਬਿਰਦ ਹੈ, ਸਾਨੂੰ ਜੇ ਮਾਫ਼ੀ ਮੰਗ ਕੇ ਵੀ ਆ ਗਏ ਆ, ਫਿਰ ਵੀ ਪੰਥ ਦੀ ਸ਼ਰਨੀ ਆ ਗਏ ਆ, ਫਿਰ ਵੀ ਇਹਨਾਂ ਨੂੰ ਮੇਲ ਲੈਣਾ ਚਾਹੀਦਾ। ਉਹਨਾਂ ਨੇ ਇਸ ਪੌੜੀ ਦੁਆਰਾ ਸਾਰਿਆਂ ਨੂੰ ਮਾਫ਼ ਕਰ ਲਿਆ ਸੀ। ਸਤਸੰਗਤ ਨਾਲ ਰਲਾਵੇ, ਸਤਸੰਗਤ ਦੇ ਨਾਲ ਸੱਚੇ ਪਾਤਸ਼ਾਹ ਰਲਾ ਲੈਂਦੇ ਹਨ ਉਹਨਾਂ ਨੂੰ। ਕਿਉਂ ਮੀਂਹ ਉੱਠੇ ਗਲੀਆਂ ਨਾਲਿਆਂ ਟੋਬਿਆਂ ਕਾ ਜਲ, ਮਹਾਰਾਜ ਕਿਵੇਂ ਮੇਲ ਲੈਂਦੇ ਹਨ, ਕਹਿੰਦੇ ਦ੍ਰਿਸ਼ਟਾਂਤ ਦਿੰਦੇ ਹਨ, ਜਦੋਂ ਮਹਾਰਾਜ ਕਹਿੰਦੇ ਮੀਂਹ ਵਰਸੇ ਗਲੀਆਂ ਨਾਲਿਆਂ ਟੋਬਿਆਂ ਕਾ ਜਲ, ਉਦੋਂ ਪਹਿਲਾਂ ਪਨਾਲਿਆਂ ਥਾਣੀ ਪਾਣੀ ਨਿਕਲਦਾ ਹੈ, ਤੇ ਫਿਰ ਗਲੀਆਂ ਚ ਆਉਂਦਾ ਹੈ, ਫਿਰ ਟੋਬਿਆਂ ਚ ਪੈਂਦਾ ਹੈ, ਫਿਰ ਨਾਲਿਆਂ ਚ ਪਾਣੀ ਪੈਂਦਾ ਹੈ। ਜਾਏ ਪਵੇ ਵਿੱਚ ਸੁਰਸਰੀ, ਸੁਰਸਰੀ ਗੰਗਾ ਵਿੱਚ ਉਹ ਪਾਣੀ ਜਾ ਕੇ ਪੈ ਜਾਂਦਾ ਹੈ। ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾ, ਗੰਗਾ ਦੇ ਨਾਲ ਮਿਲ ਕਰਕੇ ਉਹ ਪਵਿੱਤਰ ਗੰਗਾ ਹੁੰਦੀ ਹੈ, ਉਹਦੇ ਨਾਲ ਮਿਲ ਕੇ ਪਾਵਨ ਨਾਲੇ ਜਿਹੜੇ ਗੰਦੇ ਹੈ ਉਹ ਵੀ ਪਵਿੱਤਰ ਹੋ ਜਾਂਦੇ ਹੈ। ਇਸ ਪ੍ਰਕਾਰ ਸਾਧ ਸੰਗਤ ਜੀ, ਜਿਉਂ ਮੀਂਹ ਉੱਠੇ ਗਲੀਆਂ ਨਾਲਿਆਂ ਟੋਬਿਆਂ ਕਾ ਜਲ, ਜਿਵੇਂ ਸਤਿਗੁਰੂ ਜਦੋਂ ਬੱਦਲ ਦੀ ਨਿਆਈ ਵਰਖਾ ਕਰਦੇ ਹੈ, ਉਸ ਵੇਲੇ ਪਨਾਲਿਆਂ ਦੀ ਨਿਆਈ ਜਿਹੜੇ ਟੇਢੀਆਂ ਜੂਨਾਂ ਵਾਲੇ ਬਕਾਰਾਂ ਵਾਲੇ ਚੰਡਾਲ ਆਦਿਕ ਹਨਗੇ, ਗਲੀਆਂ ਦੀ ਨਿਆਈ ਜਿਹੜੇ ਸੂਦਰ ਹਨਗੇ, ਨਾਲਿਆਂ ਤੇ ਨਾਲਿਆਂ ਦੀ ਨਿਆਈ ਜਿਹੜੇ ਬ੍ਰਾਹਮਣ ਹਨਗੇ, ਟੋਬਿਆਂ ਕਾ ਜਲ ਦੀ ਨਿਆਈ ਜਿਹੜੇ ਖੱਤਰੀ ਬੈਸ ਹਨਗੇ। ਜਾਏ ਪਵੇ ਵਿੱਚ ਸੁਰਸਰੀ, ਸਤਿਗੁਰੂ ਸਾਹਿਬ ਦੀ ਸਿੱਖੀ ਰੂਪ ਗੰਗਾ ਵਿੱਚ ਜਦੋਂ ਜਾ ਕੇ ਮਿਲ ਜਾਂਦੇ ਹੈ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾ, ਉਹ ਸਤਿਗੁਰਾਂ ਦੀ ਸਿੱਖੀ ਰੂਪ ਗੰਗਾ ਨਾਲ ਮਿਲ ਕੇ ਪਾਪੀ ਵੀ ਪਵਿੱਤਰ ਹੋ ਜਾਂਦੇ, ਪਵਿੱਤਰ ਤੋਂ ਪਵਿੱਤਰ ਹੋ ਜਾਂਦੇ ਹੈ, ਕਿਉਂ ਮਹਾਰਾਜ ਸਾਹਿਬ ਬਖਸ਼ ਲੈਂਦੇ ਹੈ। ਇਸੇ ਪ੍ਰਕਾਰ ਜਿਵੇਂ ਗਲੀਆਂ ਦੀ ਨਿਆਈ ਜਿਹੜੇ ਸੂਦਰ ਕਹਾਉਣ ਵਾਲੇ ਹੈ, ਨਾਲਿਆਂ ਦੀ ਨਿਆਈ ਜਿਹੜੇ ਬੈਸ ਕਹਾਉਣ ਵਾਲੇ ਹੈ, ਟੋਬਿਆਂ ਦੀ ਨਿਆਈ ਜਿਹੜੇ ਆਪਣੇ ਆਪ ਨੂੰ ਖੱਤਰੀ ਕਹਾਉਣ ਵਾਲੇ ਹਨ, ਜਾਏ ਪਵੇ ਵਿੱਚ ਸੁਰਸਰੀ, ਸੁਰਸਰੀ ਗੁਰੂ ਸਾਹਿਬ ਦੀ ਜਿਹੜੀ ਭਗਤੀ ਹੈ ਇਹਦੇ ਚ ਪਾਣੀ ਦੀ ਨਿਆਈ ਜਿਹੜੇ ਜਾ ਕੇ ਮਿਲਦੇ ਹਨ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾ, ਸਤਿਗੁਰਾਂ ਦੀ ਭਗਤੀ ਰੂਪ ਗੰਗਾ ਚ ਮਿਲ ਕਰਕੇ ਪਾਵਨ ਰੂਪ ਮਹਾਰਾਜ ਦੀ ਭਗਤੀ ਹੈ,
ਭਗਤੀ ਰੂਪ ਗੰਗਾ ਚ ਮਿਲ ਕੇ ਉਹ ਵੀ ਪਾਵਨ ਹੋ ਜਾਂਦੇ, ਪਵਿੱਤਰ ਹੋ ਜਾਂਦੇ ਹਨ। ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ, ਇਹੀ ਜੀ ਵਡਿਆਈ ਹੈ ਭਾਈ ਸਤਿਗੁਰੂ ਮਹਾਰਾਜ ਸਾਹਿਬ, ਜਿਹਨਾਂ ਦਾ ਕਿਸੇ ਨਾਲ ਵੈਰ ਨੀ, ਸਾਰਿਆਂ ਨੂੰ ਆਪਣਾ ਆਤਮਾ ਸਮਝਣ ਵਾਲੇ ਹਨ। ਜਿਤ ਮਿਲਿਆ ਤਿਸ ਨਾ ਭੁੱਖ ਉਤਰੈ, ਜਿਹਨਾਂ ਸਤਿਗੁਰਾਂ ਨਾਲ ਮਿਲ ਕੇ ਤ੍ਰਿਸ਼ਨਾ ਦੀ ਜਿਹੜੀ ਦੇਹ ਹੈ ਅਤੇ ਆਸਾ ਪਦਾਰਥਾਂ ਦੀ ਭੁੱਖ ਉਤਰ ਜਾਂਦੀ ਹੈ। ਹਰ ਸ਼ਾਂਤ ਤੜ ਆਵੇ, ਹਰੀ ਦੀ ਪ੍ਰਾਪਤੀ ਕਰਕੇ ਸ਼ਾਂਤੀ ਤੜ ਨਾ ਤੜਕ ਦੇ ਕੇ ਸ਼ੀਘਰ ਹੀ ਆ ਕੇ ਪ੍ਰਾਪਤ ਹੋ ਜਾਂਦੀ ਹੈ। ਨਾਨਕ ਇਹੋ ਅਚਰਜ ਦੇਖੋ ਮੇਰੇ ਹਰ ਸੱਚੇ ਸਾਹਕਾਰ, ਇਹ ਅਚਰਜ ਬਸਮਾਤ ਹੈ, ਵੇਖੋ ਭਾਈ ਮੇਰੇ ਹਰ ਸੱਚੇ ਸ਼ਾਹ ਅਕਾਲ ਪੁਰਖ ਦੀ। ਜੇ ਸਤਿਗੁਰੂ ਨੂੰ ਮੰਨੈ ਸੋ ਸਭ ਨਾ ਭਾਵੈ, ਜਿਹੜਾ ਭਾਈ ਗੁਰੂ ਸਾਹਿਬ ਨੂੰ ਮੰਨਣ ਲੱਗ ਜੇ ਉਹ ਸਾਰੀ ਦੁਨੀਆਂ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ। ਜੋ ਗੁਰਾਂ ਦਾ ਉਹ ਸਾਰਿਆਂ ਦਾ ਹੀ ਪਿਆਰਾ ਹੈ। ਸ਼ੁੱਧ ਇਹ ਸ਼ੁੱਧ ਕੀਤੀ ਹੋਈ ਬਾਣੀ ਹੈ, ਇਹ ਤੇ ਕੋਈ ਕਲਮ ਨਾ ਚੱਕੇ, ਬਲਾਵਲ ਰਾਗ ਸ਼ੁੱਧ ਉਚਾਰਨ ਕੀਤੀ ਹੈ। ਇਸ ਨੂੰ ਪੜ੍ਹ ਕੇ ਹੀ ਨਾ ਛੱਡ ਦਿਓ, ਸ਼ੁੱਧ ਵੀ ਕਰੋ ਹਿਰਦੇ ਚ, ਤੁਹਾਡੇ ਹਿਰਦੇ ਨੂੰ ਸ਼ੁੱਧ ਪਵਿੱਤਰ ਕਰ ਦੇਵੇਗੀ, ਫਿਰ ਤੁਹਾਨੂੰ ਸ਼ੁੱਧ ਸਰੂਪ ਦੀ ਪ੍ਰਾਪਤੀ ਹੋ ਜਾਏਗੀ।